ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ, ਸਰਦਾਰ ਜਗਤਾਰ ਸਿੰਘ ਜੀ ਜੀ ਆਇਆਂ। ਥੈਂਕ ਯੂ ਜੀ, ਸ਼ੁਕਰੀਆ ਜੀ। ਦੇਸ਼ ਦੀ ਪੋਲਿਟਿਕਸ ਵਿੱਚ ਕਾਮਰੇਡਾਂ ਦਾ, ਲੈਫਟ ਦਾ ਇੱਕ ਵੱਡਾ ਰੋਲ ਰਿਹਾ। ਅੱਜ ਉਹਨਾਂ ਦੇ ਦੂਜੀ ਪੀੜ੍ਹੀ ਦੇ ਵੱਡੇ ਆਗੂ ਸੀਤਾਰਾਮ ਜੈਚੁਰੀ ਚਲੇ ਗਏ ਨੇ। ਸੀਤਾਰਾਮ ਜੈਚੁਰੀ 72 ਸਾਲ ਦੇ ਸੀਗੇ ਔਰ ਉਹਨਾਂ ਨੇ ਗੱਠਜੋੜਾਂ 'ਚ ਭੂਮਿਕਾ ਅਦਾ ਕੀਤੀ। ਇੱਕ ਵੱਡੇ ਕੱਦ ਦੇ ਆਗੂ ਸੀਗੇ। ਇਸ ਤੋਂ ਪਹਿਲਾਂ ਕਾਮਰੇਡ ਹਰਕਿਸ਼ਨ ਸਿੰਘ, ਸੁਰਜੀਤ, ਜਯੋਤੀ ਬਾਸੂ ਆਜ਼ਾਦੀ ਤੋਂ ਬਾਅਦ, ਅਤੇ ਇਸ ਤੋਂ ਬਾਅਦ ਇਹ ਲੋਕ ਔਰ ਇਹ ਪੀੜ੍ਹੀ ਜਿਹੜੀ ਸੀਤਾਰਾਮ ਜੈਚੁਰੀ ਵਾਲੀ ਸੀਗੀ, ਇਹ ਕਦਾਵਰ ਆਗੂ ਸੀ। ਹੁਣ ਇਸ ਤੋਂ ਅਗਲੀ ਪੀੜ੍ਹੀ ਦੇ ਵਿੱਚ ਬਹੁਤ ਕੁਝ ਨਜ਼ਰ ਨਹੀਂ ਆਉਂਦਾ ਔਰ ਲੈਫਟ ਮੂਵਮੈਂਟ ਵੀ ਹੌਲੀ ਹੌਲੀ ਫਿੱਕੀ ਪੈਂਦੀ ਜਾ ਰਹੀ ਹੈ। ਕਦੇ ਸਟੂਡੈਂਟ ਪੋਲੀਟਿਕਸ ਵਿੱਚੋਂ ਇਹ ਜਨਮਦੀ ਸੀਗੀ, ਇਸੇ ਤਰ੍ਹਾਂ ਸਿੱਖ ਪੋਲੀਟਿਕਸ ਵੀ ਸਟੂਡੈਂਟ ਪੋਲੀਟਿਕਸ ਵਿੱਚੋਂ ਜਨਮਦੀ ਰਹੀ ਹੈ, ਫੈਡਰੇਸ਼ਨਾਂ ਦੇ ਰੂਪ ਵਿੱਚ, ਲੀਡਰਸ਼ਿਪ ਦੇ ਰੂਪ 'ਚ। ਅਤੇ ਆਪਾਂ ਸੀਤਾਰਾਮ ਜੈਚੁਰੀ ਦੇ ਚਲੇ ਜਾਣ 'ਤੇ ਸਮਝਣ ਦਾ ਯਤਨ ਕਰਦੇ ਹਾਂ ਕਿ ਚੀਜ਼ਾਂ ਕਿਵੇਂ ਕਿਵੇਂ ਪਲੇਸ ਹੁੰਦੀਆਂ ਨੇ, ਕਿਵੇਂ ਕਿਵੇਂ ਮਾਈਨਸ ਹੋ ਜਾਂਦੀਆਂ, ਸੀਨ ਤੋਂ ਗਾਇਬ ਹੋ ਜਾਂਦੀਆਂ ਨੇ, ਅਤੇ ਇਹਨਾਂ ਵੱਡੇ ਆਗੂਆਂ ਦੀ ਭੂਮਿਕਾ ਦੇਸ਼ ਦੇ ਵਿੱਚ ਕਿਹੜੇ ਕਿਹੜੇ ਮੋੜਾਂ ਦੇ ਉੱਤੇ ਕਿਵੇਂ ਕਿਵੇਂ ਇਹ ਫੈਸਲਾ ਕੁੰਨ ਰਹੇ, ਆਪਾਂ ਥੋੜ੍ਹਾ ਜਿਹਾ ਇਸ ਬਹਾਨੇ ਨਾਲ ਗੱਲ ਕਰਨ ਦਾ ਯਤਨ ਕਰਦੇ ਹਾਂ। ਦੂਜਾ ਮੁੱਦਾ, ਪੰਥਕ ਪੋਲੀਟਿਕਸ ਵਿੱਚ ਖਿੱਚੋਤਾਣ ਤਾਂ ਦੇਰ ਦੀ ਚੱਲ ਰਹੀ ਹੈ, ਨਵੇਂ ਨਵੇਂ ਕੋਣ ਵੀ ਆਉਂਦੇ ਰਹਿੰਦੇ ਆ। ਹੁਣ ਇੱਕ ਖਾਸ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ। ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਇਹਨਾਂ ਦਿਨਾਂ 'ਚ ਇੱਕ ਲਹਿਰ ਚੱਲੀ ਹੋਈ ਹੈ ਕਿ ਹੋਰ ਵੀ ਲੋਕ ਕਟਹਿਰੇ 'ਚ ਹੋਣ, ਆਪਣੇ ਬੇਗਾਨੇ ਦਾ ਫਰਕ ਕੀਤੇ ਬਿਨਾਂ। ਇੰਝ ਲੱਗ ਰਿਹਾ ਜਿਵੇਂ ਕਾਫੀ ਲੋਕ ਜੇ ਤਨਖਾਹੀਆ ਕਰਾਰ ਦਿੱਤੇ ਜਾਣ ਤਾਂ ਫਿਰ ਥੋੜ੍ਹਾ ਜਿਹਾ ਈਜ਼ੀ ਹੋ ਜਾਂਦਾ, ਜਿਵੇਂ ਕਹਿੰਦੇ ਹੁੰਦੇ ਨਾ ਵੀ ਇੱਕ ਨਹੀਂ ਕਈ। ਸੋ ਇਹ ਇੱਕ ਨਵੀਂ ਰਣਨੀਤੀ ਆ, ਸਿੰਘ ਸਾਹਿਬ 'ਤੇ ਪ੍ਰੈਸ਼ਰ ਵੱਧ ਰਿਹਾ। ਸਿੰਘ ਸਾਹਿਬ ਇਹਨੂੰ ਕਿਵੇਂ ਅੱਗੇ ਐਡਰੈਸ ਕਰਨਗੇ ਇਹ ਵੀ ਨਹੀਂ ਚਲਾ ਕੇ ਤੱਕਿਆ ਜਾ ਰਿਹਾ। ਕੋਈ ਮੀਟਿੰਗ ਅਜੇ ਨਹੀਂ ਦਿੱਤੀ ਗਈ, ਸਿੰਘ ਸਾਹਿਬਾਨ ਕਦੋਂ ਮਿਲ ਰਿਹਾ ਕੁਛ ਇਹਦੇ ਬਾਰੇ ਨਹੀਂ ਪਤਾ, ਲੇਕਿਨ ਧੜਾ ਧੜ ਉੱਥੇ ਦਰਖਾਸਤਾਂ ਜਾ ਰਹੀਆਂ ਨੇ, ਧੜਾ ਧੜ ਮੰਗ ਪੱਤਰ ਜਾ ਰਹੇ ਨੇ। ਔਰ ਇਹਦੇ ਵਿੱਚ ਇੱਕ ਜਿਹੜੀ ਪੁਖਤਗੀ ਨਾਲ ਉੱਠ ਰਹੀ ਆ ਕਿ ਜਿਹੜੇ ਵੀ ਲੋਕ ਡੇਰਾ ਸਿਰਸਾ ਨਾਲ ਕਿਸੇ ਵੀ ਰੂਪ ਵਿੱਚ ਸੰਪਰਕ 'ਚ ਆਉਂਦੇ ਨੇ ਉਹ ਸਾਰਿਆਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਵੇ ਔਰ ਮੋਰ ਓਵਰ ਇਹਨਾਂ ਨੂੰ ਤਨਖਾਹੀਆ ਐਲਾਨਿਆ ਜਾਵੇ। ਇੰਝ ਲੱਗਦਾ ਜਿਵੇਂ ਸੁਖਬੀਰ ਬਾਦਲ ਦੇ ਸਮਾਨ ਅੰਤਰ ਘੱਟੋ ਘੱਟ 2 ਦਰਜਨ ਦੇ ਕਰੀਬ ਆਗੂ ਟਾਰਗੇਟ ਕੀਤੇ ਜਾ ਰਹੇ ਨੇ। ਸੋ ਇਹ ਨਵੀਂ ਤਰ੍ਹਾਂ ਦੀ ਆਪਾਂ ਜਿਹੜੀ ਮੂਵ ਹੈ ਇਹਨੂੰ ਵੀ ਸਮਝਣ ਦਾ ਯਤਨ ਕਰਦੇ ਹਾਂ। ਸਿੰਘ ਸਾਹਿਬਾਨ ਦੇ ਨੇੜਲੇ ਸੋਰਸਿਸ ਤੋਂ ਕੀ ਕੁਛ ਆ ਰਿਹਾ ਉਹਨੂੰ ਵੀ ਜਾਣਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਅਗਲੇ ਦਿਨਾਂ ਦੀ ਪੰਜਾਬ ਦੀ ਪੋਲੀਟਿਕਸ ਵਿੱਚ ਕਿਹੜੇ ਕਿਹੜੇ ਉਤਰਾਅ ਚੜ੍ਹਾਅ ਆਉਣ ਵਾਲੇ ਆ ਉਹਨਾਂ ਨੂੰ ਉਹਨਾਂ ਦੀ ਨਬਜ਼ ਟਟੋਲਣ ਦਾ ਯਤਨ ਕਰਦੇ ਹਾਂ। ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ, ਜਿਹੜੀ ਲੈਫਟ ਦੀ ਮੂਵਮੈਂਟ ਹੈ, ਖਾਸ ਤੌਰ 'ਤੇ ਅਸੀਂ ਪੱਛਮੀ ਬੰਗਾਲ, ਕੇਰਲ ਜਾਂ ਹੋਰ ਕਈ ਸੂਬਿਆਂ ਦੇ ਵਿੱਚ ਵੱਡੀ ਹੁੰਦੀ ਦੇਖੀ, ਪੰਜਾਬ ਦੇ ਵਿੱਚ ਵੀ ਇਹਨਾਂ ਦਾ ਬਹੁਤ ਅਹਿਮ ਰੋਲ ਰਿਹਾ, ਭਾਵੇਂ ਗਿਣਤੀ ਪੱਖੋਂ ਉਨਾ ਨਹੀਂ ਸੀ, ਗੁਣਾਤਮਕ ਪੱਖੋਂ ਆਪਾਂ ਦੇਖਿਆ ਹੀ ਆ। ਔਰ ਹਰੇਕ ਸਰਕਾਰ ਦੇ ਵਿੱਚ ਜਾਂ ਘੱਟੋ ਘੱਟ ਅਸੈਂਬਲੀ ਦੇ ਵਿੱਚ ਭਾਵੇਂ ਬੰਦੇ 1 ਜਾਂ 2 ਜਾਂ 3 ਹੋਣ, ਆਵਾਜ਼ ਜ਼ਬਰਦਸਤ ਹੁੰਦੀ ਰਹੀ ਆ ਔਰ ਉਹ ਲਗਾਤਾਰ ਨੋਟਿਸ ਕੀਤੀ ਜਾਂਦੀ ਰਹੀ ਹੈ। ਤੇ ਪਾਰਲੀਮੈਂਟ ਦੇ ਵਿੱਚ ਵੀ ਕਾਮਰੇਡਾਂ ਦੇ, ਲੈਫਟ ਦੇ ਆਗੂਆਂ ਦੀ ਆਵਾਜ਼ ਬੁਲੰਦ ਰਹੀ ਆ। ਦੇਸ਼ ਦੀ ਪੋਲੀਟਿਕਸ ਵਿੱਚ ਇਹਨਾਂ ਦਾ ਰੋਲ ਵੱਡਾ ਰਿਹਾ। ਹਰਕਿਸ਼ਨ ਸਿੰਘ ਸੁਰਜੀਤ ਸਰਕਾਰ ਬਣਾਉਣ ਤੇ ਚਲਾਉਣ ਦੇ ਮਾਹਿਰ ਸੀਗੇ ਗੱਠਜੋੜਾਂ ਦੇ ਔਰ ਇਹ ਚੀਜ਼ਾਂ ਨੂੰ ਅਸੀਂ ਇਸ ਦੌਰ ਦੇ ਵਿੱਚ ਹੀ ਤੱਕਿਆ। ਸੀਤਾਰਾਮ ਜੈਚੁਰੀ ਦੇ ਚਲੇ ਜਾਣ ਤੇ ਤੁਸੀਂ ਕਿਵੇਂ ਸੋਚ ਕਿਵੇਂ ਰਹੇ ਹੋ? ਇੱਕ ਸਿਲਸਿਲਾ ਹੁੰਦਾ ਨਾ, ਤੁਸੀਂ ਚੀਜ਼ਾਂ ਨੂੰ ਪਿੱਛੇ ਤੱਕ ਜਾ ਕੇ ਦੇਖਦੇ ਹੋ ਫਲੈਸ਼ਬੈਕ ਦੇ ਵਿੱਚ। ਇੱਕ ਵਾਰੀ ਮੈਂ ਰੀਕਾਲ ਕਰਨ ਲਈ ਕਹੂੰਗਾ ਤੁਹਾਨੂੰ ਤੁਹਾਡੇ ਬ੍ਰੇਨ 'ਚ ਜੋ ਜੋ ਇੱਕ ਘਟਨਾਵਾਂ ਦੇ ਦੌਰ ਨੇ। ਸੀਤਾਰਾਮ ਯੈਚੁਰੀ ਦਾ ਜਾਣਾ
ਸਮੇਂ ਤੋਂ ਪਹਿਲਾਂ ਇਹ ਸਿਰਫ ਕਮਿਊਨਿਸਟ ਮੂਵਮੈਂਟ ਨੂੰ ਹੀ ਨਹੀਂ ਮੁਲਕ ਨੂੰ ਵੀ ਜਿਹੜੇ ਜਮਹੂਰੀਅਤ ਪਸੰਦ ਲੋਕ ਹੈਗੇ ਆ ਉਹਨਾਂ ਵਾਸਤੇ ਘਾਟੇ ਵਾਲੀ ਗੱਲ ਹੈਗੀ ਹੈ। ਜਿਹੜੇ ਉਹਨਾਂ ਦੇ ਹਾਣੀ ਸੀ ਉਹਨਾਂ ਨੂੰ ਅਕਸਰ ਉਹ ਸੀਤਾਰਾਮ ਹੀ ਕਹਿੰਦੇ ਹੁੰਦੇ ਸੀਗੇ ਅਤੇ ਕਾਮਰੇਡ ਸੀਤਾਰਾਮ ਦਾ ਹੁਣ ਦੀ ਸਿਆਸਤ ਦੇ ਵਿੱਚ ਜਿਹੜੀ ਇਹ ਖਾਸ ਕਰਕੇ ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ ਜਿਹੜੀ ਇੱਕ ਪੋਲਰਾਈਜੇਸ਼ਨ ਮੁਲਕ ਦੇ ਵਿੱਚ ਹੋ ਰਹੀ ਹੈ ਇਹਦੇ ਵਿੱਚ ਐਸੇ ਲੋਕਾਂ ਦਾ ਜਿਹੜੇ ਪ੍ਰੋਗਰੈਸਿਵ ਸੀਗੇ ਇਹਨਾਂ ਦਾ ਬਹੁਤ ਵੱਡਾ ਰੋਲ ਸੀਗਾ ਅਤੇ ਜਿਹੜੇ ਪਿਛਲੇ ਇਲੈਕਸ਼ਨ ਦੇ ਵਿੱਚ ਇੰਡੀਆ ਬਲੋਕ ਬਣਿਆ ਕਾਂਗਰਸ ਲੀਡ ਕਰ ਰਿਹਾ ਸੀਗਾ ਉਹਦੇ ਵਿੱਚ ਕਾਮਰੇਡ ਸੀਤਾਰਾਮ ਦਾ ਬਹੁਤ ਵੱਡਾ ਰੋਲ ਸੀਗਾ ਔਰ ਸੋਨੀਆ ਗਾਂਧੀ ਦੇ ਨੇੜੇ ਵੀ ਅਕਸਰ ਮੰਨੇ ਜਾਂਦੇ ਸੀਗੇ। ਕਾਮਰੇਡ ਸੁਰਜੀਤ ਹਰਕਿਸ਼ਨ ਸਿੰਘ ਸੁਰਜੀਤ ਕਿਸੇ ਵੇਲੇ ਇਹੀ ਰੋਲ ਅਦਾ ਕਰਦੇ ਹੁੰਦੇ ਸੀਗੇ ਉਹਨਾਂ ਨੇ 94-95-96 ਦੇ ਆਸ ਪਾਸ ਬਹੁਤ ਵੱਡਾ ਰੋਲ ਇੱਕ ਅਦਾ ਕੀਤਾ ਸੀਗਾ। ਕਮਿਊਨਿਸਟ ਮੁਹਿੰਮ ਦਾ ਕਮਰ ਤਹਿਰੀਕ ਦਾ ਬਹੁਤ ਵੱਡਾ ਇੱਕ ਰੋਲ ਹੈ ਹਿੰਦੁਸਤਾਨ ਦੇ ਵਿੱਚ। ਰੂਸ ਦੇ ਵਿੱਚ ਇਨਕਲਾਬ ਆਉਣ ਦੇ ਨਾਲ ਨਾਲ ਆਲਮੋਸਟ ਉਸੇ ਸਮੇਂ ਹੀ ਜਿਹੜੀ ਇੱਥੇ ਦੀ ਆਜ਼ਾਦੀ ਦੀ ਤਹਿਰੀਕ ਸੀਗੀ ਉਹਦੇ ਵਿੱਚ ਇਹ ਮੂਵਮੈਂਟ ਆ ਜਾਂਦੀ ਹੈ ਲੈਫਟ ਵਾਲੀ। ਗਦਰ ਪਾਰਟੀ ਦੇ ਲੋਕ ਵੀ ਮਤਲਬ ਉੱਥੋਂ ਟ੍ਰੇਨਿੰਗ ਲੈਣ ਜਾਂਦੇ ਰਹੇ ਰੂਸ ਦੇ ਵਿੱਚ ਅਤੇ ਆਜ਼ਾਦੀ ਦੀ ਤਹਿਰੀਕ ਦੇ ਵਿੱਚ ਇਹਨਾਂ ਦਾ ਲੋਕਾਂ ਦਾ ਬਹੁਤ ਵੱਡਾ ਰੋਲ ਸੀਗਾ। ਆਜ਼ਾਦੀ ਤੋਂ ਬਾਅਦ ਕਮਿਊਨਿਸਟ ਪਾਰਟੀ ਆਫ ਇੰਡੀਆ ਉਹ ਤਾਂ ਇੱਕੋ ਹੀ ਹੁੰਦੀ ਸੀਗੀ, ਇਹ ਮੇਨ ਅਪੋਜੀਸ਼ਨ ਸੀ, ਕਾਂਗਰਸ ਰੂਲਿੰਗ ਸੀਗੀ ਅਤੇ ਮੇਨ ਅਪੋਜੀਸ਼ਨ ਸੀ ਪੀ ਆਈ ਸੀਗੀ ਅਤੇ ਦੂਜੀ ਇਲੈਕਸ਼ਨ ਤੱਕ ਵੀ ਇਹੀ ਰੋਲ ਆਲਮੋਸਟ ਰਿਹਾ ਅਤੇ 62-63 ਦੇ ਵਿੱਚ ਆ ਕੇ ਜਦੋਂ ਚੀਨ ਨਾਲ ਲੜਾਈ ਹੁੰਦੀ ਹੈ ਉਦੋਂ ਕਮਿਊਨਿਸਟ ਮੂਵਮੈਂਟ ਸਪਲਿਟ ਹੋ ਜਾਂਦੀ ਹੈ, ਸੀ ਪੀ ਆਈ ਅਤੇ ਸੀ ਪੀ ਐਮ ਉਦੋਂ ਬਣਦੀ ਹੈ। ਸੋ ਇੱਕ ਵੱਡਾ ਸੈਕਸ਼ਨ ਕਮਿਊਨਿਸਟ ਪਾਰਟੀ ਦਾ ਸੀ ਪੀ ਐਮ ਬਣ ਗਿਆ ਅਤੇ ਕਾਮਰੇਡ ਸੀਤਾਰਾਮ ਸੀ ਪੀ ਐਮ ਦੇ ਨਾਲ ਜੁੜੇ ਹੋਏ ਸੀਗੇ। ਇਹ ਜੇ ਐਨ ਯੂ ਦੀ ਪ੍ਰੋਡਕਟ ਸੀਗੇ, ਉੱਥੇ ਪੜ੍ਹੇ ਸੀਗੇ, ਸਟੂਡੈਂਟ ਮੂਵਮੈਂਟ ਦੇ ਵਿੱਚੋਂ ਆਏ ਸੀ, ਹਮੇਸ਼ਾ ਐਕਟਿਵ ਰਹੇ। ਭਾਵੇਂ ਕਮਿਊਨਿਸਟ ਮੂਵਮੈਂਟ ਰੀਜਨਲਾਈਜ਼ ਹੋ ਗਈ ਹੌਲੀ ਹੌਲੀ ਕਿਉਂਕਿ ਸਿਚੁਏਸ਼ਨ ਜਿਵੇਂ ਬਦਲੀ, ਕੁਛ ਆਪਣੀਆਂ ਗਲਤੀਆਂ, ਜਦੋਂ ਜੋਤੀ ਬਾਸੂ ਨੂੰ ਪ੍ਰਾਈਮ ਮਿਨਿਸਟਰ ਬਣਾਉਣ ਦੀ ਗੱਲ ਚੱਲੀ ਦੇਵੇਗੌੜਾ ਤੋਂ ਪਹਿਲਾਂ ਅਤੇ ਜਦੋਂ ਇਹਨਾਂ ਦੀ ਸੈਂਟਰਲ ਕਮੇਟੀ ਨੇ ਵੋਟਾਂ ਪਾ ਕੇ ਉਹ ਮਤਾ ਰਿਜੈਕਟ ਕਰਵਾ ਦਿੱਤਾ, ਉਹ ਇਹਨਾਂ ਦੀ ਇੱਕ ਇਤਿਹਾਸਕ ਜਿਹਨੂੰ ਬਲੰਡਰ ਕਹਿੰਦੇ ਆ ਨਾ, ਹਿਸਟੋਰੀਕਲ ਬਲੰਡਰ, ਉਹ ਵੀ ਪਾਰਟੀ ਨੇ ਬਾਅਦ 'ਚ ਆਪ ਹੀ ਮੰਨਿਆ ਵੀ ਹਿਸਟੋਰੀਕਲ ਬਲੰਡਰ ਸੀਗੀ। ਜੇ ਉਸ ਵੇਲੇ ਜੋਤੀ ਬਾਸੂ ਪੀ ਐਮ ਬਣ ਜਾਂਦੇ ਤਾਂ ਸ਼ਾਇਦ ਜਿਹੜਾ ਬੀ ਜੇ ਪੀ ਦਾ ਆਉਣਾ ਸੀ ਇਹ ਥੋੜ੍ਹਾ ਜਿਹਾ ਡਿਲੇ ਹੋ ਜਾਂਦਾ, ਆਪਾਂ ਇਹ ਨਹੀਂ ਕਹਿੰਦੇ ਵੀ ਰੁਕ ਜਾਂਦਾ, ਲੇਕਿਨ ਡਿਲੇ ਹੋ ਸਕਦਾ ਸੀਗਾ। ਉਹਦੇ ਨਾਲ ਰਾਹ ਪੱਧਰਾ ਹੋ ਗਿਆ ਉਹਨਾਂ ਦੇ ਨਾਂ ਆਉਣ ਕਰਕੇ ਬੀ ਜੇ ਪੀ ਦਾ ਅੱਗੇ ਆਉਣ ਵਾਲੇ ਸਾਲਾਂ 'ਚ। 89 ਤੋਂ ਬਾਅਦ ਤਾਂ ਫਿਰ ਮੂਵਮੈਂਟ ਜੋੜ ਫੜ ਰਹੀ ਸੀ ਨਾ, ਉਹਦਾ ਕਾਊਂਟਰ ਕਮਿਊਨਿਸਟ ਸੀਗੇ, ਹੋਰ ਤਾਂ ਕੋਈ ਹੈ ਨਹੀਂ ਸੀਗਾ। ਅੱਛਾ, ਇਹਦੇ ਨਾਲ ਇੱਕ ਹੋਰ ਫਾਇਦਾ ਵੀ ਹੋਣਾ ਸੀ ਕਿ ਕਾਮਰੇਡ ਸ਼ਾਇਦ ਇਹਦੇ ਨਾਲ ਵੱਧ ਫੁੱਲ ਜਾਂਦੇ, ਡਿਕਲਾਈਨ ਜਿਹੜਾ ਹੋਇਆ ਸ਼ੁਰੂ ਇਹ ਵੀ ਸ਼ਾਇਦ ਰੁਕ ਜਾਂਦਾ। ਨਹੀਂ, ਇਹ ਫਰਕ ਪੈਂਦਾ ਜਦੋਂ ਪਾਰਟੀ ਪਾਵਰ 'ਚ ਆਵੇ। ਵੈਸੇ ਇੱਕ ਗੱਲ ਹੈਗੀ ਹੈ, ਬੰਗਾਲ ਦੇ ਵਿੱਚ ਇੰਨੇ ਸਾਲ ਰਾਜ ਕੀਤਾ, ਹੁਣ ਪਾਰਟੀ ਬਿਲਕੁਲ ਵਾਈਪ ਆਊਟ ਹੋਈ ਵੀ ਉੱਥੇ, ਇਹ ਦੂਸਰੀ ਕੰਟਰਡਿਕਸ਼ਨ ਹੈ ਨਾਲ ਹੀ ਜੀ, ਬੜੀ ਅਜੀਬ। ਆਪਾਂ ਪੰਜਾਬ 'ਚ ਵੀ ਦੇਖਦੇ ਹਾਂ, ਅਕਾਲੀ ਦਲ ਦਾ ਹਾਲ ਦੇਖ ਲਓ, 3 ਟਰਮਾਂ 5 ਸਾਲ ਪੂਰੇ ਕੀਤੀਆਂ ਅਤੇ ਪਾਰਟੀ ਖਤਮ ਹੈ ਗਈ ਹੈ।
ਇਹ ਫਿਨਾਮਨਾ ਹੋ ਜਾਂਦਾ, ਲੇਕਿਨ ਕੁਛ ਹੱਦ ਤੱਕ ਤੁਹਾਡੇ ਵਾਲੀ ਗੱਲ ਬਿਲਕੁਲ ਠੀਕ ਹੈਗੀ ਹੈ। ਉਸ ਵੇਲੇ ਇੱਕ ਮੌਕਾ ਹੁੰਦਾ, ਉਸ ਵੇਲੇ ਜੇ ਇਹ ਪਾਰਟੀ ਇਹ ਪੀਐਮ ਸੀਪੀਐਮ ਦਾ ਹੁੰਦਾ ਤੇ ਪਾਰਟੀ ਨੇ ਇੱਕ ਵਾਰੀ ਤਕੜੇ ਹੋਣਾ ਸੀਗਾ। ਸੋ ਉਹ ਫਰਕ ਪੈਂਦਾ ਹੈਗਾ ਸਾਰੀ ਗੱਲ ਤੇ ਆ ਕੇ। ਮੁੜ ਕੇ ਇਹ ਪਾਰਟੀ ਵੈਸਟ ਬੰਗਾਲ ਤੇ ਆਪਣੇ ਕੇਰਲ ਦੇ ਵਿੱਚ ਆ ਕੇ ਸੀਮਿਤ ਹੋ ਗਈ, ਜਦੋਂ ਮੈਂ ਰੀਜਨਲਾਈਜ਼ ਗੱਲ ਕਰਦਾ, ਨਹੀਂ ਤਾਂ ਕਿੰਨੀਆਂ ਵੱਡੀਆਂ ਮੂਵਮੈਂਟ ਕਮਿਊਨਿਸਟਾਂ ਨੇ ਇੱਥੇ ਲੜੀਆਂ ਹੋਈਆਂ। ਹੁਣ ਅੱਜ ਬੜਾ ਕਮਾਲ ਦਾ ਮਤਲਬ ਇਹ ਦੁਕਾਨ ਜਿਹਾ ਹੈ, ਪਹਿਲਾਂ ਖਬਰ ਆਈ ਕਿ ਹਰਿਆਣੇ 'ਚ ਪਹਿਲੀ ਵਾਰੀ ਕਾਂਗਰਸ ਅਤੇ ਸੀਪੀਐਮ ਦਾ ਗੱਠਜੋੜ ਹੋਇਆ, ਅਤੇ ਕੁਛ ਘੰਟੇ ਬਾਅਦ ਖਬਰ ਆ ਜਾਂਦੀ ਆ ਵੀ ਕਾਵਨ ਸੀਤਾਰਾਮ ਯੈਚੂਰੀ ਚੱਲ ਵਸੀ। ਬਸ ਇਹਨਾਂ ਦੇ ਅਖੀਰ ਤੱਕ ਜਿਹੜੀ ਇਹ ਸਿਆਸਤ ਜਿਹਦੇ ਨਾਲ ਬੱਝੇ ਹੋਏ ਸੀਗੇ ਉਹ ਅੱਗੇ ਵੱਧ ਰਹੇ ਸੀ ਜੀ। ਹਰਿਆਣੇ 'ਚ ਪਹਿਲੀ ਵਾਰੀ ਹੋਇਆ ਕਿ ਕਾਂਗਰਸ ਅਤੇ ਸੀਪੀਐਮ ਅਤੇ ਕਾਂਗਰਸ ਮੇਰੇ ਖਿਆਲ ਦੇ ਵਿੱਚ ਇਹਨਾਂ ਦਾ ਪਹਿਲੀ ਵਾਰੀ ਗੱਠਜੋੜ ਹੁੰਦਾ, ਅਤੇ ਨੈਚੁਰਲੀ ਇਹਨਾਂ ਲੋਕਾਂ ਦਾ ਹੀ ਇਹ ਰੋਲ ਸੀ ਸਾਰੀ ਗੱਲ ਦੇ ਵਿੱਚ। ਚਲੋ ਉਹਨਾਂ ਨੂੰ ਅਸੀਂ ਆਪਾਂ ਸ਼ਰਧਾ ਦੇ ਫੁੱਲ ਭੇਟ ਕਰ ਸਕਦੇ ਅਤੇ ਕਾਂਗਰਸ ਮੂਵਮੈਂਟ ਹੁਣ ਦੇਖਦੇ ਇਸ ਤੋਂ ਬਾਅਦ ਕਿਵੇਂ ਅੱਗੇ ਵੱਧਦੀ ਹੈ ਜੀ। ਸਹਮੀਰ ਸਿੰਘ ਜੀ, ਦੋ ਪਹਿਲੂ ਜਿਹੜੇ, ਇੱਕ ਤਾਂ ਹੁਣੇ ਹੀ ਉੱਭਰਿਆ ਸਰਦਾਰ ਜਗਤਾਰ ਸਿੰਘ ਹੋਰਾਂ ਦੀ ਗੱਲਬਾਤ 'ਚੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਸ ਤਰ੍ਹਾਂ ਦੀ ਤੁਹਾਡੀ ਪੋਲੀਟਿਕਸ ਹੁੰਦੀ ਹੈ ਜਾਂ ਜਿਸ ਤਰ੍ਹਾਂ ਦੀ ਤੁਹਾਡੀ ਵਰਕਿੰਗ ਹੁੰਦੀ ਹੈ, ਜਿਹੜੇ ਤੌਰ ਤਰੀਕਿਆਂ ਨਾਲ ਤੁਸੀਂ ਲੋਕਾਂ ਨੂੰ ਜੋੜਦੇ ਹੋ, ਬੰਨ ਕੇ ਰੱਖਦੇ ਹੋ, ਲੋਕ ਪੱਖੀ ਪੋਲੀਟਿਕਸ ਕਾਮਰੇਡਾਂ ਨੇ ਕੀਤੀ ਆ, ਲੋਕਾਂ ਲਈ ਸੰਘਰਸ਼ ਲੜੇ ਹਨ ਔਰ ਬਹੁਤ ਗਰਾਊਂਡ 'ਤੇ ਲੜੇ, ਅਤੇ ਇਹਨਾਂ ਨੇ ਪੱਛਮੀ ਬੰਗਾਲ ਦੇ ਵਿੱਚ ਜਿਹੜੇ ਤੌਰ ਤਰੀਕੇ ਵਰਤੇ, ਇਹ ਤਾਂ ਸੱਤਾ 'ਚ ਰਹਿ ਕੇ ਸ਼ਾਇਦ ਸੋਝ ਥੋੜ੍ਹੇ ਜਿਹੇ ਸੋਹਲ ਹੋ ਗਏ, ਜਿਹਨਾਂ ਨੂੰ ਕੰਫਰਟ ਜ਼ੋਨ ਦੇ ਵਿੱਚ ਰਹਿਣਾ ਮੰਨ ਲਿਆ ਜਾਂਦਾ ਹੈ, ਸੋ ਸੱਤਾ ਦੇ ਨਾਲ ਚੱਲਦਿਆਂ ਚੱਲਦਿਆਂ ਲੜਨਾ ਸ਼ਾਇਦ ਭੁੱਲ ਗਏ, ਲੇਕਿਨ ਇਹਨਾਂ ਦੇ ਤੌਰ ਤਰੀਕੇ ਮਮਤਾ ਬੈਨਰਜੀ ਅਪਣਾਉਂਦੇ ਔਰ ਉਹ ਇਹਨਾਂ ਦੇ ਹਥਿਆਰ ਨਾਲ ਇਹਨਾਂ ਦੀ ਪੋਲੀਟਿਕਸ ਨੂੰ ਪੱਛਮੀ ਬੰਗਾਲ ਦੇ ਵਿੱਚ ਹਾਸ਼ੀਏ 'ਤੇ ਧੱਕ ਦਿੰਦੀ। ਪੰਜਾਬ ਦੇ ਵਿੱਚ ਅਕਾਲੀ ਪੋਲੀਟਿਕਸ ਨਾਲ ਵੀ ਇੰਝ ਹੀ ਵਾਪਰਿਆ ਕਿ ਲੋਕਾਂ ਦੀ ਪੋਲੀਟਿਕਸ ਸੀਗੀ ਔਰ ਬਿਲਕੁਲ ਸੱਤਾ ਦੇ ਨਾਲ ਲੜਦੀ ਸੀ, ਸੱਤਾ ਦੇ ਨਾਲ ਹਮੇਸ਼ਾ ਹੀ ਸਟਰਗਲ ਦੇ ਵਿੱਚ ਰਹਿੰਦੀ ਸੀ। ਜਦੋਂ ਸੱਤਾ ਹਾਸਲ ਹੋ ਗਈ ਤੇ ਫਿਰ ਲੀਡਰਾਂ ਦਾ ਰਵੱਈਆ ਬਦਲ ਗਿਆ, ਫਿਰ ਪਾਰਟੀ ਦੀ ਵਰਕਿੰਗ ਬਦਲ ਗਈ ਤੇ ਇੱਕ ਸਮੇਂ ਬਾਅਦ ਇਹਨਾਂ ਨੂੰ ਰਿਪਲੇਸ ਕਰਨ ਵਾਲੇ ਲੋਕ ਆਉਂਦੇ ਜਾਪਦੇ ਨੇ। ਸੋ ਮੈਂ ਜੇ ਤੁਹਾਡੇ ਕੋਲੋਂ ਕਾਮਰੇਡਾਂ ਦੀ ਮੌਜੂਦਾ ਸਥਿਤੀ ਨੂੰ ਵੀ ਸਮਝਾਂ ਤੇ ਉਹਨਾਂ ਦੇ ਰਾਹੀਂ ਬਾਕੀ ਪੋਲੀਟਿਕਸ ਨੂੰ ਵੀ ਸਮਝਾਂ, ਸੀਤਾਰਾਮ ਜੈਚਰੀ ਨੂੰ ਤਾਂ ਯਾਦ ਕਰਾਂਗੇ, ਲੇਕਿਨ ਬਹਾਨੇ ਨਾਲ ਆਪਾਂ ਸਮੇਂ ਸਮੇਂ ਦੇ ਉੱਤੇ ਵਾਪਰਦੇ ਘਟਨਾਕ੍ਰਮ ਜਿਹੜੇ ਪਾਰਟੀਆਂ ਨੂੰ ਬਿਲਕੁਲ ਨਵੀਂ ਦਿਸ਼ਾ ਦੇ ਦਿੰਦੇ ਨੇ, ਲੀਡਰਸ਼ਿਪ ਪੂਰੀ ਦੀ ਪੂਰੀ ਖਤਮ ਹੋਣ ਤੱਕ ਚਲੇ ਜਾਂਦੀ ਹੈ ਔਰ ਜਿਹਨਾਂ ਦਾ ਕਦੇ ਵਰਚਸਪ ਹੁੰਦਾ ਹੈ, ਜਿਹਨਾਂ ਦਾ ਕਦੇ ਜ਼ੋਰਦਾਰ ਆਪਣਾ ਵਜੂਦ ਹੁੰਦਾ ਹੈ, ਉਹ ਮੁੜ ਕੇ ਹੌਲੀ ਹੌਲੀ ਸੀਨ ਤੋਂ ਹੀ ਲਾਂਭੇ ਹੋ ਜਾਂਦੇ। ਜਿਹੜਾ ਇਹ ਦੌਰ ਹੈ ਖਾਸ ਤੌਰ 'ਤੇ ਕਾਰਪੋਰੇਟ ਡਿਵੈਲਪਮੈਂਟ ਦਾ, ਜਦੋਂ ਇੱਕ ਦਿੱਲੀ ਦੇ ਵਿੱਚ ਇੱਕ ਐਂਟੀ ਕਰਪਸ਼ਨ ਮੂਵਮੈਂਟ ਚੱਲਦੀ ਹੈ, ਉਹ 'ਚੋਂ ਇੱਕ ਪਾਰਟੀ ਨਿਕਲਦੀ ਹੈ ਜਿਹੜੀ ਲਗਾਤਾਰ ਕਹਿੰਦੀ ਹੈ ਕਿ ਹੁਣ ਵਿਚਾਰਧਾਰਕ ਸਿਆਸਤ ਦਾ ਦੌਰ ਖਤਮ ਹੋ ਗਿਆ ਔਰ ਓਵਰਆਲ ਵੀ ਕੰਟਰੀ 'ਚ ਇਹ ਗੱਲ ਹੋਈ, ਖਾਸ ਤੌਰ 'ਤੇ ਜਦੋਂ 90ਵਿਆਂ 'ਚ ਸੋਵੀਅਤ ਯੂਨੀਅਨ ਟੁੱਟਦਾ, ਵੱਖ ਵੱਖ ਦੇਸ਼ਾਂ 'ਚ ਖਿੰਡ ਜਾਂਦਾ, ਉਦੋਂ ਬਾਅਦ ਜਿਹੜੀ ਇਹ ਖੱਬੇ ਪੱਖੀ ਲਹਿਰ ਹੈ ਬੇਹੱਦ ਝਟਕਾ ਉਹਨੂੰ ਲੱਗਦਾ, ਅਤੇ ਉਹ ਕੀ ਕਾਰਨ ਨੇ, ਕਿਹੜੇ ਕਿਹੜੇ ਗੱਲਾਂ ਨੇ, ਉਹ 'ਤੇ ਜਿੰਨਾ ਵੱਡਾ ਮੰਥਨ ਹੋਣਾ ਚਾਹੀਦਾ ਜਾਂ ਜਿਸ ਲੈਵਲ 'ਤੇ ਉਹਨਾਂ ਵਰਕਰਾਂ ਦੇ ਵਿੱਚ ਫਿਰ ਦੁਬਾਰਾ ਜਿਹੜੀ ਊਰਜਾ ਭਰੀ ਜਾਵੇ, ਦੁਬਾਰਾ ਉਮੀਦ, ਦੁਬਾਰਾ ਸੁਪਨਾ ਪੈਦਾ ਹੋਵੇ, ਇਹ ਕਾਫੀ ਵੱਡੀ ਗੱਲ ਰਹੀ ਹੈ। ਅਤੇ ਉਦੋਂ ਬਾਅਦ ਇਹ ਹੋਣ ਲੱਗ ਗਿਆ ਕਿ ਜਿਹੜਾ ਇਹ ਮਾਡਲ ਹੈ ਜਿੱਤ ਗਿਆ, ਦੂਜਾ ਤਾਂ ਹਾਰ ਹੀ ਗਿਆ ਬਿਲਕੁਲ ਕਿਸੇ ਵੀ ਤਰੀਕੇ ਨਾਲ। ਉਹਦਾ ਅਸਰ ਗਲੋਬਲੀ ਪਿਆ ਇਸ ਖੱਬੇ ਪੱਖੀ ਓਵਰਆਲ ਮੂਵਮੈਂਟ 'ਤੇ, ਭਾਰਤ 'ਚ ਵੀ ਪਿਆ ਉਦੋਂ ਪਹਿਲਾਂ ਤੱਕ।
ਆਜ਼ਾਦੀ ਤੋਂ ਬਾਅਦ ਵੀ ਸਾਡੇ ਦੇਸ਼ 'ਚ ਮੇਨ ਆਪੋਜੀਸ਼ਨ ਪਾਰਟੀ ਸੀ ਕਮਿਊਨਿਸਟ ਪਾਰਟੀ, ਹੋਰ ਕੋਈ ਪਾਰਟੀ ਨਹੀਂ ਸੀ ਨੈਸ਼ਨਲ ਲੈਵਲ 'ਤੇ ਜਿਹੜੀ ਕਾਂਗਰਸ ਦੇ ਨਾਲ ਆਪੋਜੀਸ਼ਨ 'ਚ ਖੜੀ ਹੋਵੇ। ਹਾਲਾਂਕਿ ਉਦੋਂ ਵੀ ਅੰਡਰਗਰਾਊਂਡ ਹੋਈ, ਬਾਕੀ ਚੀਜ਼ਾਂ ਹੋਈਆਂ, ਉਹ ਅਲੱਗ ਗੱਲ ਹੈ। ਉਦੋਂ ਬਾਅਦ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦਾ ਜਿਹੜਾ ਪਹਿਲਾ ਸੀਗਾ 2004 ਵਾਲਾ, ਉਦੋਂ ਵੀ ਇਹਨਾਂ ਦੇ ਐਮ ਪੀ ਕਾਫ਼ੀ ਆ ਗਏ ਸੀ ਅਤੇ ਇਹ ਇੱਕ ਮਿਨੀਮਮ ਪ੍ਰੋਗਰਾਮ ਬਣਾ ਕੇ ਕਾਫ਼ੀ ਹੱਦ ਤੱਕ ਸਕਸੈਸਫੁਲ ਰਹੇ। ਔਰ ਇਹ ਕਿਹਾ ਜਾਂਦਾ ਚਾਹੇ ਮਨਰੇਗਾ, ਚਾਹੇ ਆਰ ਟੀ ਆਈ ਆ, ਚਾਹੇ ਰਾਈਟ ਟੂ ਐਜੂਕੇਸ਼ਨ, ਇਹਦੇ ਪਿੱਛੇ ਇੱਕ ਲੈਵਲ ਦਾ ਲੈਫਟ ਦਾ ਵੀ ਹੱਥ ਸੀ, ਲੈਫਟ ਦਾ ਵੀ ਇੱਕ ਦਬਦਬਾ ਸੀ, ਜਿਹਦੇ ਕਰਕੇ ਜਦੋਂ ਐਸ ਸੀ ਜੈਡ ਦਾ ਆਇਆ ਅਤੇ ਐਸ ਸੀ ਜੈਡ ਦੇ ਨਾਲ ਮਨਰੇਗਾ ਵੀ ਆਇਆ, ਵੀ ਦੂਜੇ ਪਾਸੇ ਵੀ ਕੁਝ ਕਰੋ, ਕੋਈ ਇਕੱਲਾ ਇੱਕੋ ਪਾਸੇ ਨਾ ਕਰੋ, ਇਹ ਗੱਲ ਦੇ ਵਿੱਚ ਮੰਨੀ ਜਾਣ ਵਾਲੀ ਗੱਲ ਸੀਗੀ। ਪਰ ਉਹ ਜਿਹੜਾ ਵਿਚਾਰਧਾਰਕ ਫਿਲੋਸਫੀਕਲ ਇੱਕ ਝਟਕਾ ਵੱਜਦਾ ਹੈ, ਉਹ ਝਟਕਾ ਕਾਫ਼ੀ ਵੱਡਾ ਝਟਕਾ ਸੀਗਾ। ਵੈਸੇ ਇਹਦੇ 'ਚ ਵੀ ਕੋਈ ਇੱਕ ਲੈਵਲ ਦੀ ਗੱਲ ਨਹੀਂ, ਇੱਕੋ ਲੋਕ ਸੀ ਜਿਹੜੇ ਮਾਰਕਸਵਾਦ ਨੂੰ ਖੂਬ ਹੋ ਐਂ ਮਤਿਆਂ ਦੇ ਮੁਤਾਬਕ ਲਾਗੂ ਕਰਦੇ, ਜਿਹੜਾ 64 ਦਾ 64 ਦੇ ਵਿੱਚ ਵੀ ਸੀ ਪੀ ਆਈ ਵੱਢੀ ਗਈ ਹੈ ਅਤੇ ਇਹ ਕਹਿੰਦੇ ਸੀ ਇਨਕਲਾਬੀ ਨਹੀਂ ਰਹੀ, ਸੀ ਪੀ ਆਈ ਬਾਕੀ ਨਹੀਂ ਰਹੀ ਅਤੇ ਉਹ ਅਲੱਗ ਹੋ ਗਈ, ਜਿਹਦੇ ਲੀਡਰ ਬਾਅਦ ਦੇ ਵਿੱਚ ਪੰਜਾਬ ਦੇ ਵਿੱਚੋਂ ਸਰ ਕਿਸੇ ਸੁਰਜੀਤ ਵੱਡੇ ਲੀਡਰ ਦੇ ਤੌਰ 'ਤੇ ਉੱਭਰੇ ਅਤੇ ਸੀ ਪੀ ਆਈ 'ਚ ਵੀ ਬਹੁਤ ਲੋਕ ਸੀਗੇ। ਉਦੋਂ ਬਾਅਦ ਉਹੋ ਜਿਹੇ ਫਿਨੋਮਨਾ ਉਦੋਂ ਆਇਆ ਜਦੋਂ ਜੋਤੀ ਵਾਸੀ ਨੂੰ ਪ੍ਰਾਈਮ ਮਿਨਿਸਟਰ ਬਣਾਉਣ ਵਾਲਾ ਸੀਗਾ, ਉਦੋਂ ਵੀ ਜੇਸ਼ਰੀ ਅਤੇ ਜਿਹੜੇ ਕਾਰਾਤ ਸੀਗੇ ਪ੍ਰਕਾਸ਼ ਕਾਰਾਤ, ਇਹ ਦੋਨੋਂ ਜੇ ਐਨ ਯੂ 'ਚੋਂ ਆਏ ਲੀਡਰ ਸੀ, ਲਗਭਗ ਬਰਾਬਰ ਦੇ ਲੀਡਰ ਉਸ ਲੈਵਲ ਦੇ ਉੱਤੇ ਆਏ, ਪਰ ਉਹ ਅਲੱਗ ਤਰ੍ਹਾਂ ਦਾ ਐਂਗਲ ਲੈ ਰਿਹਾ ਸੀ ਅਤੇ ਇਹ ਅਲੱਗ, ਜੇਸ਼ਰੀ ਹਰਕਿਸ਼ਨ ਸੁਰਜੀਤ ਅਤੇ ਜੋਤੀ ਬਾਸੂ ਦੇ ਪਾਲਿਸੀ ਦੇ ਨਾਲ ਸੀਗੇ, ਉਹ ਕੁਝ ਜਾਂ ਇੱਕ ਜਾਂ ਦੋ ਵੋਟਾਂ 'ਤੇ ਹਾਰ ਗਈ ਸੀ ਸੈਂਟਰਲ ਕਮੇਟੀ 'ਚ, ਇਸ ਲਈ ਨਹੀਂ ਬਣ ਪਾਏ, ਉਹ ਕਹਿੰਦੇ ਸੀ ਐਗਜੈਕਟ 3 ਵੋਟਾਂ 'ਤੇ ਹਾਰੇ ਸੀ। ਹਾਂਜੀ, ਉਹਦੇ 'ਚ ਇਹੀ ਸੀਗਾ ਕਿ ਐਗਜੈਕਟ ਉਹ ਕਹਿੰਦੇ 64 ਵਾਲਾ ਪ੍ਰੋਗਰਾਮ ਆ ਕਹਿੰਦਾ, ਉਹਦੇ ਤੋਂ ਪਿੱਛੇ ਕਿਵੇਂ ਜਾ ਸਕਦੇ, ਉਹਦੇ 'ਚ ਆਹ ਲਿਖਿਆ। ਇਹ ਕਹਿੰਦੇ ਸੀ ਵੀ ਜ਼ਮਾਨਾ ਬਦਲਣ ਦੇ ਨਾਲ ਪ੍ਰੋਗਰਾਮ ਥੋੜ੍ਹਾ ਬਹੁਤ ਇੱਧਰ ਉੱਧਰ ਕਰਨ ਦੀ ਲੋੜ ਪੈਂਦੀ ਹੈ, ਇਹ ਵੀ ਕੋਈ ਐਡੀ ਗੱਲ ਨਹੀਂ। ਇਸ ਲਈ ਜੇਸ਼ਰੀ ਕਮਿਊਨਿਸਟ ਮੂਵਮੈਂਟ 'ਚ ਵੀ ਕੰਪੈਰੇਟਿਵਲੀ ਜੇਕਰ ਦੋ ਬੰਦੇ, ਕਰਾਤ ਵੀ ਜਨਰਲ ਸੈਕਟਰੀ ਰਹੇ ਤੋਂ ਪਹਿਲਾਂ, ਇਹ ਵੀ ਇਹ ਥੋੜ੍ਹਾ ਲਿਬਰਲ ਐਂਗਲ ਦਾ ਵਿਅਕਤੀਤਵ ਵੀ ਹੁੰਦਾ ਹਰ ਵਿਅਕਤੀ ਦਾ, ਉਸੇ 'ਚੋਂ ਆਏ ਸਟੂਡੈਂਟ ਮੂਵਮੈਂਟ 'ਚੋਂ ਆਏ, ਉਹਨਾਂ ਦਾ ਉਹ ਵੀ ਇੱਕ ਰੋਲ ਉਸ ਲੈਵਲ ਦੇ ਉੱਤੇ ਦੇਖਿਆ ਜਾਏਗਾ ਦੋਨਾਂ ਉਸ ਮਾਮਲਿਆਂ ਦੇ ਵਿੱਚੋਂ। ਫਿਰ ਲਿਬਰਲ ਇਸ ਐਂਗਲ ਤੋਂ ਵੀ ਦੇਖਿਆ ਜਾਂਦਾ ਕਿ ਜਦੋਂ ਪਿੱਛੇ ਬਹੁਤ ਚੱਲੀ ਦੂਜੀ ਟਰਮ ਵੇਲੇ ਕਿ ਜੇਚਰੀ ਨੂੰ ਮਿਲਣੀ ਆ ਕਿ ਨਹੀਂ ਜਨਰਲ ਸੈਕਟਰੀ ਦੀ, ਕਿਉਂਕਿ ਬੰਗਾਲ ਬਿਲਕੁਲ ਪਾਰਟੀ ਡਾਊਨ ਹੋ ਗਈ, ਉੱਥੇ ਉਸ ਲੈਵਲ ਦੇ ਰਿਸੋਰਸ ਨਹੀਂ ਰਹੇ, ਬਾਕੀ ਨਹੀਂ ਰਹੇ, ਅਤੇ ਕੇਰਲਾ 'ਚ ਫਿਰ ਵੀ ਗੌਰਮੈਂਟ ਹੈ, ਕਰਾਤ ਕੇਰਲਾਈਟ ਨੇ ਜਿਹੜੇ ਉੱਧਰੋਂ ਆਉਂਦੇ ਨੇ ਕਿ ਸ਼ਾਇਦ ਹੁਣ ਨਾ ਬਣ ਪਾਏ, ਪਰ ਪਾਰਟੀ 'ਚ ਫਿਰ ਵੀ ਉਸ ਵੋਟਿੰਗ ਪ੍ਰੋਸੈਸ ਦੇ ਵਿੱਚ ਲੋਕਾਂ ਨੇ ਮੈਨੂੰ ਇਸ ਲੈਫਟ ਦੀ ਜਿਹੜੀ ਇੱਕ ਮੈਂਬਰਸ਼ਿਪ ਸੀ ਇਹਨਾਂ ਦੀ, ਉਹਦੇ 'ਚੋਂ ਜੇਚਰੀ ਦੁਬਾਰਾ ਚੋਣ ਲੈ ਗਏ। ਇਹਦਾ ਮਤਲਬ ਐਕਸੈਪਟੇਬਿਲਿਟੀ ਕਿਸੇ ਵੀ ਪਾਰਟੀ ਕੰਪੈਰੇਟਿਵਲੀ, ਜਿਵੇਂ ਬੀਜੇਪੀ 'ਚ ਰਾਤਾਂ ਅਡਵਾਨੀ ਨੇ ਚਲਾਇਆ ਅਤੇ ਉਹਦੇ ਆਸਰੇ ਵੱਡੀ ਗਿਣਤੀ 'ਚ ਆਏ ਅਯੋਧਿਆ ਤੱਕ, ਬਾਕੀ ਪਰ ਜਦੋਂ ਰੂਲ ਕਰਨ ਦਾ ਮੌਕਾ ਆਉਂਦਾ, ਜਦੋਂ ਲਿਬਰਲ ਚੋਣ ਆਉਂਦੀ ਹੈ ਤਾਂ ਵਾਜਪਾਈ ਅਡਵਾਨੀ ਤੋਂ ਵੱਡੇ ਹੀ ਲੀਡਰ ਰਹੇ ਹਮੇਸ਼ਾ ਹੀ, ਬਾਵਜੂਦ ਦੇ ਸਾਰੇ ਗੱਲਾਂ ਦੇ ਬਾਵਜੂਦ, ਕਿਉਂਕਿ ਜਿਹੋ ਜਿਹਾ ਦੇਸ਼ ਹੁੰਦਾ, ਜਿਹੋ ਜਿਹਾ ਮਾਹੌਲ ਹੁੰਦਾ, ਉਹ 'ਚ ਲੀਡਰਸ਼ਿਪ ਦਾ ਵੀ ਆਪਣਾ ਇੱਕ ਯੋਗਦਾਨ ਹੁੰਦਾ। ਉਸ ਐਂਗਲ ਤੋਂ ਮੇਰੇ ਖਿਆਲ ਜਿਹੜਾ ਜੇਚਰੀ ਦਾ ਯੋਗਦਾਨ ਦੇਖਿਆ ਜਾਊਗਾ ਕੰਪੈਰੇਟਿਵਲੀ, ਜਿੰਨਾ ਕੁ ਵੀ ਉਸ ਪੱਧਰ ਦੇ ਉੱਤੇ ਹੈ। ਹਾਂ, ਹਰਕਿਸ਼ਨ ਸੁਰਜੀਤ ਜਿੰਨਾ ਤਾਂ ਉਸ ਲੈਵਲ ਦਾ ਸਿਸਟਮ ਨਹੀਂ ਸੀ ਕਿ ਜਿੱਡੀ ਉਹਨੇ ਪਾਵਰ ਇੰਜੋਏ ਕੀਤੀ, ਜਿਸ ਲੈਵਲ ਦੇ ਹਰ ਪ੍ਰਾਈਮ ਮਿਨਿਸਟਰ ਨਾਲ, ਐਡਵਾਈਜ਼ਰ ਹਰ ਇੱਕ ਨਾਲ ਗੱਲ, ਉਹ ਥੋੜ੍ਹਾ ਜਿਹਾ ਰੁਤਬਾ ਹੋਰ ਟਾਈਪ ਦਾ ਸੀ ਉਦੋਂ ਲੈਫਟ ਦਾ। ਇੱਕ ਬਹੁਤ ਬੜੀ ਗਲਤੀ ਇਹ ਹੋਈ ਹੈ ਲੈਫਟ ਦੀ, ਇਸੇ ਮਾਮਲੇ ਜਿਹੜੀ ਕਹਿ ਰਹੇ ਹੋ ਕਿ ਲੈਫਟ ਮੰਨਿਆ ਜਾਂਦਾ ਸੀ ਕਿਸਾਨਾਂ ਦੀਆਂ ਜ਼ਮੀਨਾਂ ਲਈ ਮਜ਼ਦੂਰ ਦੀ ਫਲਾਣੇ ਦੀ ਪਾਰਟੀ, ਜਦੋਂ ਟਾਟਾ ਦੇ ਪ੍ਰੋਜੈਕਟ ਲੱਗਣੇ ਸੀ ਤਾਂ ਲੈਫਟ ਤੋਂ ਹੀ ਕਿਸਾਨਾਂ 'ਤੇ ਗੋਲੀਆਂ ਉਹਨਾਂ ਦੀ ਸਰਕਾਰ ਨੇ ਚਲਾਈਆਂ ਬਾਕੀ, ਅਤੇ ਮਮਤਾ ਉੱਥੇ ਜਾ ਕੇ ਲੜੀ ਅਤੇ ਉਹ ਬਿਲਕੁਲ ਉਹ ਇੱਕ ਘਟਨਾ ਨੇ ਬਹੁਤ ਜ਼ਿਆਦਾ ਚੇਂਜ ਕੀਤੀ ਵੈਸਟ ਬੰਗਾਲ ਦੇ ਵਿੱਚ,
ਵੱਡੇ ਪੱਧਰ ਦੇ ਉੱਤੇ ਚੇਂਜ ਆ ਗਈ ਉਸ, ਹਾਲਾਂਕਿ ਉਹ ਪ੍ਰੋਜੈਕਟ ਵੀ ਉਦੋਂ ਬਾਅਦ ਗੁਜਰਾਤ 'ਚ ਚਲਾ ਗਿਆ, ਬਾਕੀ ਚੀਜ਼ਾਂ ਵੀ ਉੱਧਰ ਹੋਈਆਂ। ਉਹ ਇੱਕ ਮੋਰਲ ਗਰਾਊਂਡ 'ਤੇ ਪਾਰਟੀ ਖੜੀ ਹੁੰਦੀ ਹੈ, ਜਿਵੇਂ ਤੁਸੀਂ ਅਕਾਲੀ ਦਲ ਦੀ ਗੱਲ ਕਰਦੇ ਹੋ, ਅਕਾਲੀ ਦਲ ਜਦੋਂ ਬੀਜੇਪੀ ਨਾਲ ਅਲਾਇੰਸ ਕਰਕੇ ਆਪਣੀ ਮਿਨੋਰਟੀ ਦੀ ਆਈਡੈਂਟੀ ਦੀ ਪੋਲਿਟਿਕਸ ਬਿਲਕੁਲ ਛੱਡ ਗਿਆ, ਉਦੋਂ ਅਕਾਲੀ ਦਲ ਦਾ ਇਹ ਹਾਲ ਹੋਇਆ ਜਦੋਂ ਦੂਜੇ ਜਦੋਂ ਬੇਸ ਛੱਡ ਗਿਆ। ਇਸੇ ਤਰ੍ਹਾਂ ਬੰਗਾਲ 'ਚ ਵੀ ਕਮਿਊਨਿਸਟ ਆਪਣਾ ਉਹ ਬੇਸ ਜਦੋਂ ਤਾਂ ਛੁੱਟ ਪਿਆ, ਕਿਉਂਕਿ ਤੁਸੀਂ ਸਟੈਂਡ ਹੋਰ ਲੈ ਲਿਆ, ਜਿਹੜਾ ਜਿਹੜੀ ਜਿਹੜੇ ਧਰਾਤਲ 'ਤੇ ਤੁਸੀਂ ਖੜ੍ਹੇ ਸੀ ਤੁਸੀਂ ਦੂਜੇ ਫਰਜ਼ ਕੇ ਖੜ੍ਹੇ ਦਿਖਾਈ ਦਿੰਦੇ ਹੋ, ਉਹਨਾਂ ਹੀ ਗੱਲਾਂ ਲਈ ਲੜਦਾ ਕੋਈ ਹੋਰ ਦਿਖਾਈ ਦਿੰਦਾ ਹੈ, ਤੀਜਾ ਬੰਦਾ ਜਿਹੜਾ ਉਸ ਪੋਲਿਟਿਕਸ 'ਚੋਂ ਆਇਆ ਵੀ ਨਹੀਂ ਹੈ। ਇਹ ਜੇ ਦੋਨਾਂ ਦਾ ਵੀ ਗੱਲ ਕਰਨੀ ਹੋਵੇ ਤਾਂ ਦੋਨੋਂ ਆਪਣੇ ਆਪਣਾ ਜਿਹੜਾ ਬੇਸਿਕ ਏਜੰਡਾ ਸੀ ਉਹ ਤੋਂ ਟਿਲਟ ਹੋਏ, ਟਿਲਟ ਹੋਣ ਦੇ ਕਰਕੇ ਕੁਝ ਹੋਰ ਘਟਨਾਵਾਂ ਫਿਰ ਵਾਪਰਦੀਆਂ ਰਹਿੰਦੀਆਂ ਨੇ, ਫਿਰ ਜਦੋਂ ਚੱਲਦਾ ਰਹਿੰਦਾ ਪ੍ਰੋਸੈਸ ਉਹ 'ਚੋਂ ਦੁਬਾਰਾ ਤੁਸੀਂ ਬੰਦੇ ਮਤਲਬ ਊਰਜਿਤ ਨਹੀਂ ਹੁੰਦੇ। ਔਰ ਇਸੇ ਤਰ੍ਹਾਂ ਜਿਹੜਾ ਹੇਠਲਾ ਕੇਡਰ ਸੀ ਜਿਹਨੂੰ ਤੁਸੀਂ ਲੰਮਾ ਸਮਾਂ, ਕੋਈ ਵੀ ਪਾਰਟੀ ਜਦੋਂ ਲੰਮਾ ਸਮਾਂ ਸੱਤਾ 'ਚ ਰਹਿ ਜੂਗੀ ਨਾ, ਤਾਂ ਉਹਦੇ ਵਿੱਚ ਬਹੁਤ ਸਾਰੀਆਂ ਉਹ ਕਮਜ਼ੋਰੀਆਂ ਆਉਣੀਆਂ ਹੀ ਆਉਣੀਆਂ ਨੇ ਜਿਹੜੀਆਂ ਤਾਕਤ ਲਿਆਉਂਦੀ ਹੈ ਕਿਸੇ ਬੰਦੇ ਦੇ ਵਿੱਚ। ਜਿਵੇਂ ਕਾਂਗਰਸ ਲੰਮਾ ਸਮਾਂ ਸੱਤਾ 'ਚ ਰਹੀ, ਕਾਂਗਰਸ ਦਾ ਸਟਰਕਚਰ ਲਗਭਗ ਜਰਜਰਾ ਹੀ ਹੋਇਆ ਪਿਆ ਸੀ, ਤਾਂ ਹੁਣ ਰਾਹੁਲ ਗਾਂਧੀ ਜਦੋਂ ਇਹ ਕਹਿੰਦਾ ਵੀ ਅੰਦਰ ਵੀ ਲੜਨਾ ਪੈਂਦਾ, ਬਾਹਰ ਵੀ ਐਡੇ ਐਡੇ ਬੰਦੇ ਪੈਦਾ ਹੋ ਜਾਂਦੇ ਨੇ ਜਿਹੜੇ ਪੱਕੇ ਤੌਰ 'ਤੇ ਉਹ ਗੱਲ ਕਰ ਲੈਂਦੇ ਨੇ, ਕਿੰਨਾ ਔਖਾ ਹੋ ਰਿਹਾ ਬੀਜੇਪੀ ਦੇ ਵਿੱਚ। ਤਾਂ ਸੱਤਾ 'ਚ ਜਿਹੜਾ ਕੰਟੀਨਿਊਟੀ 'ਚ ਹੁਣ ਮੋਦੀ ਮਮਤਾ ਸਾਹਿਬ ਨਾਲ ਲੜਨਾ ਪਊਗਾ, ਜਦੋਂ ਕਿਤੇ ਪਾਰਟੀ ਨੂੰ ਅੱਗੇ ਰਿਵਾਈਵ ਕਰਨ ਦਾ ਮੌਕਾ ਆਊਗਾ ਜਾਂ ਬਾਕੀ ਦੀਆਂ ਚੀਜ਼ਾਂ। ਉਵੇਂ ਹੀ ਕਮਿਊਨਿਸਟਾਂ ਦੇ ਵਿੱਚ ਵੀ ਵੈਸਟ ਬੰਗਾਲ 'ਚ ਫਿਰ ਉਹ ਜਿਹੜਾ ਕੇਡਰ ਸੀ, ਕੇਡਰ ਨੂੰ ਆਦਤ ਇਹ ਪਈ ਹੋਈ ਸੀ ਵੀ ਆਪਣੇ ਮੁਤਾਬਕ ਕੰਮ ਹੁੰਦਾ, ਹੇਠਾਂ ਸੈਕਟਰੀਆਂ ਤੋਂ ਲੈ ਕੇ ਅਕਾਲੀ ਦਲ ਨੇ ਵੀ ਦਰਬਾਰਾ ਸਿੰਘ ਕੱਲ੍ਹ ਨੂੰ ਆਉਣੀ ਭੇਜੇ ਸੀ ਆ ਕੇ ਵੀ ਕਮਿਊਨਿਸਟ 32 ਸਾਲ ਰਾਜ ਕਿਵੇਂ ਕਰ ਰਹੇ ਨੇ ਅਤੇ ਦੇਖ ਕੇ ਆਓ। ਉਹਨਾਂ ਨੇ ਕਿੱਥੇ ਰਿਪੋਰਟ ਵੀ ਦਿੱਤੀ ਸੀਗੀ ਆ ਕੇ, ਉਦੋਂ ਕੈਪਟਨ ਕਮਲਜੀਤ ਜਾਂ ਬਾਕੀ ਸਾਰੇ ਸ਼ਾਇਦ ਸੀਗੇ, ਉਹਨਾਂ ਨੇ ਕਿਹਾ ਕਮਿਊਨਿਸਟਾਂ ਤੋਂ ਸਿੱਖ ਕੇ ਨਾ ਹਲਕਾ ਇੰਚਾਰਜ ਚਲਾਇਆ ਇੱਥੇ। ਉੱਥੇ ਕਿਹਾ ਜਾਂਦਾ ਸੀ ਕਿ ਪਾਰਟੀ ਦੇ ਹਰ ਜਿਹੜਾ ਮੁਹੱਲੇ ਦਾ ਵਾਰਡ ਦਾ ਸੈਕਟਰੀ ਹੈ ਉਹ ਤੋਂ ਪੁੱਛੇ ਬਿਨਾਂ ਨਹੀਂ ਕੋਈ ਕੰਮ ਹੋ ਸਕਦਾ, ਸਾਰੇ ਬੰਦਿਆਂ ਨੂੰ ਸੈਕਟਰੀ ਤੱਕ ਰਸਾਈ ਕਰਨੀ ਪਏਗੀ। ਅਤੇ ਇੱਥੇ ਵੀ ਫਿਰ ਉਹ ਹਲਕਾ ਇੰਚਾਰਜ ਤੱਕ ਉਹ ਹੋ ਗਿਆ। ਪੰਜਾਬ ਹਰ ਸਟੇਟ ਦਾ ਆਪਣਾ ਇੱਕ ਪਿਛੋਕੜ ਹੁੰਦਾ, ਆਪਣਾ ਇੱਕ ਤਰੀਕਾ ਹੁੰਦਾ, ਉੱਥੇ ਵੀ ਫਿਰ ਉਹ ਸਾਰੇ ਮਮਤਾ ਨਾਲ ਚਲੇ ਗਏ। ਹੇਠਲਾ ਕੇਡਰ ਜਿਹੜਾ ਸੀ ਉਹ ਤੱਕ ਉਹਨੂੰ ਤਾਂ ਸੱਤਾ ਚਾਹੀਦੀ ਹੈ, ਉਹ ਸੱਤਾ ਦੇ ਨਾਲ ਜੁੜੇ ਹੁੰਦੇ ਨੇ। ਜੇ ਐਂ ਲੱਗੇ ਦੁਬਾਰਾ ਆ ਜਾਊਗੀ, ਜਿੰਨਾ ਚਿਰ ਤਾਂ ਇਹ ਉਮੀਦ ਹੁੰਦੀ ਹੈ ਉਨਾ ਚਿਰ ਤਾਂ ਉਹ ਖੜੇ ਰਹਿੰਦੇ ਨੇ। ਜੇ ਇੱਕ ਦੋ ਇਲੈਕਸ਼ਨਾਂ ਤੋਂ ਬਾਅਦ, ਦੋ ਤਿੰਨ ਇਲੈਕਸ਼ਨਾਂ ਤੋਂ ਬਾਅਦ ਇਹ ਹੋਣ ਲੱਗ ਜਾਵੇ ਹੁਣ ਸੰਭਾਵਨਾ ਹੀ ਨਹੀਂ, ਉਹ ਘਿਰ ਜਾਂਦੇ ਨੇ, ਉਹ ਦੂਜੇ ਪਾਸੇ ਚਲੇ ਜਾਂਦੇ ਨੇ। ਕੋਈ ਬਹੁਤ ਜ਼ਿਆਦਾ ਆਈਡਿਆਲੋਜੀਕਲ ਬਹਿਸਾਂ ਬੰਦ ਹੋ ਗਈਆਂ, ਵਿਚਾਰਧਾਰਕੀ ਨਹੀਂ ਸ਼ਟ ਬੰਦ ਹੋ ਗਏ, ਫਿਰ ਜਾਊਗਾ ਕੇਂਦਰ ਬੰਦਾ। ਉਹ ਇਹ ਦੋਨੋਂ ਪਾਰਟੀਆਂ ਇੱਕ ਉਹ ਉਸ ਕ੍ਰਾਈਸਿਸ ਦਾ ਇੱਕ ਲੈਵਲ 'ਤੇ ਸਾਹਮਣਾ ਕਰ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਔਰ ਉਹ ਸਾਹਮਣੇ ਦਿਖਾਈ ਵੀ ਦਿੱਤਾ। ਸਰ ਜਗਤਾਰ ਸਿੰਘ ਜੀ, ਇਹ ਗੱਲ ਹੁਣ ਸਰਦਾਰ ਹਮੀਰ ਸਿੰਘ ਹੋਰਾਂ ਨੇ ਛੇੜ ਹੀ ਦਿੱਤੀ ਹੈ, ਮੇਰਾ ਸੈਕੰਡ ਰਾਊਂਡ 'ਚ ਇਹੀ ਸਵਾਲ ਸੀਗਾ ਕਿ ਸਾਰੇ ਦੇਸ਼ ਦੀਆਂ ਖੇਤਰੀ ਪਾਰਟੀਆਂ ਖਾਸ ਤੌਰ 'ਤੇ ਉਦੋਂ ਇੰਝ ਸੋਚਣ ਲੱਗ ਪਈਆਂ ਸੀ ਛੋਟੀਆਂ ਪਾਰਟੀਆਂ, ਕਿ ਪੱਛਮੀ ਬੰਗਾਲ ਦੇ ਵਿੱਚ ਉਹ ਕਿਹੜਾ ਤਰੀਕਾ ਜਿਹਦੇ ਨਾਲ ਲੰਬੇ ਸਮੇਂ ਤੱਕ 25 ਸਾਲ ਤੋਂ ਜ਼ਿਆਦਾ, 28 ਸਾਲ ਦੇ ਲਗਭਗ, 30 ਸਾਲ ਦੇ ਲਗਭਗ ਸਰਕਾਰ ਚੱਲੀ ਆ। ਬੁੱਧੇ ਭੱਟਾਚਾਰੀਆ ਆਉਂਦੇ ਨੇ ਜਦੋਂ ਇਹ ਆਪਣੀ ਰਿਟਾਇਰਮੈਂਟ ਅਨਾਊਂਸ ਕਰ ਦਿੰਦੇ ਨੇ ਜਯੋਤੀ ਬਾਸੂ। ਸੋ ਜੇ ਮੈਂ ਤੁਹਾਡੇ ਤੋਂ ਇਹੀ ਗੱਲ ਕਿ ਇੱਕਦਮ ਤੁਹਾਡੇ ਤੋਂ ਸਮਝਣ ਸਿੱਖਣ ਲਈ ਲੋਕ ਆ ਰਹੇ ਆ ਤਾਂ ਫਿਰ ਤੁਸੀਂ ਹੀ ਸੀਨ ਤੋਂ ਪਾਸੇ ਹੋ ਜਾਂਦੇ। ਇੱਕ ਹੁੰਦਾ ਕਿ ਤੁਸੀਂ ਹਰ ਗਏ, ਇੱਕ ਵਾਰੀ ਕੋਈ ਹੋਰ ਤਾਕਤ ਆ ਗਈ, ਜੇ ਤੁਹਾਡੀ ਸਟਰੈਂਥ ਹੋਵੇ, ਜੇ ਤੁਹਾਡੀ ਆਈਡੀਓਲੋਜੀਕਲ ਤੁਸੀਂ ਲੋਕਾਂ ਨੂੰ ਨਾਲ ਜੋੜ ਕੇ ਰੱਖਿਆ ਹੋਵੇ ਤਾਂ ਫਿਰ ਤੁਸੀਂ ਮੁੜ ਆਉਂਦੇ ਹੋ। ਮਤਲਬ ਮਮਤਾ ਬੈਨਰਜੀ 5 ਸਾਲ ਦੇ ਵਿੱਚ ਟਿਕ ਨਹੀਂ ਸੀ ਸਕਦੇ ਜੇ ਇਹਨਾਂ 'ਚੋਂ ਦਮਖਮ ਹੁੰਦਾ। ਜਿਵੇਂ ਆਪਾਂ ਹੁਣ ਪੰਥਕ ਪੋਲੀਟਿਕਸ ਦਾ ਪੰਜਾਬ 'ਚ ਜ਼ਿਕਰ ਕਰਦੇ ਹਾਂ, ਕਿਤੇ ਇੰਜ ਤਾਂ ਨਹੀਂ ਹੁੰਦਾ ਕਿ ਜਿਹੜੀ ਸੋਚ ਆਪਾਂ ਮੰਨ ਰਹੇ ਹੁੰਦੇ ਹਾਂ ਕਿ ਉਹ ਤੋਂ ਬਿਨਾਂ ਤਾਂ ਇਹ ਖਿੱਤਾ ਜੀਂਦਾ ਹੀ ਨਹੀਂ ਗਾ, ਇਹਦੇ ਨਾਲ ਹੀ ਤੁਰਦਾ। ਜਿੱਦਾਂ
ਮਤਲਬ ਅਕਾਲੀ ਦਲ ਬਾਰੇ ਅਜੇ ਵੀ ਮੰਨਿਆ ਜਾਂਦਾ ਕਿ ਪੰਥਕ ਵੋਟ ਤਾਂ ਹੈਗੀ ਹੈ ਜੀ, ਪੰਥਕ ਵੋਟ ਤਾਂ ਹੈ, ਅਕਾਲੀ ਦਲ ਨਾਲ ਨਹੀਂ ਜਾ ਰਹੀ। ਕਿਤੇ ਸੱਚਮੁੱਚ ਉਹ ਧਰਾਤਲ ਹੀ ਤਾਂ ਨਹੀਂ ਗਿਰ ਗਿਆ ਹੁੰਦਾ, ਜਿਵੇਂ ਕਾਮਰੇਡਾਂ ਦੀ ਪੱਕੀ ਵੋਟ ਵੀ ਗਿਰ ਗਈ, ਇਹ ਪੰਥਕ ਵੋਟ ਵੀ ਹੁਣ ਕਈ ਥਾਵਾਂ ਤੇ ਵੰਡੀ ਗਈ, ਹੁਣ ਪੰਥਕ ਨਹੀਂ ਰਹਿ ਕੇ ਕਿਸੇ ਹੋਰ ਸ਼ੇਪ ਚ ਚਲੇਗੀ। ਇਹਨੂੰ ਆਪਾਂ ਇੰਜ ਮੰਨ ਲਈਏ ਕਿ ਜਿੰਨਾ ਚਿਰ ਬੰਨ ਨੂੰ ਬੰਨੇ ਰਹਿੰਦੇ ਨੇ ਠੀਕ ਹੈ, ਤੇ ਜਦੋਂ ਕਿਧਰੇ ਖੁੱਲ ਜਾਂਦੇ ਨੇ ਤੇ ਫਿਰ ਤੀਲਾ ਤੀਲਾ। ਬੜੀ ਅਜੀਬ ਜੀ ਕੰਟਰਾਡਿਕਸ਼ਨ ਹੈਗੀ ਆ ਕਮਿਊਨਿਸਟ ਲੀਡਰਸ ਦੀ, ਜਿਹੜੇ ਅਸੀਂ ਨੇੜਿਓ ਦੇਖਦੇ ਰਹੇ। ਬੜੀ ਵੱਡੀ ਸਮੱਸਿਆ ਸੀਗੀ, ਉਸ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਹੁੰਦੇ। ਜਿਹੜਾ ਮੇਰਾ ਨਿੱਜੀ ਤਜਰਬਾ ਹੈ ਉਹ ਲਗਾਤਾਰ ਹੀ ਬੜੇ ਸਾਲ ਇਹ ਰਹੇ, ਇਹਨਾਂ ਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਇੱਕ ਚੌਕਟਾ ਬਣਾ ਲਿਆ ਬਈ, ਇੱਕ ਦਿਮਾਗ ਦੇ ਵਿੱਚ ਆ ਗਿਆ ਬਈ ਸਭ ਤੋਂ ਜ਼ਿਆਦਾ ਅਸੀਂ ਇਹ ਸਿਚੁਏਸ਼ਨ ਐਨਾਲਾਈਜ਼ ਕਰ ਸਕਦੇ, ਅੰਡਰਸਟੈਂਡ ਕਰ ਸਕਦੇ। ਸੋ ਉਹਦੇ ਵਿੱਚ ਇਹ ਸਮੱਸਿਆ ਆ ਗਈ ਅਤੇ ਪਾਰਟੀ CPM ਅਤੇ CPI ਦੋਵਾਂ ਦੀ ਇਹ ਸਮੱਸਿਆ ਰਹੀ ਹੈ। ਬੜੇ ਵੱਡੇ ਵੱਡੇ ਨਾਂ ਪਾਰਟੀ ਦੇ ਲੀਡਰਾਂ ਦੇ, ਦੇਖੋ ਇਹ ਬੜੀ ਕਮਾਲ ਦੀ ਗੱਲ ਹੈਗੀ ਹੈ, ਲੇਕਿਨ ਇਹ ਸਮੱਸਿਆ ਆਲਮੋਸਟ ਸਾਰਿਆਂ ਨਾਲ ਹੀ ਸੀ। ਜਦਕਿ ਇਹਨਾਂ 'ਚੋਂ ਕੁਛ ਲੀਡਰ ਪੁਰਾਣੇ ਉਹ ਕਮਾਲ ਦਾ ਇੰਟਰੈਕਟ ਕਰਦੇ ਸੀ, ਲੋਕਾਂ ਦੇ ਵਿੱਚ ਰਹਿੰਦੇ ਸੀ, ਲੋਕਾਂ ਦੀ ਗੱਲ ਕਰਦੇ ਸੀ ਅਤੇ ਆਖਿਰ ਤੱਕ ਉਹ ਲੋਕਾਂ ਨਾਲ ਬੱਝੇ ਰਹੇ। ਵੈਸਟ ਬੰਗਾਲ ਦੇ ਵਿੱਚ ਜਦੋਂ ਇਹ ਸਰਕਾਰ ਆਉਂਦੀ ਹੈ ਤਾਂ ਇੱਕ ਨਵਾਂ ਸਰਾਮ ਆਇਆ ਸੀਗਾ, ਕਾਰਪੋਰੇਟਸ ਨਾਲ ਇਹਨਾਂ ਦੀ ਸਾਂਝ ਪੈ ਗਈ। ਪਹਿਲਾਂ ਵੈਸਟ ਬੰਗਾਲ ਦੇ ਵਿੱਚ ਟ੍ਰੇਡ ਯੂਨੀਅਨ ਮੂਵਮੈਂਟ ਬੜੀ ਸਟਰੋਂਗ ਸੀ ਅਤੇ ਇੰਡਸਟਰੀਅਲ ਸੈਕਟਰ ਬੜਾ ਸਭ ਰਹਿੰਦਾ ਸੀਗਾ। ਜਦੋਂ ਇਹਨਾਂ ਦੀ ਸਰਕਾਰ ਆ ਗਈ ਸਾਰਾ ਸ਼ਾਂਤ ਹੋ ਗਿਆ ਅਤੇ ਇਨਵੈਸਟਮੈਂਟ ਵੈਸਟ ਬੰਗਾਲ ਜਾਣ ਲੱਗ ਪਈ। ਇਹ ਆਪਣੇ ਆਪ ਦੇ ਵਿੱਚ ਹੀ ਕੰਟਰਾਡਿਕਸ਼ਨ ਸੀ। ਇੱਕ ਜੋਤੀ ਬਾਸੂ ਨੇ ਬਹੁਤ ਇੰਡਸਟਰੀਲਾਈਜ਼ ਕੀਤਾ ਆਪਣੇ ਵੈਸਟ ਬੰਗਾਲ ਨੂੰ। ਪੰਜਾਬ ਦੇ ਵਿੱਚ ਸਮੱਸਿਆ ਉਲਟੀ ਸੀ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇੱਥੇ ਅਕਾਲੀ ਦਲ ਨੇ ਬਦਲਿਆ ਆਪਣੇ ਆਪ ਨੂੰ, ਬਦਲਣ ਦੇ ਵਿੱਚ ਖਤਮ ਹੋ ਗਏ, ਇਹ ਆਪਣੀ ਕੋਰ ਵੈਲਿਊ ਛੱਡ ਗਏ। ਕੋਰ ਵੈਲਿਊ ਵੈਸਟ ਬੰਗਾਲ ਦੇ ਵਿੱਚ ਹੋਰ ਤਰ੍ਹਾਂ ਛੱਡੀਆਂ, ਇੱਥੇ ਹੋਰ ਤਰ੍ਹਾਂ ਛੱਡੀਆਂ। ਇੱਥੇ ਉੱਥੇ ਸਿਧਾਂਤਕ ਜਿਹੜੀ ਪੱਧਰ 'ਤੇ ਪਹੁੰਚ ਸੀ ਉਹ ਵੱਖਰੀ ਸੀਗੀ, ਜਿਹੜੀ ਪ੍ਰੈਕਟਿਸ ਸੀ ਉਹਨਾਂ ਦੀ ਵੱਖਰੀ ਹੋ ਗਈ ਸੀ। ਇੱਥੇ ਸਿਧਾਂਤ ਛੱਡ ਕੇ ਪਾਸੇ ਹੋ ਗਏ। ਤੁਸੀਂ ਕਿਹਾ ਵੀ ਅਕਾਲੀ ਦਲ ਤੁਸੀਂ ਰੀਜਨਲ ਪਾਰਟੀ ਦੀ ਗੱਲ ਕਰ ਰਹੇ ਹੋ, ਮੈਂ ਕਦੇ ਵੀ ਅਕਾਲੀ ਦਲ ਨੂੰ ਇੱਕ ਰੀਜਨਲ ਪਾਰਟੀ ਨਹੀਂ ਕਿਹਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇਹ ਸਿੱਖਾਂ ਦੀ ਪਾਰਟੀ ਹੈ ਅਤੇ ਸਿੱਖ ਸਾਰੀ ਦੁਨੀਆਂ 'ਚ ਫੈਲੇ ਹੋਏ ਹੈ। 1947 ਤੱਕ ਜਿੰਨੀਆਂ ਗੱਲਬਾਤ ਹੋਈ ਅੰਗਰੇਜ਼ਾਂ ਦੇ ਨਾਲ ਆਜ਼ਾਦੀ ਦੀ, ਉਹਦੇ 'ਚ ਸਿੱਖ ਤਾਂ ਤੀਜੀ ਧਿਰ ਸੀਗੇ ਜੀ। ਸੋ ਆਪਾਂ ਤਾਂ ਨਹੀਂ ਇਹਨੂੰ ਕਈ ਵਾਰ ਰੀਜਨਲ ਕਹਿੰਦੇ, ਹੁਣ ਵੀ ਅਕਾਲੀ ਦਲ ਵਾਲੇ ਕਹਿ ਦਿੰਦੇ ਵੀ ਅਸੀਂ ਰੀਜਨਲ ਪਾਰਟੀ ਹੈਗੇ ਹਾਂ, ਸਾਡੇ ਵਰਗੇ ਲੋਕ ਤਾਂ ਅਜੇ ਵੀ ਕਹਿੰਦੇ ਵੀ ਸਿੱਖਾਂ ਦੀ ਤਰਜਮਾਨ ਪਾਰਟੀ ਸੀ ਅਤੇ ਸਿੱਖ ਸਿਰਫ ਰੀਜਨਲ ਲੋਕ ਨਹੀਂ ਗਲੋਬਲ ਹੈਗੇ। ਸੋ ਜਦੋਂ ਦੁਨੀਆਂ ਦੇ ਕਿਸੇ ਖਿੱਤੇ ਦੇ ਵਿੱਚ ਸਿੱਖਾਂ ਦੀ ਕੋਈ ਸਮੱਸਿਆ ਆਉਂਦੀ ਸੀਗੀ, SGPC ਅਤੇ ਅਕਾਲੀ ਦਲ ਹੀ ਉਹ ਇਸ਼ੂਸ ਟੇਕਅਪ ਕਰਦਾ ਹੁੰਦਾ ਸੀ, ਹੁਣ ਵੀ ਕਰਦੇ ਹੈਗੇ। ਸੋ ਇਸ ਕਰਕੇ ਇਹਨੂੰ ਸਿਰਫ ਰੀਜਨਲ ਲਿਖਿਆ ਜਾ ਸਕਦਾ। ਇਹ ਜਦੋਂ ਤੁਸੀਂ ਆਪਣਾ ਰਸਤਾ ਜਿਹੜਾ ਤੁਹਾਡਾ ਓਰਿਜਨਲ ਸਿਧਾਂਤ ਹੈਗਾ ਉਹ ਛੱਡ ਕੇ ਪਾਸੇ ਹੋ ਜਾਓ ਅਤੇ ਏਮ ਸਿਰਫ ਸੱਤਾ ਰਹਿ ਜੇ, ਸੱਤਾ ਕਾਹਦੇ ਵਾਸਤੇ? ਪਾਵਰ ਲਈ। ਸੱਤਾ ਸਿਰਫ ਸੱਤਾ ਵਾਸਤੇ ਨਹੀਂ ਹੁੰਦੀ, ਸੱਤਾ ਦੇ ਨਾਲ ਜੇ ਤੁਹਾਡੀ ਪ੍ਰੋ ਪੀਪਲ ਅਤੇ ਪ੍ਰੋ ਪੰਥ ਅਪਰੋਚ ਨਹੀਂ ਹੋਏਗੀ ਅਤੇ ਫਿਰ ਜਿਹੜਾ ਹਾਲ ਹੋਇਆ ਹੋਣਾ ਸੀ ਇਹੀ ਹੋਇਆ।
ਪੰਥ ਤਾਂ ਆਪਣੇ ਆਪ ਦੇ ਵਿੱਚ ਹੀ ਐਕਸਕਲੂਸਿਵ ਇਨਕਲੂਸਿਵ ਹੈ। ਇਹ ਤਾਂ ਇਸ ਤੋਂ ਵੱਡੀ ਪ੍ਰੋ ਪੀਪਲ ਹਿਊਮੈਨਿਟੀ ਦੀ ਫਿਲਾਸਫੀ ਕੋਈ ਨਹੀਂ ਹੋਰ, ਜਿੱਥੇ ਨਾ ਕੋਈ ਊਚ ਨੀਚ ਜਾਂ ਬੰਦੇ ਨੂੰ ਬੰਦਾ ਗਿਣਿਆ ਜਾਂਦਾ, ਜਾਤ ਪਾਤ ਕੋਈ ਨਹੀਂ। ਜਿਹੜੀ ਫਿਲਾਸਫੀ ਇੰਨੀ ਤਕੜੀ ਹੋਵੇ ਅਤੇ ਉਹ ਉਸ ਪਾਰਟੀ ਜਿਹੜੀ ਪਾਰਟੀ ਹੋਵੇ ਉਹ ਉਸ ਫਿਲਾਸਫੀ ਜੁੜੀ ਹੋਵੇ, ਜੜ ਉੱਥੇ ਹੋਵੇ, ਉਹਦਾ ਇਹ ਆਪਣੀ ਫਿਲਾਸਫੀ ਛੱਡ ਕੇ ਦੂਜੇ ਪਾਸੇ ਤੁਰ ਜਾਏ, ਫਿਰ ਉਸ ਤੋਂ ਬਾਅਦ ਇਹੀ ਹਾਲ ਹੋਣਾ ਸੀ, ਅਕਾਲੀ ਦਲ ਦਾ ਹੀ ਹਾਲ ਹੋਇਆ ਜੀ। ਸਾਹਿਬ ਵੀਰ ਸਿੰਘ ਜੀ, ਇੱਕ ਛੋਟੀ ਜਿਹੀ ਟਿੱਪਣੀ ਕਾਮਰੇਡਾਂ ਲਈ, ਕਮਿਊਨਿਸਟ ਪਾਰਟੀਆਂ ਲਈ ਇੱਕ ਛੋਟੀ ਜਿਹੀ ਟਿੱਪਣੀ ਮੈਂ ਤੁਹਾਡੇ ਤੋਂ ਜ਼ਰੂਰ ਲੈਣੀ ਆ। ਆਮ ਜਨਰਲ ਪਰਸੈਪਸ਼ਨ ਆ, ਲੋਕਾਂ ਦੀ ਰਾਏ ਇਹ ਹੈ ਕਿ ਇਹ ਇਨਕਲਾਬੀ ਕਹਿੰਦੇ ਆਪਣੇ ਆਪ ਨੂੰ, ਔਰ ਇਹ ਮਾਰਕਸ ਦੇ ਵੱਲ ਜਾਂਦੇ ਨੇ, ਜਾਂ ਇਹ ਬਾਕੀ ਜਿਹੜੇ ਦੁਨੀਆਂ ਦੇ ਭਰ ਵਿੱਚ ਜਿਸ ਤਰ੍ਹਾਂ ਦੀ ਅਪਰੋਚ ਮੰਨੀ ਜਾਂਦੀ ਹੈ ਕਿ ਇੱਕੋ ਜਿਹਾ ਸਾਰਾ ਅੰਤਾ ਹੋਵੇ, ਸਾਰਾ ਕੁਛ ਇੱਕੋ ਜਿਹਾ ਹੋਵੇ, ਗੁਰੂ ਗੋਬਿੰਦ ਸਿੰਘ ਦੀ ਜਾਂ ਸਿੱਖ ਧਰਮ ਦੀ ਜਿਹੜੀ ਇਨਕਲਾਬ ਦੀ ਧਾਰਨਾ ਸੀਗੀ ਉਹ ਤਾਂ ਦਿਸੀ ਨਹੀਂ ਇੱਥੇ ਲੋਕਲ ਲੈਵਲ 'ਤੇ, ਉਹਨੂੰ ਅਪਣਾਇਆ ਹੀ ਨਹੀਂ। ਪੰਜਾਬ ਦਾ ਸੱਭਿਆਚਾਰਕ ਖਾਸਾ ਜਾਂ ਪੰਜਾਬ ਦਾ ਜਿਹੜਾ ਧਾਰਮਿਕ ਪਹਿਲੂ ਸੀਗਾ ਉਹਨੂੰ ਦਰਕਿਨਾਰ ਕਰਕੇ ਅਸੀਂ ਉਦਾਹਰਨ ਕਿਸੇ ਹੋਰ ਦੀ ਨਾਲ ਇੱਥੇ ਪੇਸ਼ ਹੁੰਦੇ ਸਨ, ਜਿਹੜੀ ਸ਼ਾਇਦ ਲੋਕਾਂ ਦੇ ਸਿਰ ਦੇ ਉੱਤੋਂ ਦੀ ਲੰਘਦੀ ਸੀਗੀ। ਇਹ ਆਮ ਲੋਕਾਂ ਦੀ ਰਾਏ ਆ ਵੀ ਯਾਰ ਕਾਮਰੇਡਾਂ ਦਾ ਕੰਮ ਤਾਂ ਵਧੀਆ, ਪਰ ਇਹਨਾਂ ਦੀ ਗੱਲਬਾਤ ਜਿਹੜੀ ਆ ਉਹ ਉਹ ਕਿਉਂਕਿ ਇੱਥੇ ਤਾਂ ਵਾਰਾਂ ਨਾਲ ਪੇਸ਼ ਹੁੰਦੇ ਨਾ ਲੋਕ, ਇੱਥੇ ਤਾਂ ਢਾਡੀ ਤੇ ਕਵੀਸ਼ਰਾਂ ਦੀ ਗੱਲ ਮੱਸਿਆ ਤੇ ਮੇਲਿਆਂ ਤੇ ਉਹ ਚੱਲਦੀ ਰਹੀ ਹੈ। ਹੁਣ ਭਾਵੇਂ ਘੱਟ ਗਏ, ਹੁਣ ਸੋਸ਼ਲ ਮੀਡੀਆ ਦਾ ਦੌਰ ਆ, ਚੀਜ਼ਾਂ ਹੀ ਬਦਲਦੀਆਂ ਦੇਖ ਰਹੇ, ਤੇਜ਼ੀ ਨਾਲ ਹੋਰ ਵੀ ਬਦਲ ਜਾਣਗੀਆਂ। ਜਿਹੜੀ ਇਹ ਅਪਰੋਚ ਅਪਣਾਉਣੀ ਸੀ ਜਿਹਦੇ ਨਾਲ ਸ਼ਾਇਦ ਲੋਕਾਂ ਦੇ ਹੋਰ ਨੇੜੇ ਹੁੰਦੇ, ਹੁਣ ਉਹ ਕਿਸਾਨ ਜਥੇਬੰਦੀਆਂ ਕੋਲ ਚਲੇ ਗਈ, ਜਿਹੜੀ ਇਹਨਾਂ ਕੋਲ ਤਾਕਤ ਸੀ ਧਰਨੇ ਮੁਜ਼ਾਹਰਿਆਂ ਦੀ, ਸਰਕਾਰਾਂ ਨੂੰ ਝੁਕਾ ਲੈਣ ਦੀ, ਮਤਲਬ ਮਹੀਨਿਆਂ ਤੱਕ ਬੈਠੇ ਰਹਿਣ ਦੀ, ਹਫ਼ਤਿਆਂ ਤੱਕ ਤਾਂ ਆਮ ਹੁੰਦਾ ਸੀ ਵਰਤਾਰਾ ਨਾ, ਤੇ ਲੋਕਾਂ ਦੇ ਮਸਲੇ ਹੱਲ ਹੁੰਦੇ ਸੀ। ਕਾਮਰੇਡ ਕਦੇ ਤਾਕਤ 'ਚ ਨਹੀਂ ਹੁੰਦੇ, ਮਾੜੇ ਮੋਟੇ ਕਾਂਗਰਸ ਨਾਲ ਰਲ ਕੇ ਕਿਤੇ ਥੋੜ੍ਹੀ ਬਹੁਤੀ ਮਿਲੀ ਹੋਊ, ਵੱਖਰੀ ਗੱਲ ਆ। ਤਾਕਤ 'ਚ ਨਾ ਹੁੰਦਿਆਂ ਵੀ ਜਿੰਨਾ ਇੱਕ MLA ਦੇ ਘਰੇ ਰਸ਼ ਪੈਂਦਾ ਰਿਹਾ, ਇੱਕ ਤਗੜੇ ਕਾਮਰੇਡ ਦੇ ਘਰੇ ਵੀ ਉਨਾ ਹੀ ਪੈਂਦਾ ਸੀ, ਕਿਸੇ ਦੇ ਲੋਕਾਂ ਦੇ ਮਾਮਲੇ ਸੀ। ਸੋ ਕਿਤੇ ਗਲਤੀ ਹੋਈ ਕਿਤੇ ਗਲਤੀ। ਫਿਰ ਮੈਂ ਅਕਾਲੀ ਦਲ ਵੱਲ ਜਾਣਾ, ਜੋ ਅੱਜ ਕੱਲ੍ਹ ਅਕਾਲ ਤਖ਼ਤ ਸਾਹਿਬ ਨਾਲ ਚੱਲ ਰਹੇ ਮਾਮਲੇ ਆ, ਹੈਗਾ ਜੀ। ਨਹੀਂ, ਇੱਕ ਤਾਂ ਓਵਰਆਲ ਹੈ ਜਿੱਥੇ ਦੇਖੋ ਲਿਖੇ, ਕੰਪੈਰੇਟਿਵਲੀ ਜੇ ਹੁਣ ਤੱਕ ਦੇ ਰੂਲਰ ਤੁਸੀਂ ਦੇਖੋਗੇ, ਕਮਿਊਨਿਸਟ ਰੂਲਰ ਖੱਬੇ ਪੱਖੀ ਘੱਟ ਕਰਪਟ ਨਜ਼ਰ ਆਉਂਦੇ ਨੇ। ਵੈਸੇ ਤਾਂ ਕਈ ਤਾਂ ਬਿਲਕੁਲ ਹੀ ਕੋਈ ਐਲੀਗੇਸ਼ਨ ਨਹੀਂ ਕਿਸੇ 'ਤੇ ਲੱਗਿਆ ਵੀ ਸਰਕਾਰ ਤੇ ਜਿਹੜਾ ਸੀਗਾ ਜਦੋਂ ਕੇਜਰੀਵਾਲ ਇੱਥੇ ਕਰਪਸ਼ਨ ਦੀ ਮੂਵਮੈਂਟ ਦੀ ਗੱਲ ਕਰ ਰਿਹਾ ਸੀ, ਐਂਟੀ ਕਰਪਸ਼ਨ ਦੀ, ਅਤੇ ਉਦੋਂ ਬਾਅਦ ਪਤਾ ਲੱਗ ਰਿਹਾ ਕੀ ਗੱਲਾਂ ਨੇ। ਉਹ ਇੰਨਾ ਲੰਮਾ ਸਮਾਂ ਉਹ ਵੀ ਤ੍ਰਿਪੁਰਾ ਦੇ ਚੀਫ ਮਿਨਿਸਟਰ ਰਹੇ, ਉਹਨਾਂ ਦੀ ਵਾਈਫ ਰਿਕਸ਼ੇ 'ਚ ਜਾਂਦੀ ਰਹੀ, ਸਕੂਲ ਪੜ੍ਹਾਉਂਦੀ ਰਹੀ ਹਮੇਸ਼ਾ ਹੀ, ਅਤੇ ਹੁਣ ਵੀ ਜਦੋਂ ਉਹ ਚੀਫ ਮਿਨਿਸਟਰ ਤੋਂ ਵੀ ਹਟੇ ਨੇ ਤਾਂ ਉਹੀ 3,000-4,000 ਰੁਪਈਆ ਬੈਂਕ ਅਕਾਊਂਟ ਦੇ ਵਿੱਚ ਹੈ, ਕਿਉਂਕਿ ਕੇਵਲ ਇੱਕ ਪਾਰਟੀਆਂ ਸੀ ਇਹ ਜਿਹੜੀਆਂ ਤਨਖਾਹਾਂ ਵੀ ਮਿਲਦੀਆਂ ਨੇ ਆਪ ਨਹੀਂ ਲੈ ਸਕਦੇ, ਪਾਰਟੀ ਨੂੰ ਜਮ੍ਹਾਂ ਕਰਾਉਣੀ ਪੈਂਦੀ, ਇਹ ਇੱਕ ਪ੍ਰਿੰਸੀਪਲ ਲਾਗੂ ਸੀਗਾ। ਅਤੇ ਉਸ ਤੋਂ ਬਾਅਦ ਤੁਸੀਂ ਉਨੇ ਕੁ ਪੈਸੇ ਲੈ ਸਕਦੇ ਹੋ ਜਿੰਨੇ ਕੁ ਪੈਸੇ ਤੁਹਾਡੀ ਮਤਲਬ ਇੱਕ ਬੇਜ ਲੱਗੀ ਹੋਏਗੀ। ਜੇ ਕਿਸੇ ਦੇ ਚਲੋ ਘਰ ਦੇ ਕੋਈ ਬੰਦਾ ਲੱਗਿਆ ਕਿਤੇ ਨੌਕਰੀ ਦੇ, ਉਹਦੇ ਨਾਲ ਘਰ ਚੱਲਦਾ। ਇਸ ਲਈ ਪ੍ਰੋਪਰਟੀ ਕ੍ਰੀਏਟ ਕਰਨ ਦੇ ਮਾਮਲੇ ਸੀ, ਸਾਡੇ ਕੋਲ 11-11 ਵਾਰ ਦੇ ਇੰਦਰਜੀਤ ਗੁਪਤ ਹੋਮ ਮਿਨਿਸਟਰ ਰਹਿ ਗਏ ਕੰਟਰੀ ਦੇ, ਅਤੇ ਕਦੇ ਕੋਈ ਐਲੀਗੇਸ਼ਨ ਇਸ ਲੈਵਲ ਦਾ ਸੀ। ਇਸੇ ਤਰ੍ਹਾਂ ਸੋਮਨਾਥ ਚੈਟਰਜੀ ਸਪੀਕਰ ਰਹੇ ਲੋਕ ਸਭਾ ਦੇ, ਅਤੇ ਉਹਨਾਂ ਦਾ ਕੱਦ ਸਪੀਕਰਾਂ 'ਚ ਤੁਸੀਂ ਗਿਣ ਸਕਦੇ ਹੋ, ਦੇਖ ਸਕਦੇ ਹੋ। ਵੱਡੇ ਸਪੀਕਰ ਜਿਹੜੇ ਰਿਸਪੈਕਟੇਬਲ ਹੋਣਗੇ ਉਹ ਸਭ ਤੋਂ ਟੌਪ ਵਾਲਿਆਂ 'ਚ ਉਹ ਹੋਣਗੇ। ਔਰ ਜਦੋਂ ਮੌਕਾ ਆਇਆ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ, ਤੁਸੀਂ ਲੈਵਲ ਬੰਦਿਆਂ ਦਾ ਫੈਸਲਾ ਕਰਨ ਦਾ ਦੇਖੋਗੇ ਕਿ ਜਦ ਲੈਵਲ ਇਹ ਆਇਆ ਕਿ ਕਾਮਰੇਡਾਂ ਨੇ ਨਿਊਕਲੀਅਰ ਡੀਲ 'ਤੇ ਵਿਡਰਾ ਕਰ ਲਈ ਸਪੋਰਟ, ਤਾਂ ਚੈਟਰਜੀ ਉਹਨਾਂ ਨੂੰ ਵੀ ਕਿਹਾ ਤੁਸੀਂ ਕਰੋ, ਕਹਿੰਦੇ ਨਹੀਂ ਮੈਂ ਹੁਣ ਸਪੀਕਰ ਦੀ ਪੋਸਟ 'ਤੇ ਹਾਂ, ਇਹ ਨਿਊਟਰਲ ਪੋਸਟ ਹੈ। ਅੱਜ ਕੱਲ੍ਹ ਕਿਸੇ ਸਪੀਕਰ 'ਚ ਦਮ ਹੈ ਕਿ ਮੇਰੀ ਪਾਰਟੀ, ਹਾਲਾਂਕਿ CPM ਨੇ ਉਹਨਾਂ ਨੂੰ ਬਾਹਰ ਕੱਢਿਆ ਉਸ ਉਮਰ 'ਚ ਜਾ ਕੇ ਜਿਨ੍ਹਾਂ ਨੇ CPM ਖੜੀ ਕੀਤੀ ਇੰਨੇ ਵਾਰ ਦੇ, ਪਰ ਉਹ ਨਹੀਂ ਮੰਨੇ। ਉਹ ਬੜੇ ਵੱਡੇ ਕਿਰਦਾਰ ਤੇ ਬੜਾ ਵੱਡਾ ਮਤਲਬ ਇੱਕ ਸਿਸਟਮ ਹੁੰਦਾ ਜਿਹਦੇ 'ਚ ਆਏ ਸੀ ਬੰਦੇ, ਸਾਰੀ ਉਮਰ ਲਾਈ,
ਵਿਦੇਸ਼ਾਂ ਚ ਪੜ ਕੇ ਆ ਕੇ ਵੀ ਆਪਣੀ ਉਮਰ ਬਰਖਰਾਂਜ ਦੇ ਲਈ ਲਾਈ, ਇਹਦੇ ਚ ਤਾਂ ਕੋਈ ਦੋ ਰਾਮਾ ਨਹੀਂ। ਹਾਂ ਜਿਹੜੇ ਕਾਮਰੇਡਾਂ ਨੇ ਵੀ ਬਾਹਰ ਜਿਹੜੇ ਜਿਹੜੇ ਵੱਖ ਕਈ ਸੂਬਿਆਂ ਦੇ ਵਿੱਚ ਵੀ ਤੇ ਹੋਰਾਂ ਥਾਵਾਂ ਤੇ ਵੀ ਉਹ ਸੱਭਿਆਚਾਰ ਨੂੰ ਮੰਨਿਆ, ਇਹ ਕਹਿੰਦੇ ਸੀ ਕੌਮਾਂ ਦੀ ਕੌਮਾਂ ਦਾ ਆਪਾਂ ਨੇ ਰਹਿਣ ਦਾ ਹੱਕ ਸਾਰੇ ਕਿਤੇ, ਪਰ ਪੰਜਾਬ ਵਾਲਿਆਂ ਨੇ ਉਦੋਂ ਉਵੇਂ ਨਹੀਂ ਲਿਆ, ਇਹ ਸਮਝ ਨਹੀਂ ਆਈ ਕਿਉਂ। ਤੁਸੀਂ ਦੇਖੋ ਪਾਕਿਸਤਾਨ ਬਣਿਆ ਧਰਮ ਆਧਾਰ ਤੇ, ਟੂ ਨੇਸ਼ਨ ਥਿਓਰੀ ਤੇ ਬਣਿਆ ਨਾ, ਕਮਿਊਨਿਸਟ ਪਾਰਟੀ ਨੇ ਉਹਦੀ ਸਪੋਰਟ ਕੀਤੀ, ਬਾਅਦ ਦੇ ਵਿੱਚ ਉਹਨਾਂ ਨੇ ਚਾਹੇ ਵਿਡਰਾ ਕੀਤਾ ਕਿ ਸਾਡੇ ਤੋਂ ਬਲੰਡਰ ਹੋ ਗਿਆ, ਉਹ ਅਲੱਗ ਗੱਲ ਹੈ, ਉਹ ਤਾਂ ਧਰਮ ਦੇ ਆਧਾਰ ਤੇ ਦੋ ਟੂ ਨੇਸ਼ਨ ਥਿਓਰੀ ਬਣ ਰਹੀ ਸੀ, ਉਹਦੇ ਤੇ ਵੀ ਸਪੋਰਟ ਕੀਤੀ। ਇੱਥੇ ਜਦੋਂ ਅਕਾਲੀ ਦਲ ਸੀ ਉਹਨੂੰ ਕਹਿੰਦੇ ਫਿਰਕੂ ਹੈ, ਜਿਹੜਾ ਮੋਰਚਾ ਸੀ ਜਾਂ ਬਾਕੀ ਸੀ, ਹਾਲਾਂਕਿ ਪਹਿਲਾ ਮੋਰਚਾ 1982 ਦਾ ਜਿਹੜਾ ਲੱਗਿਆ ਪਾਣੀ ਦਾ, ਉਹ ਚ ਸੀਪੀਐਮ ਤੇ ਅਕਾਲੀ ਦਲ ਇਕੱਠੇ ਸੀ, ਦੋਨਾਂ ਦਾ ਸਾਂਝਾ ਮੋਰਚਾ ਸੀ। ਜਿੰਨਾ ਚਿਰ ਉਹ ਮੋਰਚਾ ਅਗਸਤ ਦੇ ਵਿੱਚ ਇੱਥੇ ਨਹੀਂ ਆ ਗਿਆ ਦਰਬਾਰ ਸਾਹਿਬ ਦੇ ਵਿੱਚ, ਅਪ੍ਰੈਲ ਤੋਂ ਅਗਸਤ ਤੱਕ ਤਾਂ ਉੱਥੇ ਹੀ ਲੱਗਿਆ ਰਿਹਾ ਜਿੰਨਾ ਵੀ ਜਿੰਨਾ ਕੋਈ ਮੋਰਚਾ ਲੱਗਿਆ ਉਹ। ਉਦੋਂ ਬਾਅਦ ਫਿਰ ਇਹ ਆਪਸ ਦੇ ਵਿੱਚ ਉਸ ਲੈਵਲ ਤੇ ਫਟੇ, ਤੇ ਜਿਹੜੀ ਉਹਦੀ ਗਲਤ ਵਿਆਖਿਆ ਕਰਕੇ ਕਿ ਧਰਮ ਤੋਂ ਦੂਰ ਰਹੋ, ਧਾਰਮਿਕ ਬੰਦੇ ਸਾਰੇ ਪਤਾ ਨੀ ਕੀ ਹੁੰਦੇ ਨੇ, ਪੰਜਾਬ ਚ ਵੀ ਇੱਕ ਸਮੇਂ ਇਹ ਕਲਚਰ ਸੀ, ਗਦਰੀ ਬਾਬੇ ਇਹ ਵੀ ਕਹਿੰਦੇ ਸੀ ਅੱਧੇ ਲੈਫਟ ਨਾਲ ਵੀ ਨੇ ਤੇ ਉਹਨਾਂ ਦੇ ਗਾਤਰੇ ਵੀ ਪਾਏ ਹੋਏ ਸੀ। ਕਮਿਊਨਿਸਟਾਂ ਦੀਆਂ ਕਿਸਾਨ ਸਭਾਵਾਂ ਦੇ ਵਿੱਚ ਬਹੁਤ ਬੰਦਿਆਂ ਦੇ ਮਤਲਬ ਅੰਮ੍ਰਿਤ ਵੀ ਛਕਿਆ ਹੋਇਆ ਸੀ ਤੇ ਕਾਮਰੇਡਾਂ ਦੇ ਲੀਡਰ ਵੀ ਸੀ। ਇਹ ਸ਼ਾਇਦ ਇਹ 80ਵਿਆਂ ਦੇ ਵਿੱਚ ਆ ਕੇ ਤੇ ਉਦੋਂ ਬਾਅਦ ਇਹ ਜ਼ਿਆਦਾ ਪੰਗੇ ਵਾਲੀਆਂ ਗੱਲਾਂ ਸਟਾਰਟ ਹੋ ਗਈਆਂ, ਫਿਰ ਅਲਾਈਨਮੈਂਟ ਹੋ ਗਈ ਜਿਵੇਂ ਉਹ ਸਾਰੇ ਮਾਮਲੇ ਨੂੰ। ਵੈਸੇ ਤੁਸੀਂ ਦੇਖੋ ਕਿ ਕਮਿਊਨਿਸਟਾਂ ਦੇ ਹਰੇਕ ਮੈਨੀਫੈਸਟੋ ਨਾ ਚੰਡੀਗੜ੍ਹ ਪੰਜਾਬ ਦਾ, ਪੰਜਾਬ ਦੇ ਪਾਣੀਆਂ ਦਾ ਹੱਕ ਹੈ, ਪਰ ਜਦ ਉਹ ਮੂਵਮੈਂਟ ਇਸ ਤੇ ਚੜ ਗਈ ਕਿ ਇਹ ਗੱਲਾਂ ਨੇ ਜਿਹੜਾ ਅਨੰਦਪੁਰ ਸਾਹਿਬ ਰੈਜੂਲੇਸ਼ਨ ਸੀ ਉਦੋਂ ਉਹਦੇ ਤੋਂ ਬਿਲਕੁਲ ਵੱਖ ਹੋ ਕੇ ਗੌਰਮੈਂਟ ਆਫ ਇੰਡੀਆ ਨਾਲ ਸਟੈਂਡ ਕਿਸੇ ਨਾ ਕਿਸੇ ਰੂਪ ਚ ਲਿਆ ਗਿਆ ਜਾਂ ਲੈ ਗਏ ਉਸ ਮਾਮਲੇ ਦੇ ਵਿੱਚ। ਇਹ ਨਹੀਂ ਸਮਝ ਆਈ ਕਿ ਇਹ ਚੀਜ਼ ਨੂੰ ਕਿਵੇਂ ਕਰਨਾ, ਤੇ ਜਿਹੜੀ ਚੀਜ਼ ਨੇ ਲੌਸ ਵੀ ਕੀਤਾ ਤੇ ਵੱਖ ਵੱਖ ਮਾਮਲਿਆਂ ਦੇ ਵਿੱਚ ਉਹ ਐਲੀਗੇਸ਼ਨ ਲਗਾਤਾਰ ਲੱਗਦਾ ਵੀ ਹੈ। ਪਰ ਅੱਜ ਵੀ ਜਿਹੜਾ ਅਸੀਂ ਇਹ ਕਹਿ ਰਹੇ ਕਿ ਉਹ ਗਏ ਕਿਸਾਨ ਜਥੇਬੰਦੀਆਂ ਕੋਲ ਜਾਂਦੇ ਨੇ, ਕਿਸਾਨ ਜਥੇਬੰਦੀਆਂ ਦਾ ਮੇਜਰ ਧੁਰਾ ਅੱਜ ਵੀ ਲੈਫਟ ਜਥੇਬੰਦੀਆਂ ਹੀ ਨੇ ਕਿਸਾਨ ਦੀਆਂ। ਉਗਰਾਹਾਂ ਗਰੁੱਪ ਸਭ ਤੋਂ ਬੜਾ ਹੈ ਤੇ ਉਹ ਲੈਫਟ ਨਾਲ ਹੀ ਰਿਲੇਟਡ ਹੈ, ਦਿਖਾਉਂਦਾ ਗਰੁੱਪ ਹੈ। ਜਿੰਨੇ ਗਰੁੱਪ ਨੇ ਮਤਲਬ ਚਾਹੇ ਜਮਹੂਰੀ ਕਿਸਾਨ ਸਭਾ ਦੇ ਸਵਾਲ ਨੇ, ਜਿਹੜੀਆਂ 10-11 ਮੇਜਰ ਜਥੇਬੰਦੀਆਂ ਦੇ ਵਿੱਚ ਨੇ, ਉਹ ਲੈਫਟ ਬੈਕਿੰਗ ਹੈ। ਉਹਦੇ ਚੋਂ ਕੋਈ ਕਹੇ ਕਿ ਨਾ ਕਹੇ ਉਹ ਅਲੱਗ ਗੱਲ ਹੁੰਦੀ ਹੈ, ਮੈਂ ਕਿਸੇ ਪਾਰਟੀ ਨਾਲ ਨਹੀਂ, ਮੈਂ ਫਲਾਣੇ ਨਾਲ ਨਹੀਂ, ਪਰ ਲੈਫਟ ਆਈਡੀਆਲੋਜੀ ਤੋਂ ਸਿਹਤ ਨੇ ਉਹ ਸਾਰੀਆਂ ਦੇ ਸਾਰੀਆਂ, ਇਸ ਲਈ ਉਹ ਮਿਲ ਗੋ ਮੈਂ ਉਹਨਾਂ ਉਸ ਸੈਂਸ ਦੇ ਵਿੱਚ ਤਾਂ ਅਜੇ ਵੀ ਇੱਕ ਇੰਪੈਕਟ ਹੈ। ਨਰੋਲ ਪੋਲੀਟੀਕਲ ਇੰਪੈਕਟ ਜਿਹੜਾ ਹੁੰਦਾ ਹੈ ਇਲੈਕਟੋਰਲ ਪੋਲੀਟਿਕਸ 'ਚ ਜਾਂ ਉਹਦੇ ਤੋਂ ਬਿਨਾਂ ਵੀ ਇੱਕ ਪੋਲੀਟੀਕਲ ਧਿਰ ਹੁੰਦੀ ਹੈ, ਪੋਲੀਟੀਕਲ ਮਸਲੇ ਲੈਂਦੀ ਹੈ, ਉਹਦੇ 'ਚ ਕਮਜ਼ੋਰੀ ਦਿਖਾਈ ਦਿੰਦੀ ਹੈ ਲਗਾਤਾਰ, ਉਹ ਨਹੀਂ ਦਿਖਾਈ ਦਿੰਦਾ ਉਸ ਪੱਧਰ ਦੇ ਉੱਤੇ ਜਾ ਕੇ ਕਿ ਉਹ ਨੈਰੇਟਿਵ ਨੂੰ ਪ੍ਰਭਾਵਿਤ ਕਰਨ ਦੀ ਜਿਹੜੀ ਕਪੈਸਿਟੀ ਹੈ ਪੋਲੀਟੀਕਲ ਨੈਰੇਟਿਵ, ਉਹ ਬੇਹੱਦ ਕਮਜ਼ੋਰ ਹੋ ਚੁੱਕੀ ਹੈ। ਪੰਜਾਬ ਨਾਲ ਕੋਈ ਧਿਰ ਨਹੀਂ ਖੜੀ, ਪੰਜਾਬ ਦੇ ਨਾਲ ਕਾਂਗਰਸੀਆਂ ਨੇ ਲਗਾਤਾਰ ਧਰੋ ਕੀਤਾ, ਵੱਖ ਵੱਖ ਮੌਕੇ ਆਏ ਜਦੋਂ ਪੰਜਾਬ ਨਾਲ ਬੀਜੇਪੀ ਨੇ ਕਦੇ ਦਿਲ ਤੋਂ ਲਗਾ ਨਹੀਂ ਰੱਖਿਆ, ਜਿਹੜੇ ਕੀ ਜਾਂ ਕੋਰ ਇਸ਼ੂਜ਼ ਨੇ ਉਹ ਐਡਰੈਸ ਨਹੀਂ ਹੋਏ, ਜਿਹੜੇ ਸਟੇਟ ਨੂੰ ਰਾਜਧਾਨੀ ਨਾ ਮਿਲ ਸਕੇ, ਔਰ ਆਜ਼ਾਦੀ ਮਿਲੀ ਨੂੰ ਕਿੰਨੇ ਸਾਲ ਹੋ ਗਏ ਤੇ ਆਪਣੀ ਰਾਜਧਾਨੀ ਜਿਹੜੀ ਪੰਜਾਬ ਲਈ ਬਣਾਈ ਗਈ ਉਹੀ ਤੁਸੀਂ ਹੁਣ ਇਸ ਸਥਿਤੀ ਚ ਲਿਆਤੀ ਵੀ ਜੇ ਅੱਜ ਉੱਥੇ ਕਿਧਰੇ ਰਾਏ ਸ਼ੁਮਾਰੀ ਕਰਵਾ ਕੇ ਦੇਖ ਲਈ ਜਾਵੇ, ਵੱਧ ਤੋਂ ਵੱਧ ਇਹੀ ਹੁੰਦਾ ਵੀ ਉੱਥੇ ਰਹਿਣ ਵਾਲਿਆਂ ਦੀ ਰਾਏ ਲੈ ਲਓ। ਸੋ ਹਾਲਾਤ ਇੰਨੇ ਕ ਬੁਰੇ ਬਣੇ ਕਿ ਪੰਜਾਬ ਦੇ ਲੀਡਰ ਵੀ ਆਪਣੀ ਕੇਂਦਰੀ ਲੀਡਰਸ਼ਿਪ ਦੀ ਘੁਰਕੀ ਅੱਗੇ ਨਤਾਣੇ ਜੇ ਬਣ ਕੇ ਰਹਿ ਗਏ। ਖੈਰ ਇਹ ਕਾਮਰਿਸਟਾਂ ਦੇ ਵਿੱਚ ਵੀ ਇਹ ਗੱਲ ਆਈ, ਅਕਾਲੀਆਂ ਨੇ ਵੀ ਟਾਈਮ ਪਾਸ ਕੀਤਾ ਜਦੋਂ ਉੱਪਰਲੀ ਸੱਤਾ ਦੇ ਨਾਲ ਰਹੇ। ਪਰ ਮੈਂ ਸਰਦਾਰ ਜਗਤਾਰ ਸਿੰਘ ਜੀ ਜਦੋਂ ਮੈਂ ਇਹ ਦੇਖ ਰਿਹਾ ਅੱਜ ਦੇ ਦਿਨ 'ਚ ਇੱਕ ਨਵੀਂ ਮੂਵ ਸ਼ੁਰੂ ਹੋਈ ਹੈ, ਅਕਾਲੀ ਸੰਕਟ ਦੇ ਸਮਾਨ ਅੰਤਰ ਇੱਕ ਮੂਵ ਸ਼ੁਰੂ ਹੋਈ ਹੈ। ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਦੇ ਕੁਝ ਦਿਨਾਂ ਦੇ ਬਾਅਦ ਲਗਾਤਾਰ ਮੰਗ ਪੱਤਰ ਆ ਰਹੇ ਨੇ,
ਵੱਖ-ਵੱਖ ਧਿਰਾਂ ਵੱਲੋਂ ਆ ਰਹੇ ਨੇ ਕਿ ਉਸ ਸਮੇਂ ਦੀ ਕੋਰ ਕਮੇਟੀ, ਉਸ ਸਮੇਂ ਦੇ ਫੈਸਲਾਕੁਨ ਆਗੂ ਜਿਹੜੇ ਪਿਛਲੇ ਸਮੇਂ 'ਚ ਡੇਰਾ ਸਿਰਸਾ ਨਾਲ ਸੰਬੰਧ ਰੱਖਦੇ ਰਹੇ, ਕਿਸੇ ਵੀ ਰੂਪ 'ਚ ਸਮਰਥਨ ਲੈਂਦੇ ਰਹੇ, ਉਹ ਆਗੂ ਬਾਈ ਨੇਮ ਵੀ ਆ ਰਹੇ ਨੇ, ਜਿਵੇਂ ਚੰਦੂ ਮਾਜਰਾ ਦਾ ਲਿਖਤੀ ਰੂਪ ਵਿੱਚ ਉਹਦੇ ਖਿਲਾਫ਼ ਸ਼ਿਕਾਇਤ ਹੋਈ ਆ। ਇਸ ਤਰ੍ਹਾਂ ਕੋਰ ਕਮੇਟੀ ਸਾਰੀ ਤਲਬ ਕਰਨ ਦੀ ਮੰਗ ਹੋ ਰਹੀ ਹੈ। ਇੱਕ ਤਰ੍ਹਾਂ ਨਾਲ ਇਹ ਮੂਵ ਅੱਗੇ ਵੱਧ ਰਹੀ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਦਿੱਤੇ ਗਏ ਨੇ, ਇਹ ਇਕੱਲੇ ਕਿਉਂ, ਬਾਕੀ ਕਿਉਂ ਨਹੀਂ? ਇੱਕ ਪ੍ਰੈਸ਼ਰ ਬਣ ਰਿਹਾ ਕਿ ਸਮੁੱਚਤਾ ਦੇ ਵਿੱਚ ਘੱਟੋ ਘੱਟ 2 ਦਰਜਨ ਤੋਂ ਵੱਧ ਆਗੂ ਤਨਖਾਹੀਆ ਕਰਾਰ ਦਿੱਤੇ ਜਾਣ, ਤਾਂ ਫਿਰ ਮੈਨੂੰ ਲੱਗਦਾ ਭਾਰ ਘੱਟ ਜਾਂਦਾ ਜੀ ਇੱਕ ਵੱਡੇ ਆਗੂ ਤੋਂ। ਸੋ ਇਸ ਮੂਵ ਨੂੰ ਕਿੰਨਾ ਕਬੂਰ ਪੈਂਦਾ ਤੁਸੀਂ ਦੇਖ ਰਹੇ ਹੋ, ਇਹਦਾ ਫਾਇਦਾ ਹੋਊਗਾ ਜੀ? ਜੇ ਮੰਨ ਲਓ ਸਿੰਘ ਸਾਹਿਬ ਇਹਦੇ ਉੱਤੇ ਸੱਚਮੁੱਚ ਹੀ ਕੋਈ ਫੈਸਲਾ ਕਰਨ ਲੱਗਣਗੇ, ਇੱਕ ਤਾਂ ਇਹ ਡਿਲੇ ਹੋਊਗਾ, ਤੁਰੰਤ ਕੋਈ ਫੈਸਲਾ ਆਉਣ ਦੀ ਸੰਭਾਵਨਾ ਬਣਦੀ ਦਿਸਦੀ ਨਹੀਂ ਫਿਰ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਸੁਣਵਾਈ ਕਰਨੀ ਪਊਗੀ। ਸੁਖਬੀਰ ਸਿੰਘ ਬਾਦਲ ਤਾਂ ਸਮਰਪਿਤ ਹੋ ਗਏ ਸੀਗੇ, ਪੂਰੀ ਤਰ੍ਹਾਂ ਸਮਰਪਣ ਕਰ ਰਹੇ, ਸਭ ਕੁਛ ਝੋਲੀ 'ਚ ਪਾਏ, ਇਸ ਕਰਕੇ ਉਹਨਾਂ ਦਾ ਫੈਸਲਾ ਤਾਂ ਤੁਰੰਤ ਹੋ ਗਿਆ। ਜਿਹੜੇ ਲੋਕ ਹੁਣ ਲੰਬੀਆਂ ਚਿੱਠੀਆਂ ਲਿਖ ਰਹੇ ਨੇ ਸਰ, ਜਿਹੜੇ ਵਿੱਚ ਕਹਿ ਰਹੇ ਨੇ ਕਿ ਮੈਂ ਇਸ ਨੁਕਤੇ ਦੇ ਉੱਤੇ ਤੇ ਸੀਗਾ, ਜਿੱਦਾਂ ਢੀਂਡਸਾ ਨੇ ਕਿਹਾ ਕਿ ਇਜ਼ਹਾਰ ਆਲਮ ਦੇ ਮਾਮਲੇ ਦੀ ਮੈਨੂੰ ਜਾਣਕਾਰੀ ਸੀ, ਹੁਣ ਸਿੰਘ ਸਾਹਿਬ ਪੁੱਛਣਗੇ ਤੈਨੂੰ ਕੀ ਜਾਣਕਾਰੀ ਸੀ ਵੀ ਉਦੋਂ ਕੀ ਹੋਇਆ, ਕਿੰਝ ਹੋਇਆ। ਸੋ ਜਦੋਂ ਤੁਸੀਂ ਕਿੰਨੀਆਂ ਚੀਜ਼ਾਂ ਲਿਖ ਕੇ ਦੇ ਆਉਂਦੇ ਹੋ, ਤਾਂ ਮਤਲਬ ਸੁਣਵਾਈ ਲਈ ਆਧਾਰ ਪੈਦਾ ਹੋ ਜਾਂਦੇ। ਅਕਾਲ ਤਖ਼ਤ ਸਾਹਿਬ ਕੋਈ ਅਦਾਲਤ ਨਹੀਂ ਹੈ ਮੈਨੂੰ ਪਤਾ, ਹੁਣ ਜੇ ਇਹ ਸਿਚੁਏਸ਼ਨ ਪੈਦਾ ਹੋ ਰਹੀ ਹੈ ਤਾਂ ਸਿੰਘ ਸਾਹਿਬ ਇਹਦੇ ਵਿੱਚ ਕੀ ਕਰਨਗੇ ਜੀ? ਚਲੋ ਕੋਈ ਅਦਾਲਤ ਤਾਂ ਨਹੀਂ ਆ, ਤਖ਼ਤ ਹੈਗਾ, ਇੱਕ ਮਸਲਾ ਹੁਣ ਤਖ਼ਤ ਹੈ ਤੇ ਮੈਂ ਹੱਕ ਦੇ ਵਿੱਚ ਹੈ ਸਾਰੀ ਗੱਲ ਤੇ ਆ ਕੇ ਵੀ ਇਹ ਹੁਣ ਗੱਲ ਸਿਰੇ ਲੱਗ ਜਾਣੀ ਚਾਹੀਦੀ ਹੈ। ਸਾਲ ਲੱਗ ਜਾਏਗਾ ਨਾ, ਹੋਰ ਕੀ ਹੈ, ਕਾਹਲੀ ਕਿਹੜੀ ਗੱਲ ਦੀ ਹੈਗੀ ਆਪਾਂ ਨੂੰ ਵੀ ਇਹ ਛੇਤੀ ਨਿਬੇੜਾ ਕਰਨਾ। ਇੱਕ ਇੱਕ ਗੱਲ ਦੀ ਪਹਿਲੇ ਤਸੱਲੀ ਹੋਵੇ, ਸਿੱਖ ਪੰਥ ਦੀ ਤਸੱਲੀ ਹੋਵੇ, ਕਿਹੜੇ ਲੀਡਰ ਨੇ ਕੀ ਕੀਤਾ, ਟਰਾਂਸਪੇਰੈਂਸੀ ਹੋਵੇ, ਸਭ ਦੇ ਸਾਹਮਣੇ ਸਾਰੀ ਗੱਲਬਾਤ ਹੋਵੇ। 1.5 ਸਾਲ ਵੀ ਲਾ ਦਿਓ, ਕੀ ਫਰਕ ਪੈਂਦਾ? ਜਦੋਂ ਫੈਸਲਾ ਕਰਨਾ ਉਦੋਂ ਇਕੱਠੇ ਕਰਿਓ, ਹੌਲੀ ਹੌਲੀ ਸਾਰਿਆਂ ਨੂੰ ਤਨਖਾਹੀ ਕਰਾਈ ਕਰਾਰ ਦੇਈ, ਚਲੋ ਕੋਈ ਗੱਲ ਨੀ, ਫਿਰ ਕੀ ਹੋ ਗਿਆ? ਠੀਕ ਗੱਲ ਹੈ, ਤੇ ਲੋਕਾਂ ਨੇ ਤਾਂ ਤਨਖਾਹੀ ਕਰਾਰ ਦਿੱਤੇ ਵੀ ਹੈ ਪਹਿਲਾਂ ਹੀ, ਅਕਾਲੀ ਲੀਡਰ ਤਾਂ ਵਰਚੁਅਲੀ ਘਰ ਬਿਠਾਏ ਵੀ ਹੈ ਨਾ ਉਸ ਪਾਸਿਓਂ। ਤਾਂ ਆਪਾਂ ਜੇ ਲੈਜਿਸਲੇਟਿਵ ਪੋਲੀਟਿਕਸ ਦੀ ਗੱਲ ਕਰੀਏ, ਲੋਕਾਂ ਨੇ ਤਾਂ ਘਰ ਬਿਠਾਏ ਵੀ ਹੈ। ਤੁਹਾਡਾ ਮਤਲਬ ਨਾ ਮਿਲਵਰਤਨ ਤਾਂ ਹੋ ਹੀ ਰਿਹਾ? ਹਾਂ, ਉਹ ਤਾਂ ਹੋ ਰਿਹਾ ਨਾ, ਕੋਈ ਬਹੁਤਾ ਫਰਕ ਨਹੀਂ ਪੈਂਦਾ। ਤਾਂ ਮੈਂ ਕਹਿੰਦਾ ਵੀ 1.5 ਸਾਲ ਜੇ ਹੋਰ ਚੱਲ ਜਾਏ ਤਾਂ ਚੰਗੀ ਗੱਲ ਹੈ, ਚਲਾ ਦੇਣਾ ਚਾਹੀਦਾ, ਕੋਈ ਮਾੜੀ ਗੱਲ ਨਹੀਂ। ਹੁਣ ਗੱਲਾਂ ਬੜੀਆਂ ਸਿੰਪਲ ਜਿਹੀਆਂ, ਗਲਤੀ ਕੀਤੀ ਕਿਹਨੇ ਤੇ ਬੋਲੇ ਕਿਹੜੇ ਨੀ ਗਲਤੀ ਦੇ ਖਿਲਾਫ਼। ਇੱਕ ਹੁਣ ਜਿਹੜੀ ਗੱਲ ਆ ਰਹੀ ਹੈ ਵੀ ਡੇਰੇ ਸੱਚੇ ਸੌਦੇ ਜਿਹੜੇ ਲੋਕ ਜਾਂਦੇ ਰਹੇ ਵੋਟਾਂ ਮੰਗਣ, ਉਹ 40-45 ਦਾ ਅੱਗੇ ਪੇਸ਼ ਹੋ ਚੁੱਕੀ ਹੈ। ਜੇ ਉਹਨਾਂ ਚੋਂ 2-4 ਕੋਈ ਹੋਰ ਰਹਿ ਗਏ ਉਹ ਵੀ ਪੇਸ਼ ਕਰਾ ਦਿਓ, ਉਹਦੇ 'ਚ ਕੀ ਜੋ ਕੁਛ ਪਹਿਲੇ ਨਾਲ ਹੋਇਆ ਸੀ ਉਹ ਵੀ ਹੁਣ ਬਾਕੀ ਨਾਲ ਵੀ ਹੋ ਜੇ। ਪਰ ਇਹ ਰੋਲ ਸਾਰਿਆਂ ਦੇ, ਇਹ ਪੂਰੀ ਛਾਣਬੀਣ ਰੰਧਾਵਾ ਜੀ ਹੋਣੀ ਚਾਹੀਦੀ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਵੀ ਕਿਹਦਾ ਕੀ ਰੋਲ ਹੈ। ਸਾਰਾ ਲਓ, ਕਿਸੇ ਨੂੰ ਪਾਰਸ਼ਲ ਤਰੀਕੇ ਨਾਲ ਦੇਖਣ ਦੀ ਲੋੜ ਨਹੀਂ ਗੀ। ਸ਼ਿਕਾਇਤਾਂ ਰਿਕਾਰਡ ਤੇ ਹੈਗੀਆਂ, ਗਲਤੀ ਤਾਂ ਗੁਨਾਹ ਦੋ ਲੱਭ ਜਾਗੇ ਆ। ਤਨਖਾਹ ਤੋਂ ਅੱਗੇ ਜਿਹਨਾਂ ਨੇ ਗੁਨਾਹ ਕੀਤਾ, ਜੇ ਗਲਤੀ ਨਹੀਂ ਤਾਂ ਜਿਹਨੂੰ ਆਪਾਂ ਜੇ ਕਹਿ ਦਈਏ ਸਜ਼ਾ, ਤਨਖਾਹ ਹੈਗੀ ਆ,
ਅੱਗੇ ਜਿਹਨਾਂ ਨੇ ਗੁਨਾਹ ਕੀਤੇ ਹੈ ਕਿ ਉਹ ਵੀ ਉਹਦੇ ਨਾਲ ਹੀ ਛੱਡੇ ਜਾ ਸਕਦੇ ਆ। ਉਹ ਇਹ ਲੰਬੀ ਬਹਿਸ ਹੈਗੀ ਹੈ, ਲੇਕਿਨ ਜਿਹੜੇ ਲੋਕ ਚਾਹੁੰਦੇ ਆ ਕਿ ਸਾਰੀ ਅਕਾਲੀ ਦਲ ਨੂੰ, ਮਤਲਬ ਮੈਂ ਸੁਣ ਰਿਹਾ ਸੀ ਵੀ ਚੰਦੂ ਬਾਜਵਾ ਜੀ ਨੂੰ ਪੇਸ਼ ਕਰੋ, ਕਰ ਲਓ ਸਾਰਿਆਂ ਨੂੰ ਕਰ ਲਓ ਯਾਰ, ਕਿਹੜੀ ਗੱਲ ਹੈਗੀ ਹੈ, ਫਰਕ ਕੋਈ ਨਹੀਂ ਪੈਂਦਾ। ਇੰਨਾ ਕੁ ਹੋਏਗਾ ਕਿ ਜਿਹੜੇ ਹੁਣ ਲੀਡਰ ਘਰੋਂ ਸਵੇਰੇ ਉੱਠ ਕੇ ਰੋਜ਼ ਲੋਕਾਂ ਚਲੇ ਜਾ, ਅਰੇ ਜ਼ਿਆਦਾਤਰ ਇਹ ਨਾ ਐਕਟੀਵਿਟੀ ਕਾਇਮ ਹੈਗੀ ਹੈ, ਲੋਕਾਂ ਨੇ ਭਾਵੇਂ ਰਿਜੈਕਟ ਕਰਤੇ ਉਹ ਗੱਲ ਵੱਖਰੀ ਹੈਗੀ ਹੈ, ਲੇਕਿਨ ਉਹ ਆਪਣੀ ਸਿਆਸਤ ਤਾਂ ਕਰੀ ਜਾ ਰਹੇ ਹੈ ਨਾ। ਸੋ ਜਦ ਤੱਕ ਤਨਖਾਹੀਏ ਸਾਰੇ ਕਰਾਰ ਨਹੀਂ ਦਿੱਤੇ ਜਾਂਦੇ, ਘਰ ਤਾਂ ਬੈਠ ਨਹੀਂ ਸਕਦੇ ਜੀ, ਲੇਕਿਨ ਪੁਣਛਾਣ ਸਾਰੀ ਹੋਣੀ ਚਾਹੀਦੀ ਹੈ ਔਰ ਪਬਲਿਕਲੀ ਹੋਣੀ ਚਾਹੀਦੀ ਹੈ, ਲੰਬਾ ਚਲਾ ਜਾਓ ਕੋਈ ਗੱਲ ਨਹੀਂ। ਨਹੀਂ ਇਹ ਇਹ ਪ੍ਰਬੰਧ ਹੈਗਾ ਸਰ, ਪਹਿਲਾਂ ਕਦੇ ਤਖ਼ਤ ਸਾਹਿਬ ਦੇ ਉੱਤੇ ਮਈ ਨਿਰੰਤਰ ਸੁਣਵਾਈ ਹੋਵੇ, ਮਤਲਬ ਜਿੱਦਾਂ ਦੀਆਂ ਸ਼ਿਕਾਇਤਾਂ ਹੋਣ ਸੁਣਵਾਈ ਹੋਵੇ। ਨਹੀਂ ਅੱਜ ਤੱਕ ਕਦੇ ਰਧਾਵਾ ਜੀ ਐਸਾ ਕੋਈ ਮਾਮਲਾ ਕਦੇ ਆਇਆ ਹੀ ਨਹੀਂ। ਤੇ ਜੇ ਆਪਾਂ ਗੱਲ ਕਰੀਏ ਜਦੋਂ 78 ਤੋਂ ਬਾਅਦ ਆਪਣੇ ਇੱਕ ਸ਼ਿਕਾਇਤ ਗਈ ਸੀਗੀ, ਜਦੋਂ SGP ਦੇ ਪ੍ਰਧਾਨ ਗੁਰਚਰ ਸਿੰਘ ਟੌੜਾ ਤੇ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੇ ਅਸਤੀਫੇ ਦਿੱਤੇ ਸੀ ਆਪਣੇ ਨਾਲ ਸ਼ਿਕਾਇਤ ਲਾ ਕੇ, ਉਹ ਚਾਰਸ਼ੀਟ, ਉਹ ਵੀ ਚਾਰਜਸ਼ੀਟ ਸੀਗੀ ਲੰਬੀ ਚੌੜੀ, ਸਭ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਸੀ, ਬਾਦਲ ਸਾਹਿਬ ਮੁੱਖ ਮੰਤਰੀ ਸੀਗੇ। ਲੇਕਿਨ ਉਹ ਤਲਬ ਤੁਲਬ ਕਰਨ ਵਾਲੀ ਗੱਲ ਨਹੀਂ ਸੀ ਉਹਦੇ ਵਿੱਚ ਕੋਈ ਵੀ, ਉਹ ਮਸਲੇ ਹੋਰ ਤਰ੍ਹਾਂ ਦੇ ਸੀਗੇ। ਇਹ ਸਪੈਸੀਫਿਕ ਸ਼ਿਕਾਇਤਾਂ ਹੋ ਜਾਂਦੀਆਂ ਬਈ ਇਹ ਗੁਨਾਹਗਾਰ ਹੈਗੇ, ਇਹਨਾਂ ਨੂੰ ਤਲਬ ਕੀਤਾ ਜਾਵੇ, ਉਹ ਤਲਬ ਕਰਨ ਦੀ ਗੱਲ ਨਹੀਂ ਸੀਗੀ। ਇੱਥੇ ਜੇ ਫਰਕ ਹੈਗਾ, ਇਸ ਕਰਕੇ ਕਦੇ ਵੀ ਇਸ ਢੰਗ ਦੇ ਨਾਲ ਸਾਰੀ ਲੀਡਰਸ਼ਿਪ 'ਤੇ ਕੁਸਚਨ ਮਾਰਕ ਨਹੀਂ ਲੱਗਿਆ। ਇਹ ਪਹਿਲੀ ਵਾਰੀ ਹੈ ਕਿ ਇਸ ਢੰਗ ਨਾਲ, ਕਿਉਂਕਿ ਸਾਰੀ ਵਰਚੁਅਲੀ ਸਾਰੀ ਇਹ ਜਿਹੜੀ ਲੀਡਰਸ਼ਿਪ ਨਾ ਦਾਗੀ ਆ, ਕੁਛ ਡਾਇਰੈਕਟਲੀ ਕੁਛ ਇਨਡਾਇਰੈਕਟਲੀ, ਕੁਛ ਉਹ ਲੋਕ ਜਿਹਨਾਂ ਨੇ ਗੁਨਾਹ ਕੀਤੇ ਹੈ, ਕੁਛ ਲੋਕ ਉਹ ਜਿਹਨਾਂ ਨੇ ਉਹ ਸਪੋਰਟ ਕੀਤੇ ਹੈ, ਇਹਨਾਂ ਦੇ ਬਿਆਨ ਪਏ ਹੈ ਕੁਛ ਲੋਕਾਂ ਦੇ ਉਹ ਸਪੋਰਟ ਕਰਨ ਦੇ ਉਹ ਐਕਸ਼ਨ, ਕੁਛ ਜਿਹੜੇ ਲੋਕ ਚੁੱਪ ਰਹੇ ਬੋਲੇ ਹੀ ਨਹੀਂ ਅੱਗਿਓਂ ਡਰ ਗਏ, ਉਹ ਆਪਣੇ ਢੰਗ ਨਾਲ ਗੁਨਾਹਗਾਰ ਹੈਗੇ ਆ। ਸੋ ਤਿੰਨ ਕੈਟੇਗਰੀ ਦੇ ਵਿੱਚ ਹੈਗੀਆਂ ਮੇਰੇ ਖਿਆਲ ਦੇ ਵਿੱਚ। ਨਹੀਂ ਜਦੋਂ ਸਰ, ਜਦੋਂ 328 ਸਰੂਪਾਂ ਦਾ ਮਾਮਲਾ ਆਉਂਦਾ ਹੈ ਤੇ ਉਦੋਂ ਸਿੰਘ ਸਾਹਿਬ ਨੇ, ਤਤਕਾਲੀ ਸਿੰਘ ਸਾਹਿਬ ਹੋਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਹੋ ਰਹੇ ਸੀ, ਇਹਨਾਂ ਨੇ ਈਸ਼ਰ ਸਿੰਘ, ਐਡਵੋਕੇਟ ਈਸ਼ਰ ਸਿੰਘ ਦੀ ਅਗਵਾਈ ਚ ਕਮੇਟੀ ਬਣਾਤੀ ਸੀ। ਪਹਿਲਾਂ ਇੱਕ ਬੇਬੀ ਨੂੰ ਲਾਇਆ ਸੀ ਜਿਹੜੇ ਰਿਕਿਊਜ਼ ਕਰ ਗਏ ਸੀ ਕਿ ਮੈਂ ਨਹੀਂ ਕਰ ਸਕਣੀ, ਤੇ ਫਿਰ ਇਹਨਾਂ ਨੇ ਉਹਦੀ ਇਨਵੈਸਟੀਗੇਸ਼ਨ ਕਰਾਈ ਸੀ। ਸਿੰਘ ਸਾਹਿਬ ਆਪ ਵੀ ਸੁਣਦੇ ਹੁੰਦੇ ਆ, ਮੰਨ ਲਓ ਕਿ ਵੀਕਲੀ ਬੇਸਿਸ ਦੇ ਉੱਤੇ ਸਿੰਘ ਸਾਹਿਬਾਨ ਦੀ ਮੀਟਿੰਗ ਹੋ ਜੇ, ਨਹੀਂ ਤੁਸੀਂ ਹਾਂ ਤੁਸੀਂ ਤਰੀਕਾ ਕਿਹੜਾ ਵਰਤਣਾ ਉਹਦੇ ਵਾਸਤੇ? ਹਾਂਜੀ, ਉਹ 328 ਰੁਪਏ ਦਾ ਮਸਲਾ ਸਿਧਾਂਤ ਨਾਲ ਸੰਬੰਧਿਤ ਨਹੀਂ ਸੀਗਾ, ਇੱਥੇ ਸਿਧਾਂਤ ਦਾ ਸੰਬੰਧ ਹੈ ਸਾਰੀ ਗੱਲ ਚਾ ਕੇ। ਸੋ ਇੱਥੇ ਇਹ ਫਰਕ ਹੈ। ਇਉਂ ਤਾਂ ਫਿਰ ਜਿਹੜੇ ਡਾਇਰੈਕਟਰ ਸੀਗਾ ਆਪਣੇ ਸਿੰਘ ਸਾਹਿਬ ਦਾ, SGPC ਨੂੰ ਵੀ PTC ਬੰਦ ਕਰੋ ਤੇ ਆਪਣੇ ਚੈਨਲ ਸ਼ੁਰੂ ਕਰੋ, ਉਹ ਤਾਂ ਮਸਲਾ ਉੱਥੇ ਹੀ ਖੜਾ ਹੁਣ ਤੱਕ ਜੀ। ਉਹ ਬੜੀਆਂ ਐਂਟਰੀ ਕੇਸਿਸ ਸਾਰੀ ਗੱਲ ਦੀ ਹੈ, ਜਦੋਂ ਸਾਰਾ ਕੁਛ ਖੁੱਲੇਗਾ ਨਾ। ਮੈਂ ਤਾਂ ਕਿਹਾ ਬਈ ਖੁੱਲਦਾ ਤਾਂ ਖੁੱਲ ਲੈਣ ਦਿਓ, PTC ਵੀ ਖੋਲ ਲਓ ਕੋਈ ਗੱਲ ਨਹੀਂ। ਬਈ ਹੁਣ ਤੱਕ ਜੇ ਡਾਇਰੈਕਟਿਵ ਆਇਆ, ਹੁਕਮ ਆਇਆ ਵੀ ਅਕਾਲ ਤਖ਼ਤ ਸਾਹਿਬ ਦਾ, SGPC ਲਾਗੂ ਹੀ ਨਾ ਕਰਿਓ ਉਹਨੂੰ, ਕਾਰਨ ਕੀ ਹੈ? ਇਹ ਵੀ ਤਾਂ ਲੋਕਾਂ ਸਾਹਮਣੇ ਆਵੇ ਨਾ। ਡਿਜੀਟਲ ਤਾਂ ਉਹਨਾਂ ਨੇ ਸ਼ੁਰੂ ਕਰ ਲਿਆ, ਚੈਨਲ ਦੀ ਗੱਲ ਕਿੱਥੇ ਖੜੀ ਹੈ? ਆ ਕੁਝ ਮਹੀਨੇ ਮੰਗੇ ਸੀ, ਹਾਂ ਕੁਝ ਮਹੀਨੇ ਮੰਗੇ ਸੀ। ਸੋ ਇਹ ਮਸਲੇ ਕੰਪਲੀਕੇਟਡ ਹੈਗੇ ਆ, ਖੁੱਲਣ ਜੋ ਸਾਰਾ ਕੁਛ ਕੋਈ ਗੱਲ ਨਹੀਂ। ਸਾਹਿਬ ਹਮੀਰ ਸਿੰਘ ਜੀ, ਮਾਮਲਾ ਥੋੜਾ ਜਿਹਾ ਇਸ ਕਰਕੇ ਵੀ ਜ਼ਿਆਦਾ ਉਲਝਣ ਵਾਲਾ ਹੈ, ਇੱਕ ਤਾਂ ਸਰਦਾਰ ਜਗਤਾਰ ਸਿੰਘ ਹੋਰੀ ਕਹਿੰਦੇ ਕਿ ਇਸ ਮਾਮਲਾ ਸਿਧਾਂਤਕ ਹੈ, ਔਰ ਸਿਧਾਂਤਕ ਵੀ
ਕੱਲ ਤੱਕ ਸਭ ਤੋਂ ਹੋਏ ਹੁਕਮਨਾਮਿਆਂ ਦੀ ਅਵਗਿਆ ਨਾਲ ਸੰਬੰਧਿਤ ਹੈ। ਹੁਕਮਨਾਮਿਆਂ ਨਾਲ ਜਿਸ ਤਰੀਕੇ ਨਾਲ ਹੁਕਮਨਾਮੇ ਹੋਏ ਉਹਨਾਂ ਨਾਲ ਵੀ ਜੁੜਿਆ ਹੋਇਆ ਕਿ ਹੁਕਮਨਾਮੇ ਹੋਏ ਕਿੱਦਾਂ। ਤੇ ਜੇਕਰ ਤੁਸੀਂ ਇਹਨੂੰ ਜੇ ਅਤੀਤ ਵਿੱਚ ਕੁਛ ਵੀ ਇਸ ਤਰ੍ਹਾਂ ਦਾ ਨਹੀਂ ਹੈ ਜਿਹਨੂੰ ਆਪਾਂ ਵੇਖ ਕੇ ਕਹਿ ਸਕੀਏ ਕਿ ਫਲਾਣੇ ਵੇਲੇ ਇੰਜ ਹੋਇਆ ਸੀ ਤੇ ਇੰਜ ਕੀਤਾ ਗਿਆ ਸੀਗਾ, ਤੇ ਇਸ ਵੇਲੇ ਜੇ ਇਸ ਮਾਮਲੇ ਨੂੰ ਹੁਣ ਸਿੰਘ ਸਾਹਿਬ ਐਡਰੈਸ ਕਰਦੇ ਆ, ਕਿਉਂਕਿ ਉਦਾਂ ਤਾਂ ਸਿੱਧਾ ਹੀ ਸੀਗਾ ਕਿ ਸੁਖਬੀਰ ਸਿੰਘ ਬਾਦਲ ਨੇ ਹਰ ਚੀਜ਼ ਨੂੰ ਮੰਨ ਲਿਆ ਤੇ ਉਹਨਾਂ ਨੇ ਕਿਹਾ ਵੀ ਇੱਥੇ ਕੋਈ ਬਹਿਸ ਕੋਈ ਅਪੀਲ ਦਲੀਲ ਲਈ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕਰਨੀ ਚਾਹੀਦੀ ਆ, ਤੇ ਮੈਂ ਜੋ ਵੀ ਮੇਰੇ ਤੇ ਮੈਨੂੰ ਕਿਹਾ ਗਿਆ ਮੈਂ ਪ੍ਰਵਾਨ ਕਰਦਾ। ਪਰ ਹੁਣ ਜਿਹੜੇ ਬਾਕੀ ਲੋਕ ਆ ਉਹ ਹੋਰ ਤਰੀਕੇ ਨਾਲ ਪੇਸ਼ ਹੋ ਰਹੇ, ਇਹਦਾ ਮਤਲਬ ਹੈ ਕਿ ਕਿਸੇ ਨੂੰ ਇਹ ਤਾਂ ਕਿਹਾ ਨਹੀਂ ਜਾ ਸਕਦਾ ਨਾ, ਉਹ ਚੀਜ਼ਾਂ ਨੂੰ ਐਗਜ਼ਾਮਿਨ ਤਾਂ ਕਰਨਾ ਪਊਗਾ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਕਿ ਇਹ ਫਿਰ ਇਹ ਕਾਫੀ ਲੰਬਾ ਖਿੱਚਿਆ ਜਾਊਗਾ ਔਰ ਇਹਦੇ ਵਿੱਚ ਸਿੰਘ ਸਾਹਿਬ ਨੂੰ ਜਿਹੜੇ ਲੋਕ ਆਪਣੇ ਅਹੁਦਿਆਂ ਤੇ ਰਹਿੰਦੇ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਨ ਦੇ ਦੋਸ਼ੀ ਪਾਏ ਜਾਣਗੇ। ਸਿੰਘ ਸੰਬੰਧ ਦਾ ਆਪਣਾ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਇਹ ਲਫ਼ਜ਼ ਸੀ ਕਿ ਪੰਥ ਦਾ ਨੁਕਸਾਨ ਹੋਇਆ, ਫਿਰ ਉਹਨਾਂ ਲੋਕਾਂ ਨੂੰ ਉਹਨਾਂ ਦੇ ਅਹੁਦਿਆਂ ਨਾਲ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾਊਗੀ। ਇਹ ਸੌਖਿਆ ਜਾਂ ਇੱਕ ਸਜ਼ਾ ਧਾਰਮਿਕ ਸਜ਼ਾ ਨਾਲ ਹੀ ਗੱਲ ਮੁੱਕ ਜਾਊਗੀ ਜਾਂ ਇਹ ਬੜੇ ਲੰਬੇ ਚੱਲਣ ਵਾਲੇ ਮਾਮਲੇ? ਨਹੀਂ, ਮਾਮਲਾ ਤਾਂ ਜਥੇਦਾਰ ਸਾਹਿਬਾਨ ਨੇ ਤੈਅ ਕਰਨਾ, ਧਾਰਮਿਕ ਸਜ਼ਾ ਦਾ ਆਪਣਾ ਰੋਲ ਹੁੰਦਾ, ਧਾਰਮਿਕ ਦੇ ਨਾਲ ਕੋਈ ਪੋਲੀਟੀਕਲ ਸਜ਼ਾ ਵੀ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਇਹ ਉਦੋਂ ਬਾਅਦ ਦੇ ਸਵਾਲ ਨੇ ਮੇਰੇ ਖਿਆਲ। ਪਰ ਪਹਿਲਾ ਸਵਾਲ ਇਹੀ ਹੈ ਕਿ ਇੱਕ ਮਾਮਲਾ ਚੱਲ ਰਿਹਾ ਸੀ, ਪਹਿਲਾਂ ਸਭ ਨੂੰ ਲੱਗਦਾ ਸੀ ਵੀ ਇਹ ਛੇਤੀ ਕੀਤਾ ਨਿਬੜ ਜੂਗਾ, 10 ਦਿਨ ਇੱਕ ਪੇਸੀ ਪਊਗੀ, ਚਲੋ ਹੋ ਗਿਆ, ਤਲਬ ਕਰ ਲੈਣਗੇ, ਆਪਾਂ ਜਵਾਬ ਦੇ ਦਾਂਗੇ ਵੀ ਆਪਾਂ ਮੰਨ ਨਹੀਂ ਰਿਹਾ ਜੀ, ਤੇ ਉਹ ਤਨਖਾਹ ਲਾ ਕੇ ਕੰਮ। ਪਰ ਇਹ ਉਡਾਕ ਰਿਹਾ ਨਹੀਂ, ਮਾਮਲਾ ਅੱਗੇ ਵਧੀ ਜਾ ਰਿਹਾ ਵਧੀ ਜਾ ਰਿਹਾ। ਉਹਦਾ ਕਾਰਨ ਹੈ ਕਿ ਹੁਣ ਦੋਨੇ ਧਿਰਾਂ ਇਹ ਲੱਗਣ ਲੱਗ ਗਿਆ ਵੀ ਸਭ ਨੂੰ ਹੁਣ ਵਿੱਚ ਸ਼ਾਮਿਲ ਕਰ ਲਓ। ਇੱਕ ਤਰੀਕਾ ਤਾਂ ਸੁਖਬੀਰ ਸਿੰਘ ਬਾਦਲ ਨੇ ਅਪਣਾ ਲਿਆ ਸੀ ਕਿ ਮੈਂ ਮੁਖੀ ਹੋਣ ਦੇ ਨਾਤੇ ਸਾਰੀਆਂ ਗੱਲਾਂ ਪ੍ਰਵਾਨ ਕਰਦਾ। ਫਿਰ ਹੁਣ ਜਦੋਂ ਇਹ ਲੱਗ ਗਿਆ ਇਕੱਲੇ ਮੁਖੀ ਹੋਣ ਦੇ ਨਾਤੇ ਇਹ ਕੰਮ ਨਹੀਂ ਚੱਲਦਾ, ਫਿਰ ਉਹ ਦੂਜਿਆਂ ਨੇ ਲਿਖ ਕੇ ਦਿੱਤਾ ਵੀ ਕੈਬਨਿਟ 'ਚ ਆਇਆ ਸੀ, ਫਿਰ ਉਹ ਕੈਬਨਿਟ ਵੀ ਸਾਰੀ ਬੁਲਾ ਲਈ, ਮਤਲਬ ਜਿਹੜੇ ਕੈਬਨਿਟ ਦੇ ਬੰਦੇ ਸੀ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਕਹਿਤਾ ਦਿਓ ਜੀ ਸਪਸ਼ਟੀਕਰਨ। ਤੇ ਉਦੋਂ ਬਾਅਦ ਹੁਣ ਜਿਹੜੇ ਦੂਜੇ ਸੰਗਠਨ ਇਹਨਾਂ ਦੇ ਨਾਲ ਜੁੜੇ ਹੋਏ ਨੇ ਉਹ ਉਧਰਲਿਆਂ ਨੂੰ ਕਹੀ ਜਾਂਦੇ ਨੇ, ਇਹਨਾਂ ਨੂੰ ਵੀ ਬੁਲਾਓ ਉਧਰਲੇ, ਉਧਰਲਿਆਂ ਨੂੰ ਕਹੀ ਜਾਂਦੇ ਬੁਲਾਓ। ਫਿਰ ਤਾਂ ਇਸ ਟੈਨਿਓਰ ਦੇ ਵਿੱਚ ਆਏ ਸਾਰੀ ਲੀਡਰਸ਼ਿਪ ਨੂੰ ਅਜੇ ਤੱਕ ਇਹ ਮਨ ਨਹੀਂ ਬਣਿਆ ਸਾਰਿਆਂ ਦਾ ਕਿ ਸਾਡੇ ਤੋਂ ਕਿੰਨੀ ਕਿੰਨੀ ਗਲਤੀ ਹੋਈ ਹੈ। ਹੋਈ ਤਾਂ ਹੈ ਹੀ ਹੈ, ਕਿਸੇ ਦੀ ਵੱਧ ਹੋਊਗੀ ਕਿਸੇ ਦੀ ਘੱਟ ਹੋਊ, ਉਹ ਉਸ ਦਿਲੋਂ ਤਿਆਰ ਹੋਣ ਜੋ ਨਹੀਂ ਹੋਏ ਹਜੇ ਕਿ ਆਪਾਂ ਚੱਲਦੇ ਹਾਂ ਆਪ ਮੁਹਾਰੇ। ਪਰ ਹੁਣ ਜਿਹਦੇ ਜਿਹਦੇ ਨਾਮ ਦੀ ਚਿੱਠੀ ਚਲੀ ਜਾਊਗੀ ਉਹਨੂੰ ਇੱਕ ਵਾਰ ਬੁਲਾਉਣਾ ਤਾਂ ਪਊਗਾ ਹੀ ਨਾ। ਜੇ ਸ਼ਿਕਾਇਤ ਚਲੀ ਜਾਊਗੀ, ਸ਼ਿਕਾਇਤ ਤੁਸੀਂ ਬਿਨਾਂ ਇਨਵੈਸਟੀਗੇਟ ਕੀਤੇ ਤਾਂ ਰੱਦ ਵੀ ਨਹੀਂ ਕਰ ਸਕਦੇ ਕੋਈ ਵੀ, ਜੇ ਤੁਹਾਡੇ ਖਿਲਾਫ਼ ਕੋਈ ਸ਼ਿਕਾਇਤ ਆਉਂਦੀ ਹੈ, ਕੋਈ ਸੱਦ ਪੁੱਛ ਤਾਂ ਮਾੜੀ ਮੋਟੀ ਹੁੰਦੀ ਹੋਵੇ, ਹਾਂ ਉਹ ਸਾਬਤ ਹੁੰਦੀ ਹੈ, ਨਹੀਂ ਸਾਬਤ ਹੁੰਦੀ ਹੈ ਇਹ ਤੋਂ ਅਗਲੀ ਗੱਲ ਹੁੰਦੀ ਹੈ ਕਿ ਇਕੱਲੇ ਇਕੱਲੇ ਬੰਦਿਆਂ ਦੀ। ਪਰ ਹੁਣ ਇਹਦਾ ਇੱਕੋ ਦਮ ਫੈਸਲਾ ਕਿਵੇਂ ਕੀਤਾ ਜਾਊਗਾ? ਇੱਕ ਤਾਂ ਤਰੀਕੇ ਇਹ ਸੀ ਪਹਿਲਾਂ ਕਈ ਜਿਹੜੇ ਵਿਦਵਾਨ ਸੁਝਾਉਂਦੇ ਰਹੇ ਨੇ ਕਿ ਕੋਈ ਕਮੇਟੀ ਬਣ ਜਾਂਦੀ ਹੈ, ਕਮੇਟੀ ਸਾਰੀਆਂ ਸ਼ਿਕਾਇਤਾਂ ਦੇ ਬਾਰੇ 'ਚ ਉਹਨਾਂ ਦੀਆਂ ਰਾਏ ਵੀ ਲੈ ਲੈਂਦੀ ਹੈ, ਦੂਜਿਆਂ ਦੀਆਂ ਰਾਏ ਵੀ ਲੈ ਲੈਂਦੀ ਹੈ, ਫਿਰ ਉਹ ਪ੍ਰੋਪਰ ਇੱਕ ਰਾਏ ਬਣ ਕੇ ਜਿਹੜੀ ਹੈ ਉਹ ਚਲੀ ਜਾਂਦੀ ਹੈ ਜਥੇਦਾਰ ਸਾਹਿਬਾਨ ਕੋਲ, ਫਿਰ ਉਸ ਰਾਏ ਤੋਂ ਬਾਅਦ ਉਹ ਆਪਣਾ ਮਨ ਬਣਾ ਕੇ ਜੋ ਵੀ ਚੀਜ਼ਾਂ ਨੇ ਉਹ ਫੈਸਲਾ ਕਰ ਦਿੰਦੇ ਨੇ ਉਹ ਜਿਹੇ ਮਾਮਲਿਆਂ ਦੇ ਵਿੱਚ। ਹਜੇ ਤੱਕ ਉਹ ਜਿਹਾ ਤਾਂ ਕੁਝ ਬਣਿਆ ਨਹੀਂ ਔਰ ਇਹ ਸੰਭਾਵਨਾ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਵੀ ਜੇ ਹੁਣ ਨਹੀਂ ਹਜੇ ਤੱਕ ਨਹੀਂ ਕੀਤੀ ਵੀ ਅੱਗੇ ਨੂੰ ਨਹੀਂ ਕਰ ਸਕਦੇ। ਕੋਈ ਵਿਦਵਾਨਾਂ ਦੀ ਕਮੇਟੀ, ਕੋਈ ਵੱਖ ਵੱਖ ਟਾਈਪ ਦੀਆਂ ਕਮੇਟੀ ਆ, ਕਿਉਂਕਿ ਅਲੱਗ ਅਲੱਗ ਟਾਈਪ ਦੇ ਤਰੀਕੇ ਹੁੰਦੇ ਨੇ ਜਿਹੜਿਆਂ ਨੂੰ ਗੱਲ, ਤਾਂ ਉਹਦੇ ਤੇ ਲੰਮਾ ਤਾਂ ਜਾਊਗਾ ਹੀ ਲੱਗਦਾ ਕਿ ਇਮੀਡੀਏਟ ਵਾਲੀ ਤਾਂ ਗੱਲ ਲੱਗਦੀ ਹੈ, ਤੇ ਕਿੰਨਾ ਲੰਮਾ ਜਾਊਗਾ ਇਹ ਆਪਾਂ ਤਾਂ ਤੈਅ ਨਹੀਂ ਕਰ ਸਕਦੇ, ਇਹ ਜਥੇਦਾਰ ਸਾਹਿਬਾਨ ਨੇ ਤੈਅ ਕਰਨਾ ਵੀ ਲੰਮਾਈ ਹੋਊ ਕਿੰਨੀ। ਪਰ ਇੱਕ ਗੱਲ ਜ਼ਰੂਰ ਹੈ, ਫੈਸਲਾ ਓਵਰਆਲ ਪੰਥਕ ਸੈਂਟੀਮੈਂਟ ਇਹਦੇ 'ਚ ਬਹੁਤ ਵੱਡਾ ਜਸਵਾਲ, ਕੇਵਲ ਕੁਝ ਬੰਦੇ ਨਹੀਂ ਜੁੜੇ ਹੋਏ,
ਇਸ ਦੇ ਜਜ਼ਬਾਤ ਓਵਰਆਲ ਜਜ਼ਬਾਤ ਦਾ ਵੀ ਮਾਮਲਾ ਹੈ ਪੰਥਕ, ਜਿਵੇਂ ਕਹਿੰਦੇ ਨੇ ਉਹਨਾਂ ਨੂੰ ਲੱਗਣਾ ਚਾਹੀਦਾ ਜਸਟਿਸ ਹੋਇਆ, ਇਨਸਾਫ ਹੋਇਆ, ਔਰ ਉਹ ਕਿਵੇਂ ਲੱਗੂਗਾ, ਕੀ ਲੱਗੂਗਾ, ਜਿਹੋ ਜਿਹਾ ਮਾਹੌਲ ਹੈ ਉਹ ਹੁਣ ਤੈਅ, ਉਹ ਸਾਰੀਆਂ ਟਰਮਜ਼ ਨੇ ਜਿਹੜੀਆਂ ਉਹ ਜਥੇਦਾਰ ਸਾਹਿਬਾਨ ਨੇ ਕਰਨੀਆਂ। ਉਹਦੇ ਤੇ ਵੀ ਜੇ ਜ਼ਿਆਦਾ ਲੋਕਾਂ ਦੀ ਰਾਏ ਲੈ ਲੈਣਗੇ, ਲੋਕ ਆਪੋ ਆਪਣੀ ਰਾਏ ਦੇਈ ਜਾ ਰਹੇ ਨੇ, ਹਰ ਇੱਕ ਨੂੰ ਰਾਏ ਦੇਣ ਦਾ ਮੈਨੂੰ ਲੱਗਦਾ ਹੱਕ ਹੈ, ਪਰ ਉਹਨਾਂ ਰਾਇਆਂ ਨੂੰ ਕਿਹਨੂੰ ਮੰਨਣਾ ਕਿਹਨੂੰ ਨਹੀਂ ਮੰਨਣਾ ਇਹ ਫਾਈਨਲ ਡਿਸੀਜਨ ਉੱਥੇ ਹੋ ਜਾਊਗਾ, ਜੋ ਹੋ ਜਾਊਗਾ ਫਿਰ ਉਦੋਂ ਬਾਅਦ ਹੀ ਪਤਾ ਲੱਗੇ। ਵੈਸੇ ਸਿੱਧਾ ਹਮੀਰ ਸਿੰਘ ਜੀ, ਜਦੋਂ ਸ਼ੁਰੂਆਤ ਦੇ ਵਿੱਚ ਅਕਾਲੀ ਦਲ ਨੇ ਬੜੀ ਤਸੱਲੀ ਪ੍ਰਗਟਾਈ ਸੀਗੀ ਔਰ ਉਹਨਾਂ ਦੀ ਇੱਛਾ ਵੀ ਇਹੀ ਸੀਗਾ ਕਿ ਸੁਖਬੀਰ ਬਾਦਲ ਆਪਣੇ ਸਮਰਪਣ ਨਾਲ ਪੇਸ਼ ਹੋਏ ਤੇ ਸਿੰਘ ਸਾਹਿਬਾਨ ਨੇ ਉਸ ਤੋਂ ਬਾਅਦ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ। ਉਸ ਸ਼ਾਮ ਤੱਕ ਇਹ ਖੁਸ਼ੀ ਸੀਗੀ ਕਿ ਤੁਸੀਂ ਆਣ ਕੇ ਮਾਫ਼ੀ ਮੰਗ ਲਓ ਜੀ, ਔਰ ਇਹੀ ਅਕਾਲੀ ਦਲ ਚਾਹ ਰਿਹਾ ਸੀਗਾ ਕਿ ਸਾਨੂੰ ਵਿਧੀਵਤ ਮਾਫ਼ੀ ਮਿਲ ਜੇ। ਇੰਝ ਪਹਿਲਾਂ ਲੱਗ ਰਿਹਾ ਸੀ ਕਿ ਬੜਾ ਈਜ਼ੀ ਪ੍ਰੋਸੈਸ ਆ ਕਿ ਜੋ ਹੋ ਰਿਹਾ ਕਿ ਅਸੀਂ ਅਕਾਲ ਤਖ਼ਤ ਨੂੰ ਸਮਰਪਿਤ ਹੋ ਗਏ, ਅਕਾਲ ਤਖ਼ਤ ਸਾਹਿਬ ਨੇ ਤਨਖਾਹੀਆ ਕਰਾਰ ਦੇ ਕੇ ਮਾਫ਼ੀ ਮੰਗਣ ਲਈ ਕਹਿਤਾ, ਸਿੰਘ ਸਾਹਿਬ ਨੇ ਕਿਹਾ ਤੁਹਾਨੂੰ ਮਾਫ਼ੀ ਮੰਗਣ ਲਈ ਤੁਹਾਨੂੰ ਖਿਮਾ ਜਾਚਨਾ ਕਰਨੀ ਪਊਗੀ, ਇਹ ਲਫ਼ਜ਼ ਐਗਜੈਕਟ ਲਫ਼ਜ਼ ਸੀਗੇ। ਪਰ ਉਸ ਤੋਂ ਬਾਅਦ ਜਦੋਂ ਮਾਮਲਾ ਕੰਪਲੈਕਸ ਹੁੰਦਾ ਦਿਸਦਾ ਹੈ ਤਾਂ ਥੋੜਾ ਜਿਹਾ ਅੰਦਰ ਝਰਨਾਹਟ ਜੀ ਛੱਡਣੀ ਸ਼ੁਰੂ ਹੋਈ ਆ, ਥੋੜਾ ਝੁੰਚਣਾ ਬਣਾ ਰਿਹਾ ਕਿ ਇਹ ਤਾਂ ਪੰਗਾ ਪੈ ਗਿਆ। ਹੁਣ ਜੇਕਰ ਇੱਕ ਵਿਅਕਤੀ ਹਿਸਟਰੀ ਦੇ ਵਿੱਚ ਇਸ ਰੂਪ ਚ ਪੇਸ਼ ਹੋਊਗਾ ਤੇ ਫਿਰ ਇਸ ਮਾਮਲੇ ਨੂੰ ਵੱਡਾ ਹੀ ਕਰ ਲਿਆ ਜਾਵੇ, ਇੰਝ ਵੀ ਇੱਕ ਬਹਿਸ ਚੱਲਣ ਲੱਗ ਗਈ ਤੇ ਫਿਰ ਕਈ ਪੱਤਰ, ਖਾਸ ਤੌਰ ਤੇ ਫੈਡਰੇਸ਼ਨ, ਕਈ ਤਰ੍ਹਾਂ ਦੀਆਂ ਫੈਡਰੇਸ਼ਨਾਂ ਜਿਹੜੀਆਂ ਸਿੱਧੇ ਸਿੱਧੇ ਰੂਪ ਚ ਲੀਡਰਸ਼ਿਪ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਨੇ ਮੰਗ ਪੱਤਰ ਦੇਣੇ ਸ਼ੁਰੂ ਕਰ ਦਿੱਤੇ ਕਿ ਇਹਦੇ ਵਿੱਚ ਬਾਕੀਆਂ ਨੂੰ ਸੱਦਿਆ ਜਾਵੇ, ਮਤਲਬ ਸੁਖਬੀਰ ਵਰਗੇ ਹੀ ਬਾਕੀ ਹੋ ਜਾਣ। ਹੁਣ ਅਕਾਲੀ ਦਲ ਦੇ ਅੰਦਰ ਇਹ ਥੋੜੀ ਜਿਹੀ ਘਬਰਾਹਟ ਹੈ, ਸੁਖਬੀਰ ਇਕੱਲੇ ਕਿਉਂ, ਤੁਹਾਨੂੰ ਲੱਗਦਾ ਕਿ ਤਨਖਾਹੀਆ ਕਰਾਰ ਦਿੱਤੇ ਜਾ ਸਕਣਗੇ ਲੋਕ? ਇੱਕ ਤਾਂ ਗੱਲ ਹੁੰਦੀ ਹੈ ਇਹ ਕਿ ਬੰਦੇ ਜਾਂਦੇ ਨੇ ਆਪ, ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਾਲੇ ਤਾਂ ਆਪ ਗਏ ਨਾ ਕਿ ਅਸੀਂ ਵੀ ਸ਼ਾਮਿਲ ਸੀ, ਪਰ ਮੇਨ ਸੁਖਬੀਰ ਸਿੰਘ ਸੀਗਾ ਤੇ ਤੁਸੀਂ ਗੁਰਗਿਆਨੀ ਗੁਰਬਚਨ ਸਿੰਘ ਤੋਂ ਪੁੱਛ ਸਕਦੇ ਹੋ, ਅਸੀਂ ਰੋਕ ਨਹੀਂ ਸਕੇ। ਇਹ ਤੁਹਾਡਾ ਇੱਕ ਇਖਲਾਕੀ ਤੌਰ ਤੇ ਜਾਣ ਦੀ ਤੁਹਾਡੇ ਲਈ ਠੀਕ ਗੱਲ ਹੈ। ਜਿਹੜੇ ਵੱਖ ਵੱਖ ਫੈਡਰੇਸ਼ਨਾਂ ਦੇ ਰਹੀਆਂ ਨੇ ਉਹ ਆਪਣਾ ਵੀ ਕੋਈ ਰੋਲ, ਆਪਣਾ ਤਾਂ ਰੋਲ ਵਿੱਚ ਉਹਨਾਂ ਦਾ ਕੋਈ ਨਹੀਂ ਦੱਸ ਰਹੀਆਂ, ਉਹ ਕੇਵਲ ਮੋਟੀਵੇਟਡ ਰੂਪ ਇਸ ਲਈ ਲੱਗਦਾ ਕਿ ਉਹ ਸਾਰਿਆਂ ਨੂੰ ਕਹਿ ਕੇ ਕਰਦੇ ਵੀ ਤੂੰ ਇਹਦਾ ਦੇ ਦੇ, ਤੂੰ ਇਹਦਾ ਦੇ ਦੇ, ਤੂੰ ਇਹਦਾ ਦੇ ਦੇ। ਇਹ ਲੜਾਈ ਫਿਰ ਅਕਾਲ ਤਖ਼ਤ ਤੇ ਉਸ ਲੈਵਲ ਦੀ ਲੜਾਈ ਨਹੀਂ, ਅਖਲਾਕੀ ਲੜਾਈ ਦਾ ਮਾਮਲਾ। ਉੱਥੇ ਜਾਂ ਤਾਂ ਉਹ ਜਾਵੇ ਜਿਹੜਾ ਕਹੇ ਮੈਂ ਹਾਂ ਇਸ ਗੱਲ ਤੇ ਹਾਂ ਜੀ, ਉਹਨਾਂ ਦਾ ਅਕਾਲ ਤਖ਼ਤ ਦਾ ਉਡੀਕ ਲਓ ਫੈਸਲਾ, ਹੋ ਸਕਦਾ ਉਹ ਆਪ ਹੀ ਸੱਦ ਲੈਣ ਸਾਰਿਆਂ ਨੂੰ। ਤੇ ਜਿਹੜੇ ਇਹ ਜਾ ਰਹੇ ਨੇ ਇੱਕ ਉਹ ਪਾਵਰ ਗੇਮ ਦੀ ਲੜਾਈ ਹੈ, ਫਿਰ ਇਹਦਾ ਮਤਲਬ ਨਾ ਕਰਾਈਏ ਬਾਹਰ, ਬਾਵਜੂਦ ਦੇ ਦੇ ਕੇ ਸਾਰੇ ਲੋਕ ਇਸ ਪੱਧਰ ਦੇ ਉੱਤੇ ਜਾ ਰਹੇ ਨੇ ਤੇ ਉਹਨੂੰ ਤਾਂ ਹੱਕ ਹੈ ਕਿਸੇ ਨੂੰ ਜਿਹੜਾ ਵੀ ਕਹੇ ਵੀ ਚਲੋ ਇੱਕ ਕੈਬਨਿਟ ਵਾਲੇ ਆ ਗਏ ਜੀ, ਆ ਗਏ ਅਕਾਲ ਤਖ਼ਤ ਨੇ ਸੱਦ ਲਏ ਸਾਰੇ। ਕੱਲ ਨੂੰ ਇੱਕ ਜਨਰਲ ਵੀ ਕੋਈ ਕਹਿ ਸਕਦਾ, ਵਿਊ ਲੈ ਸਕਦਾ ਕਿ ਜੀ ਜਿੰਨੇ ਵੀ ਕੋਰ ਕਮੇਟੀ, ਜਿੰਨੇ PAC ਦੇ ਬੰਦੇ ਸੀਗੇ ਉਹ ਵੀ ਇਨਵੋਲਵ ਹੋਣੇ ਚਾਹੀਦੇ ਨੇ, ਕਿਉਂਕਿ ਉਹਨਾਂ ਦੇ ਹੁੰਦੇ ਵੀ ਇਹ ਚੀਜ਼ਾਂ ਵਾਪਰੀਆਂ ਨੇ, ਉਹਨਾਂ ਨੇ ਰਜਿਸਟਰ ਨਹੀਂ ਕੀਤਾ ਉਸ ਰੂਪ 'ਚ। ਪਰ ਜਦ ਇਕੱਲਾ ਇਕੱਲਾ ਬੰਦਾ ਕਿ ਉਹਦਾ ਰਹਿ ਗਿਆ, ਮੈਂ ਉਹਦਾ ਦੇਣ ਜਾਂਦਾ ਪੱਤਰ, ਮੈਂ ਉਹਦਾ ਦੇਣ ਜਾਂਦਾ, ਤਾਂ ਇਹ ਬਿਲਕੁਲ ਬਾਹਰ ਪਾਵਰ ਦੀ ਲੜਾਈ ਹੈ। ਵੈਸੇ ਤੁਸੀਂ ਜੋ ਮਰਜ਼ੀ ਕਹੀ ਜਾਓ ਕਿ ਪਾਵਰ ਦੀ ਲੜਾਈ ਤੀ ਜੀ, ਇੱਥੇ ਇੱਥੇ ਤਾਂ ਅਸੀਂ ਹੁਣ ਨਤਮਸਤਕ ਹੋ ਕੇ ਜਾ ਰਹੇ ਹਾਂ, ਹੁਣ ਤਾਂ ਸਭ ਕੁਝ ਪ੍ਰਵਾਨ ਕਰਕੇ ਜਾ ਰਹੇ ਹਾਂ, ਪਰ ਇਹਦੇ 'ਚੋਂ ਲੱਗ ਨਹੀਂ ਰਿਹਾ ਇਹ ਕਿੱਧਰ ਜਾਊਗਾ ਫੈਸਲਾ, ਉਹ ਤੋਂ ਬਾਅਦ ਦੀ ਗੱਲ ਹੈ। ਕੱਲ ਨੂੰ ਦਮ ਲੈ ਲੈ ਜਾ ਰਹੇ ਹੋ, ਇਹਨਾਂ ਨੂੰ ਸਾਰੇ ਫੈਡਰੇਸ਼ਨ ਆਗੂਆਂ ਨੂੰ ਇਹ ਪੁੱਛਣਾ ਹੀ ਚਾਹੀਦਾ ਕਿਤੇ ਨਾ ਕਿਤੇ, ਤਾਂ ਅੱਜ ਤੱਕ ਤੁਸੀਂ ਵੀ ਇੱਥੇ ਹੀ ਸੀ, ਕੋਈ ਵੀ ਕਿਸੇ ਬਾਰੇ ਚਿੱਠੀ ਲੈ ਕੇ ਕਿਉਂ ਨਹੀਂ ਆਇਆ ਅਕਾਲ ਤਖ਼ਤ ਸਾਹਿਬ ਜੀ? ਜੇ ਤੁਸੀਂ ਇੰਨੇ ਇੰਡੀਪੈਂਡੈਂਟ ਸੀਗੇ, ਇਸ ਲੈਵਲ ਦਾ ਸੋਚਦੇ ਸੀਗੇ, ਜ਼ਿਆਦਾ ਸੋਚਦੇ ਸੀ, ਤਾਂ ਜਿਵੇਂ ਉਹ ਗਏ ਨੇ ਹੁਣ ਚਾਹੇ ਲੇਟ ਹੀ ਗਏ, ਤੁਸੀਂ ਕਿਉਂ ਨਹੀਂ ਗਏ ਸਾਰੇ? ਵੈਸੇ ਸਵਾਲ ਦਾ ਜਵਾਬ ਤਾਂ ਉਹਨਾਂ ਨੂੰ ਵੀ ਤਾਂ ਦੇਣਾ ਚਾਹੀਦਾ ਇਸ ਨਾਜ਼ੁਕ ਮੌਕੇ ਤੇ। ਸਿੰਘ ਸਾਹਿਬ ਇੰਨੀ ਜਿਹੜੀ ਖਾਨਾ ਜੰਗੀ ਜੀ ਆ, ਖਲ ਜਗਣ ਬਣਿਆ ਪਿਆ ਕਿ ਸਿੰਘ ਸਾਹਿਬ
ਸਮੁੱਚਤਾ ਦੇ ਵਿੱਚ ਜਿੰਨੇ ਅਕਾਲੀ ਨੇ ਉਹਨਾਂ ਨੂੰ ਭੰਗ ਕਰਨਾ ਵੀ ਕੋਈ ਦੇਸ਼ ਦੇ ਸਕਦੇ। ਜੇ ਆਪਾਂ ਪ੍ਰੋਫੈਸਰ ਮਨਜੀਤ ਸਿੰਘ ਦੇ ਸਮੇਂ ਦੀ ਗੱਲ ਕਰੀਏ ਵੀ ਉਹਨਾਂ ਨੇ, ਮੈਂ ਜ਼ਰੂਰ ਇਹ ਚਾਹੂੰਗਾ ਵੀ ਹਿਸਟਰੀ ਦੇ ਵਿੱਚ ਜਦੋਂ ਅਕਾਲੀ ਦਲ ਭੰਗ ਕੀਤੇ ਗਏ ਹੋਣ ਜਾਂ ਸਾਰਿਆਂ ਨੂੰ ਅਹੁਦੇ ਛੱਡਣ ਲਈ ਕਿਹਾ ਗਿਆ ਹੋਵੇ, ਇੱਥੇ ਉਹ ਸਥਿਤੀ ਬਣਦੀ ਦਿਸਦੀ ਕਿ ਨਹੀਂ? ਨਹੀਂ ਕਹਿ ਵੀ ਇਹ ਹੋਰ ਤਰ੍ਹਾਂ ਦਾ ਮਾਮਲਾ ਹੈ। ਪਹਿਲਾਂ ਜਦੋਂ ਅਕਾਲੀ ਦਲ ਦੇ ਗਰੁੱਪ ਸੀ ਉਹਨਾਂ ਨੂੰ ਭੰਗ ਕਰਨਾ, ਇੱਥੇ ਅਕਾਲੀ ਲੀਡਰਸ਼ਿਪ, ਅਕਾਲੀ ਵਰਕਰ, ਅਕਾਲੀਅਤ ਜਿਹੜੇ ਉਹ ਮੋਰਲ ਕ੍ਰਾਈਸਿਸ 'ਚ ਖੜੇ ਨੇ। ਉਹ ਪਾਵਰ ਗੇਮ ਦੀ ਆਪਣੀ ਲੜਾਈ ਸੀ ਕਿ ਚਲੋ ਇਹ 'ਚ ਪੰਥ ਇਕੱਠਾ ਕਰੋ। ਇੰਨਾ ਇੰਨੇ ਮੋਰਲ ਐਲੀਗੇਸ਼ਨ ਜਿਹੜੇ ਨੇ ਅਖਲਾਕ ਤੇ ਪਿੱਛੇ ਹਟੇ ਸਾਰੀਆਂ ਮਰਿਆਦਾਵਾਂ ਤੋਂ ਸਾਰੀਆਂ, ਤੇ ਇਹ ਕਦੇ ਨਹੀਂ ਲੱਗੇ। ਮੈਨੂੰ ਤਾਂ ਲੱਗਦਾ ਕਿ ਹਿਸਟਰੀ 'ਚ ਪਹਿਲੀ ਵਾਰ ਹੋ ਰਿਹਾ, ਇਸ ਲਈ ਇਹਦੇ 'ਤੇ ਨਵਾਂ ਕੋਈ ਪਿਰਤੀ ਪਾਉਣੀ ਪਊਗੀ। ਕੋਈ ਪੁਰਾਣੀਆਂ ਕੱਲੀਆਂ ਦੇਖ ਕੇ ਕੰਮ ਨਹੀਂ ਚੱਲੂਗਾ, ਤੇ ਜੋ ਵੀ ਸੋਚ ਕੇ ਕੋਈ ਗੱਲ ਕਰਨਗੇ ਸ਼ਾਇਦ ਵੀ ਆਹੀ ਹੋਵੇ, ਉਹਨੇ ਆਹ ਕੀਤਾ ਹੋਏ, ਐਂ ਇਕੱਠਾ ਅਕਾਲੀ ਦਲ ਬਣਾ ਦੇਣ ਜਾਂ ਉਵੇਂ ਨਾ ਬਣਾ ਦੇਣ, ਇਹ ਕੋਈ ਗੱਲ ਨਹੀਂ ਲੱਗਦੀ। ਅਕਾਲੀ ਦਲ ਦਾ ਤਾਂ ਪ੍ਰੋਗਰਾਮ ਕੀ ਹੈ, ਏਜੰਡਾ ਕੀ ਹੈ? ਉਦੋਂ ਅਕਾਲੀ ਦਲਾਂ ਦਾ ਆਪੋ ਆਪਣਾ ਇੱਕ ਏਜੰਡਾ ਸੀ, ਇੱਕ ਪੋਲੀਟੀਕਲ ਏਮ ਸੀ ਕਿ ਮੈਂ ਆਹ ਕਰਨਾ ਚਾਹੁੰਦਾ, ਮੈਂ ਆਹ ਕਰਨਾ ਚਾਹੁੰਦਾ, ਮੈਂ ਅਗਲਾ ਕਹਿੰਦਾ ਜੇ ਇਸੇ ਏਮ ਦੇ ਨੇੜੇ ਤੇੜੇ ਹੋ ਸਾਰੇ ਹੀ ਤਾਂ ਇਕੱਠੇ ਕਿਉਂ ਨਹੀਂ ਹੋ ਜਾਂਦੇ? ਲੀਡਰ ਦਾ ਹੀ ਰੌਲਾ, ਲੀਡਰ ਅਕਾਲ ਤਖ਼ਤ ਰੋਲ ਨਿਭਾਉਣ ਦਾ ਵਿੱਚ ਵੀ, ਭਾਈ ਫਲਾਨੇ ਨੂੰ ਮੰਨ ਲਓ ਜਾਂ ਪ੍ਰੈਜ਼ੀਡੀਅਮ ਨੂੰ ਮੰਨ ਲਓ, ਇੱਥੇ ਇਕੱਲਾ ਉਨਾ ਕੁ ਮਾਮਲਾ ਨਹੀਂ ਹੈ ਮੇਰੇ ਖਿਆਲ। ਇਹ ਮੋਰਲ ਵੱਡਾ ਕ੍ਰਾਈਸਿਸ ਜਾਂ ਹੋਰ ਤਰ੍ਹਾਂ ਦਾ, ਇਸ ਤੋਂ ਬਾਅਦ ਦੀ ਕੋਈ ਗੱਲ ਅਗਲੀ ਹੋ ਜਾਵੇ। ਸਰ ਜਗਤਾਰ ਸਿੰਘ ਜੀ, ਲਾਸਟ ਵਿੱਚ ਹੀ ਗੱਲ ਕਰ ਰਹੇ ਹਾਂ ਆਪਾਂ, ਇੱਕ ਵੱਡੇ ਅਕਾਲੀ ਆਗੂ ਜਿਹੜੇ ਪੜ੍ਹਨ ਲਿਖਣ ਲਈ ਵੀ ਜਾਣੇ ਜਾਂਦੇ ਨੇ, ਉਹਨਾਂ ਨੇ ਮੈਨੂੰ ਸਵਾਲ ਕੀਤਾ ਕਿ ਅਕਾਲ ਤਖ਼ਤ ਸਾਹਿਬ ਅਕਾਲੀ ਦਲ ਨੂੰ ਜੇ ਹੁਕਮ ਕਰਦੇ ਨੇ, ਅਕਾਲੀ ਦਲ ਉਹਨਾਂ ਨੂੰ ਆਪਣਾ ਲੱਗਦਾ, ਤਾਂ ਫਿਰ ਇਹ ਅਪਣਾਉਣਾ ਵੀ ਚਾਹੀਦਾ ਕਿ ਅਕਾਲੀ ਦਲ ਨੂੰ ਸਜਾਵਾਂ ਦੇ ਕੇ ਇਸ ਤੋਂ ਬਾਅਦ ਵੋਟ ਵੀ ਪਾਈ ਜਾਵੇ? ਅਦਰਵਾਈਜ਼ ਤਾਂ ਦੂਜੀਆਂ ਪਾਰਟੀਆਂ 'ਚ ਵੀ ਸਿੱਖ ਲੀਡਰ ਹੈਗੇ ਨੇ, ਉਹਨਾਂ ਲਈ ਕਿਉਂ ਨਹੀਂ ਅਕਾਲ ਤਖ਼ਤ ਸਾਹਿਬ ਉਨੇ ਪ੍ਰੋਐਕਟਿਵ ਹੁੰਦੇ? ਅਕਾਲੀ ਦਲ ਦੀ ਪੋਲੀਟਿਕਸ ਨੂੰ ਜਦੋਂ ਹੈ ਹੀ ਕੋਈ ਪੋਲੀਟਿਕਸ ਆ, ਉਹ ਧਾਰਮਿਕ ਪੋਲੀਟਿਕਸ ਨਹੀਂ, ਉਹ ਇਲੈਕਟੋਰਲ ਪੋਲੀਟਿਕਸ ਹੈ, ਤੇ ਉਹਦੇ ਵਿੱਚ ਜੇ ਉਹ ਡਿਕਟੇਟ ਕਰਦੇ ਨੇ, ਹਾਲਾਂਕਿ ਮੈਂ ਮਾਫੀ ਚਾਹੁੰਦਾ ਇਹ ਸ਼ਬਦ ਕਿਸੇ ਤੇ ਜਿਹੜੇ ਮੈਂ ਵਰਤ ਰਿਹਾ, ਤੇ ਇਹ ਤੁਹਾਨੂੰ ਲੱਗਦਾ ਕਿ ਇਹ ਗੁੰਝਲ ਵੀ ਹੈਗੀ ਆ ਕਿ ਕਿਸੇ ਪੋਲੀਟੀਕਲ ਪਾਰਟੀ ਨੂੰ ਡਿਕਟੇਟ ਕਰਨਾ? ਤਾਂ ਮਤਲਬ ਤੁਸੀਂ ਇਹ ਮੰਨਦੇ ਹੋ ਕਿ ਪਾਰਟੀ ਅਕਾਲ ਤਖ਼ਤ ਸਾਹਿਬ ਤੇ ਬਣੀ ਆ ਤੇ ਸਾਰਿਆਂ ਸਿੱਖਾਂ ਨੂੰ ਹੁਕਮ ਵੀ ਦਿੱਤਾ ਜਾ ਸਕਦਾ ਵੀ ਇਹਨੂੰ ਤੁਸੀਂ ਸਪੋਰਟ ਕਰੋ ਜੀ? ਇਹ ਵੀ ਇੰਝ ਵੀ ਸਥਿਤੀਆਂ ਹੁੰਦੀਆਂ ਜਿਹਨੂੰ ਤੁਸੀਂ ਬਣਾਇਆ ਹੋਵੇ? ਨਹੀਂ, ਤੁਸੀਂ ਗੱਦੀ ਗੱਲ ਤਾਂ ਤੁਸੀਂ ਆਪ ਹੀ ਕਰਤੀ ਜੀ। ਇਹ ਪਾਰਟੀ ਦੀ ਜੜ ਹੈ ਜਿਹੜੀ, ਉਹ ਤਾਂ ਅਕਾਲ ਤਖ਼ਤ ਦੇ ਸਿਧਾਂਤ ਦੇ ਵਿੱਚ ਹੈ, ਉੱਥੇ ਬਣੀ ਸੀਗੀ, ਇੱਕ ਖਾਸ ਸਿਚੁਏਸ਼ਨ ਦੇ ਵਿੱਚ ਬਣੀ ਸੀਗੀ ਜੀ, ਤੇ ਸਿਖਰ ਹੀ ਤਰਜਮਾਨ ਪਾਰਟੀ ਬਣੀ ਸੀਗੀ ਤੇ ਤਰਜਮਾਨੀ ਕਰਦੀ ਰਹੀ ਲਗਾਤਾਰ। SGPC ਦੇ ਜਿਹੜੇ ਮਤੇ ਪੁਰਾਣੇ ਹੈਗੇ ਆ 1947 ਤੋਂ ਪਹਿਲਾਂ ਦੇ, ਈਵਨ ਸਿੱਖ ਸਟੇਟ ਦੇ ਮਤੇ ਵੀ ਦੋ ਪਏ, ਉਹ ਰੋਲ ਜਿਹੜਾ ਹੈਗਾ ਨਾ ਉਹ ਬਿਲਕੁਲ ਡਿਫਰੈਂਟ ਹੈਗਾ। ਇਹ ਜਦੋਂ ਅਸੀਂ ਓਵਰ ਸਟੈਚ ਕਰਕੇ ਚੱਲਦੇ ਹਾਂ ਕਿ ਅਕਾਲ ਤਖ਼ਤ ਡਾਇਰੈਕਟਿਵ ਦੇ ਸਕਦਾ ਸਿੱਖਾਂ ਨੂੰ ਵੋਟ ਪਾਉਣ ਵਾਸਤੇ, ਇਹ ਓਵਰ ਸਟੈਚ ਕਰਨ ਵਾਲੀ ਗੱਲ ਹੈਗੀ ਹੈ ਜੀ। ਜੇ ਇਸ ਪਾਰਟੀ ਦੀ ਜੜ ਅਕਾਲ ਤਖ਼ਤ ਦੇ ਵਿੱਚ ਨਾ ਹੁੰਦੀ, ਨੰਬਰ ਦੋ, ਹੁਣ ਜਿੱਥੇ ਸੰਬੰਧ ਸਿੱਧਾ ਹੈਗਾ, ਆਪਾਂ ਲਗਾਤਾਰ ਗੱਲ ਕੀਤੀ ਹੈ ਵੀ ਸਿੱਖਾਂ ਦੇ ਤਿੰਨ ਇੰਸਟੀਟਿਊਸ਼ਨ ਹੈਗੇ, ਨੰਬਰ ਇੱਕ ਅਕਾਲ ਤਖ਼ਤ, ਨੰਬਰ ਦੋ SGPC, ਨੰਬਰ ਤਿੰਨ ਅਕਾਲੀ ਦਲ। ਅਕਾਲੀ ਦਲ ਸਿਰਫ ਸਿਆਸੀ ਪਾਰਟੀ ਨਹੀਂ ਹੈ, ਜਦੋਂ ਤੁਸੀਂ ਇਸ ਪਾਸੇ ਚੱਲੋਗੇ ਫਿਰ ਜਿਹੜੀ ਇਹ ਗੱਲ ਤੁਸੀਂ ਨੂੰ ਸਵਾਲ ਪੁੱਛਿਆ ਸੀਗਾ ਉਹਦਾ ਜਵਾਬ ਇਹਦੇ ਵਿੱਚ ਹੈ। ਇਹ ਇਕੱਲੀ ਸਿਆਸੀ ਪਾਰਟੀ ਨਹੀਂ ਹੈ, ਸਿੱਖਾਂ ਦਾ ਇੱਕ ਇੰਸਟੀਟਿਊਸ਼ਨ ਹੈ, ਇਸ ਕਰਕੇ ਇਹਦੇ ਸਾਰੇ ਮਾਮਲੇ ਅਕਾਲ ਤਖ਼ਤ ਤੇ ਰੈਫਰ ਹੋ ਜਾਂਦੇ ਹੈ। ਹੁਣ ਇੰਸਟੀਟਿਊਸ਼ਨ ਕਿਵੇਂ, ਅਕਾਲੀ ਦਲ
ਜਦੋਂ ਤੋਂ SGPC ਬਣੀ ਹੈ, SGPC ਅਕਾਲੀ ਦਲ ਕੋਲ ਹੈ ਔਰ ਅਕਾਲ ਤਖ਼ਤ ਦਾ ਪ੍ਰਬੰਧ ਸਾਰਾ ਉਦੋਂ ਤੋਂ ਲੈ ਕੇ ਪਹਿਲਾਂ ਵੀ ਹੁੰਦਾ ਸੀਗਾ। SGPC 1920 ਬਣਦੀ ਹੈ ਅਤੇ ਆਲਮੋਸਟ 27-28 ਦਿਨਾਂ ਬਾਅਦ ਅਕਾਲੀ ਦਲ ਬਣ ਜਾਂਦਾ। 25 'ਚ ਪਹਿਲੀ ਇਲੈਕਸ਼ਨ, 25 'ਚ ਗੁਰਦੁਆਰਾ ਐਕਟ ਬਣਦਾ, 26 'ਚ ਪਹਿਲੀ ਇਲੈਕਟਡ ਬਾਡੀ ਆਉਂਦੀ ਹੈ SGPC ਦੀ। ਸੋ ਅਕਾਲੀ ਦਲ SGPC ਚੋਣ ਲੜਦਾ, SGPC ਦਾ ਪ੍ਰਬੰਧ ਅਕਾਲੀ ਦਲ ਕੋਲ ਹੈਗਾ, ਅਕਾਲ ਤਖ਼ਤ ਦਾ ਪ੍ਰਬੰਧ SGPC ਕੋਲ ਹੈ। ਇਹ ਰਿਸ਼ਤਾ ਹੈ, ਇੱਕ ਇਹ ਰਿਸ਼ਤਾ ਸਿਰਫ ਵੋਟਾਂ ਦਾ ਨਹੀਂ ਹੈ, ਇਹ ਸਿੱਖ ਸਿਧਾਂਤ ਦਾ ਰਿਸ਼ਤਾ ਹੈ। ਜਮਹੂਰੀਅਤ ਦੇ ਵਿੱਚ ਜਿਹੜੀ ਬਾਅਦ ਦੇ ਵਿੱਚ ਰੋਲ ਆਉਂਦਾ ਉਹ ਬਾਅਦ ਦਾ ਹੈਗਾ, ਉਹ ਇੱਕ ਵੱਖਰਾ ਪਹਿਲੂ ਹੈ ਸਾਰੀ ਗੱਲ 'ਤੇ ਆ ਕੇ। ਇਸ ਕਰਕੇ ਜਿਹੜੀ ਸਿੱਖ ਪਾਰਟੀ ਹੈ ਉਹ ਅਕਾਲੀ ਦਲ ਹੈ, ਇਸੇ ਕਰਕੇ ਇਹ ਅਕਾਲ ਤਖ਼ਤ ਦੇ ਸਾਰੇ ਮਾਮਲੇ ਇਹ ਮਸਲੇ ਇੱਥੇ ਜਾਂਦੇ ਆ। ਸਿੱਖਾਂ ਦਾ ਇੰਸਟੀਟਿਊਸ਼ਨ ਹੈ, ਸਿਰਫ ਅਕਾਲੀ ਦਲ ਪਾਰਟੀ ਨਹੀਂ ਜੀ। ਲਾਸਟ ਟਿੱਪਣੀ ਸਾਹਿਬੀਰ ਸਿੰਘ ਜੀ ਇਹੀ ਕਿ ਕੀ ਜੇ ਅਕਾਲ ਤਖ਼ਤ ਸਾਹਿਬ ਪੋਲੀਟੀਕਲ ਪਾਰਟੀ ਨੂੰ ਡਾਇਰੈਕਸ਼ਨ ਦੇ ਸਕਦੇ ਨੇ, ਉਹਨਾਂ ਦੇ ਲੀਡਰਾਂ ਨੂੰ ਸੱਦ ਸਕਦੇ ਨੇ, ਉਹਨਾਂ 'ਤੇ ਫੈਸਲੇ ਲੈ ਸਕਦੇ ਨੇ, ਤਾਂ ਕੀ ਉਹ ਇਹਦੇ ਵਿੱਚ ਇਸ ਤਰ੍ਹਾਂ ਦਾ ਰੋਲ ਪਲੇ ਵੀ ਕਰ ਸਕਦੇ ਨੇ ਕਿ ਇਸ ਪਾਰਟੀ ਨਾਲ ਸਿੱਖ ਸਿੱਧਿਓ ਜੁੜਨ, ਉਹ ਇਹਨੂੰ ਬਿਲਕੁਲ ਕਲੀਨ ਵੀ ਕਰਨ ਅਤੇ ਇਹਦੇ ਇਹਦੇ ਲਈ ਸਪੋਰਟ ਵੀ ਸਮਰਥਨ ਵੀ ਜੁਟਾਉਣ, ਇਹ ਖਿਆਲ ਨੂੰ ਤੁਸੀਂ ਕਿਵੇਂ ਕਹਿੰਦੇ ਹੋ? ਨਹੀਂ, ਇਹ ਤਾਂ ਰੋਜ਼ ਅਕਾਲ ਤਖ਼ਤ ਦਾ ਜਥੇਦਾਰ, ਹਰ ਜਥੇਦਾਰ ਜਿਹੜੇ ਵੀ ਅਕਾਲ ਤਖ਼ਤ ਦੇ ਹੋਏ ਨੇ ਬੋਲਦੇ ਨੇ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਕੌਮ ਦੀ ਜ਼ਿੰਮੇਵਾਰੀ ਹੈ। ਹੋਰ ਕੀ ਕਹਿ ਦੇਣ ਜਥੇਦਾਰ, ਆਪ ਵੋਟਾਂ ਮੰਗਣ ਤਾਂ ਨਹੀਂ ਜਾ ਸਕਦੇ, ਬਾਕੀ ਚੀਜ਼ਾਂ 'ਚ ਕੀ ਕਰਨਗੇ, ਕੀ ਸੋਚਦਾ ਕੋਈ ਅਕਾਲੀ ਦਲ? ਕਿ ਜਥੇਦਾਰ ਇਹ ਵੀ ਜਾ ਕੇ ਕਿਆ ਕਰਨਗੇ, ਵੋਟ ਵੀ ਅਕਾਲੀ ਦਲ ਨੂੰ ਪਾਓ, ਉਹ ਇੱਕ ਅਲੱਗ ਪੈਟਰਨ ਹੈ। ਪਰ ਜਨਰਲੀ ਤਾਂ ਜਿਹੜੇ ਵੀ ਜਥੇਦਾਰ ਸਾਹਿਬਾਨ ਬੋਲਦੇ ਨੇ ਕਿ ਸਿੱਖਾਂ ਦੀਆਂ ਸੰਸਥਾਵਾਂ ਨੇ, ਅਕਾਲੀ ਦਲ ਇੱਕਜੁੱਟ ਰਹੇ, ਅਕਾਲੀ ਦਲ ਮਜ਼ਬੂਤ ਰਹੇ, ਅਕਾਲੀ ਦਲ ਦੇ ਲੀਡਰਸ਼ਿਪ ਨੂੰ ਵੀ ਤਾਂ ਹੀ ਬੁਲਾਇਆ ਜਾਂਦਾ ਕਿ ਉਹ ਮਜ਼ਬੂਤ ਰਹੇ, ਕਿਉਂ ਇੱਧਰ ਉੱਧਰ ਹੁੰਦੀ ਹੈ? ਹੋਰ ਕੀ ਕਰਨਾ ਚਾਹੁੰਦੇ ਨੇ ਮੈਨੂੰ ਤਾਂ ਨਹੀਂ ਸਮਝ ਆਉਂਦੀ, ਕੋਈ ਹੋਰ ਨਵਾਂ ਇਹ ਸਵਾਲ ਕੀ ਹੈ ਵੀ ਉਹ ਕੀ ਚਾਹੁੰਦੇ ਨੇ ਕਿ ਇਹਨਾਂ ਨੂੰ ਕਹਿ ਕੇ ਤੁਹਾਨੂੰ ਜਿਤਾ ਕੇ ਕੁਰਸੀਆਂ 'ਤੇ ਬੈਠੋ ਜੀ, ਲਓ ਜੀ ਸ਼ਾਬਾਸ਼, ਹੁਣ ਐਸ ਕਰੋ ਅਤੇ ਪਾਵਰ 'ਚ ਲਓ, ਤੁਸੀਂ ਨਾ ਲੋਕਾਂ ਨਾਲ ਮਿਲਿਓ, ਨਾ ਲੋਕਾਂ ਨੂੰ ਏਜੰਡਾ ਦੱਸਿਓ, ਨਾ ਲੋਕਾਂ ਦੀਆਂ ਮੁਸ਼ਕਲਾਂ ਸੁਣਿਓ, ਤੁਸੀਂ ਜਾ ਕੇ ਬਹਿ ਜਿਓ ਉੱਥੇ ਕੁਰਸੀਆਂ 'ਤੇ, ਆਪ ਮਰੇ ਬਿਨਾਂ ਸੁਰਗ ਨੂੰ ਨਹੀਂ ਜਾਇਆ, ਉਹ ਕੰਮ ਤਾਂ ਆਪਣਾ ਕਰੋ ਭਾਈ, ਉਹ ਜਥੇਦਾਰ ਸਾਹਿਬ ਦੇ ਮੋਢਿਆਂ 'ਤੇ ਮੱਤ ਸਿੱਟੋ। ਜਿਹੜੀ ਪੋਲੀਟੀਕਲ ਗੱਲ ਹੈ, ਲੋਕਾਂ ਦੇ ਮੰਗਾਂ ਮਸਲਿਆਂ ਦੀ ਗੱਲ ਹੈ, ਉੱਥੇ ਭਾਈ ਲਾਲੋਆਂ ਦੇ ਨਾਲ ਬਹਿ ਗਏ ਹੋ ਤੁਸੀਂ, ਮਲਕ ਭਾਗੋ ਦੇ ਨਾਲ ਭਾਈ ਲਾਲੋ ਨੂੰ ਛੱਡ ਕੇ ਕਿਰਤੀ ਰੁੜ ਰਿਹਾ ਅਤੇ ਉਹਦੇ ਨਾਲ ਨਹੀਂ ਖੜ ਰਹੇ ਅਤੇ ਉਹਦੇ ਤੁਹਾਡੇ ਤੋਂ ਬੇਜ਼ਾਰ ਹੋ ਗਿਆ ਅਤੇ ਉਹ ਕਹੋਗੇ ਕਿ ਜਥੇਦਾਰ ਸਾਹਿਬ ਇਸ ਕਰਕੇ ਤੁਹਾਡੇ ਨਾਲ ਆਉਣ, ਇਹ ਨਹੀਂ ਹੈ, ਤੁਹਾਡਾ ਸੰਕਟ ਮੋਚਨੀ ਹੋ ਜਾਂਦਾ ਥੋੜ੍ਹਾ ਬਹੁਤ, ਇੱਦਾਂ ਹੀ ਸਮਝੋ ਕਿ ਬਹੁਤ ਵੱਡੀ ਸਪੋਰਟ ਹੁੰਦੀ ਹੈ ਅਤੇ ਵਾਰ ਵਾਰ ਉਹ ਕਹਿੰਦੇ ਨੇ ਕਿ ਸਪੋਰਟ ਕਰੋ ਅਤੇ ਇਹਨੂੰ ਹੀ ਮੰਨ ਕੇ ਅੱਗੇ ਆਪਣਾ ਕੰਮ ਆਪ ਕਰਨਾ ਚਾਹੀਦਾ। ਸਰਦਾਰ ਹਮੀਤ ਸਿੰਘ ਹੋਰੀ ਕਾਰ 'ਚ ਬੈਠ ਕੇ ਹੀ ਅੱਜ ਪ੍ਰੋਗਰਾਮ ਕਰ ਰਹੇ ਨੇ, ਥੋੜ੍ਹੀ ਥੋੜ੍ਹੀ ਮੈਨੂੰ ਲੱਗਦਾ ਹੁਣ ਹਨੇਰੇ ਦੀ ਵੀ ਆਹਟ ਹੈ, ਥੋੜ੍ਹੀ ਜਿਹੀ ਰੋਸ਼ਨੀ ਘੱਟ ਹੋ ਰਹੀ ਹੈ, ਅਤੇ ਅਸੀਂ ਇਸੇ ਗੱਲ ਨੂੰ ਕੱਲ੍ਹ ਸ਼ੁਰੂ ਕਰਾਂਗੇ ਫਿਰ ਇੱਕ ਵਾਰੀ ਇਸੇ ਹੀ ਸ਼ਾਮ ਨੂੰ, ਕਿ ਜਿਹੜੇ ਦੂਜੀਆਂ ਪਾਰਟੀਆਂ 'ਚ ਬੈਠੇ ਬਿਹਤਰ ਸਿੱਖ ਵੀ ਨੇ ਜਿਹੜੇ ਉਹਨਾਂ ਨੂੰ ਲੀਡ ਵੀ ਕਰਦੇ, ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਜਾਂਦਾ ਸੀਗਾ, ਉਹਨਾਂ ਲਈ ਨਜ਼ਰੀਆ ਜਿਹੜਾ ਉਹਨਾਂ ਪ੍ਰਤੀ ਜਾਂ ਉਹਨਾਂ ਉੱਤੇ ਵੀ ਉਹੀ ਸਿਧਾਂਤ ਲਾਗੂ ਹੁੰਦੇ ਨੇ? ਦੂਜੀਆਂ ਪਾਰਟੀਆਂ ਤੇ ਵੀ ਕੁਝ ਇਹ ਗੱਲਾਂ ਹੁੰਦੀਆਂ, ਕਿਉਂਕਿ ਹੁਣ ਆਮ ਆਦਮੀ ਪਾਰਟੀ ਦੇ 92 ਤੇ ਬਹੁਤੇ ਸਿੱਖਾਂ ਨੇ ਚੁਣ ਕੇ ਭੇਜੇ ਨੇ। ਖੈਰ, ਇਹ ਸਮੁੱਚਤਾ ਦੇ ਵਿੱਚ ਫੈਸਲੇ ਕਿੱਦਾਂ ਹੋਣ, ਗੁੰਝਲਾਂ ਬਣ ਰਹੀਆਂ ਨੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਥੈਂਕ ਯੂ, ਸ਼ੁਕਰੀਆ ਜੀ।